ਜੀ ਜਮੀ ਬਰਾੜ ਵੱਲੋਂ ਸਾਰੇ ਜਸਟੀ ਵੀ ਦੇਖ ਰਿਹਾ ਹੈ ਦਰਸ਼ਕਾਂ ਨੂੰ ਸ਼ਸਤੀਕਾਲ ਆਪਾਂ ਫਿਰ ਹਾਜ਼ਰ ਆ ਹਰ ਮੰਗਲਵਾਰ ਦੀ ਤਰ੍ਹਾਂ ਲਾਈਵ ਪ੍ਰੋਗਰਾਮ ਕਮਿਊਨਿਟੀ ਕਨੈਕਟ ਲੈ ਕੇ ਆ ਜਿਹੜਾ ਆਪਾਂ ਹਰ ਮੰਗਲਵਾਰ ਇੰਡੀਆਨ ਐਪਲਸ ਤੋਂ ਕਰਦੇ ਆ ਤੇ ਉਸ ਦੇ ਵਿੱਚ ਆਪਾਂ ਕਮਿਊਨਿਟੀ ਦੀਆਂ ਜਿਹੜੀਆਂ ਗੱਲਾਂ ਨੇ ਉਹ ਰੱਖਦੇ ਆ ਜਾਂ ਜਿਹੜੇ ਆਪਣੇ ਓਵਰ ਦਾ ਵੀਕਐਂਡ ਆਪਾਂ ਜੋ ਵੀ ਸੋਸ਼ਲ ਮੀਡੀਆ ਤੋਂ ਜਾਂ ਮੀਡੀਆ ਤੋਂ ਕਿਤੋਂ ਵੀ ਸਾਪਾਨੂੰ ਸੁਣਨ ਨੂੰ ਮਿਲਿਆ ਉਹ ਇਕੱਠਾ ਕੀਤਾ ਹੁੰਦਾ ਹੈ ਤੇ ਆਪਾਂ ਉਹਨੂੰ ਲੈ ਕੇ ਉਸ ਬੇਸ ਤੇ ਇਹ ਗੱਲਾਂ ਕਰਦੇ ਆ ਕਿ ਕਮਿਊਨਿਟੀ ਦੇ ਵਿੱਚ ਕੀ ਕੀ ਹੋ ਰਿਹਾ ਜਿਸ ਤਰ੍ਹਾਂ ਕੱਲ ਵੀ ਆਪਾਂ ਗੱਲ ਕੀਤੀ ਕਿ ਬੜਾ ਹੀ ਮੰਦਪਾ ਗਾਇਜੀ ਘਟਨਾ ਹੈ ਉਹ ਬੀਤੀ ਹੈ ਇੰਡੀਆ ਨੈਪੋਸ ਦੇ ਵਿੱਚ ਕੱਲ ਵੀ ਉਹਨਾਂ ਪਰਿਵਾਰਾਂ ਨਾਲ ਮਿਲੇ ਹੋਰ ਵੀ ਜਿੱਥੇ-ਜਿੱਥੇ ਇਵੈਂਟ ਹੋਈਆਂ ਆਪਾਂ ਉੱਥੇ ਜਰੂਰ ਪੁੱਜੇ ਤੇ ਜਾ ਕੇ ਉੱਥੇ ਇਹੀ ਦੇਖਿਆ ਕਿ ਬਹੁਤ ਹੀ ਡਰ ਹੈ ਲੋਕਾਂ ਦੇ ਮਨਾਂ ਦੇ ਵਿੱਚ ਹੋਰ ਲੋਕੀ ਸਹਿਮੇ ਹੋਏ ਨੇ ਕਿ ਕੰਮ ਤੇ ਜਾਣਾ ਚਾਹੀਦਾ ਕਾਫੀ ਆਫੇਅਰ ਵੀ ਲੋਕਾਂ ਨਾਲ ਗੱਲ ਕੀਤੀ ਕਿ ਜਿਹੜੇ ਇੰਡੀਆ ਨੈਪੋਸ ਦੇ ਵਿੱਚ ਪਰਾਣੇ ਰਹਿੰਦੇ ਨੇ ਕਿ ਇਦੇ ਬਾਰੇ ਹੋਰ ਕੀ ਕੀਤਾ ਜਾ ਸਕਦਾ ਮੇਅਰ ਨਾਲ ਵੀ ਗੱਲ ਕੀਤੀ ਗਈ ਇੱਥੇ ਤੱਕ ਕਿ ਆਪਾਂ ਵਾਈਟ ਹੋ ਸਕਦੀ ਗੱਲ ਗਈ ਹੋਈ ਆ ਇਹ ਕੱਲਾ ਇਹ ਸੀ ਜਗ੍ਹਾ ਦੀ ਗੱਲ ਨਹੀਂ ਕਿ ਫੈਡੈਕਸ ਦੇਦਾ ਹੋਇਆ ਹੋਰ ਵੀ ਬਹੁਤ ਜਗ੍ਹਾ ਨੇ ਪਬਲਿਕਲੀ ਜਗ੍ਹਾ ਜਿਹੜੀਆਂ ਸੋਚਣ ਨੂੰ ਹੁਣ ਇਹ ਵਿਸ਼ਾ ਬਣ ਗਿਆ ਕਿ ਉੱਥੇ ਜਾਣਾ ਚਾਹੀਦਾ ਪਬਲਿਕ 'ਚ ਜਾ ਨਹੀਂ ਕਿਉਂਕਿ ਆਪਾਂ ਵਾਲਮਾਰਟ ਜਾਂਦੇ ਆ ਉੱਥੇ بڑے ਬੰਦੇ ਨੇ ਜੇ ਹੋਰ ਕਿਸੇ ਗ੍ਰੋਸਰੀ ਸਟੋਰ ਜਾਂ ਜਿਮ ਦੇ ਵਿੱਚ ਵੀ ਜਾਂਦੇ ਆ ਐਕਸਰਸਾਈਜ਼ ਕਰਨ ਇਹ ਹੁਣ ਇੱਕ ਸੋਚਣ ਦਾ ਵੱਡਾ ਸੋਚਣ ਦਾ ਵਿਸ਼ਾ ਬਣ ਚੁੱਕਿਆ ਹੈ ਕਿ ਜਿੱਥੇ ਪਬਲਿਕ ਹੈ ਉਥੇ ਇਹ ਕੰਮ ਹੁੰਦਾ ਔਰ ਪਬਲਿਕ ਹੋਣ ਕਿੱਥੇ ਜਾਵੇ ਇਸ ਚੀਜ਼ਾਂ ਨੂੰ ਲੈ ਕੇ ਕਾਫੀ ਵੱਡੇ ਲੈਵਲ ਤੇ ਜਿਹੜੀ ਆ ਪ੍ਰੈਜ਼ੀਡੈਂਟ ਤੱਕ ਵੀ ਪਹੁੰਚ ਕੀਤੀ ਜਾ ਰਹੀ ਆ ਕਿ ਇਹ ਜਿਹੜਾ ਲੈਵਲ ਹੈ ਇਹ ਸਾਨੂੰ ਸਵੱਖਿਅਤ ਕਿਦਾਂ ਕੀਤਾ ਜਾ ਸਕਦਾ ਪਬਲਿਕ ਇੱਕ ਤਾਂ ਜਿਹੜਾ ਗਨ ਲਾ ਹੈ ਉਥੇ ਸਾਨੂੰ ਧਿਆਨ ਦੇਣਾ ਪਏਗਾ ਦੂਸਰਾ ਜਿਹੜਾ ਮੇਨ ਪ੍ਰੋਬਲਮ ਮੇਰੇ ਸੋਚਣ ਦਾ ਜਾਈ ਕਿ ਜਿਹੜਾ ਮੈਂਟਲੀ ਲੋਕਾਂ ਨੂੰ ਇਸ਼ੂ ਹੈਗਾ ਜਿੱਦਾਂ ਕਿ ਆ ਜਿਸ ਬੰਦੇ ਨੇ ਆ ਕੰਡ ਕੀਤਾ ਉਹਨੂੰ ਮੈਂਟਲ ਇਸ਼ੂ ਸੀਗਾ ਲੇਕਿਨ ਅਸੀਂ ਹਰ ਵਾਰ ਇਹ ਗੱਲ ਕਹਿ ਕੇ ਵੀ ਨਹੀਂ ਸਾਰ ਸਕਦੇ ਕਿ ਉਹਨੂੰ ਮੈਂਟਲ ਇਸ਼ੂ ਸੀ ਕਿਉਂਕਿ ਜਿਹੜੀਆਂ 8 ਜਾਨਾਂ ਗਈਆਂ ਕੱਲ ਇੱਕ ਹੋਰ ਐਡ ਹੋ ਗਈ ਹਸਪੀਟਲ 'ਚ ਉਹਦੀ ਵੀ ਡੈਥ ਕੀਤੀ ਗਈ ਹੁਣ 9 ਜਿਹੜੀਆਂ ਅਸੀਂ ਟੋਟਲ ਲਾ ਬਣਾ ਕੇ 9 ਜਾਨਾਂ ਗਈਆਂ ਅਸੀਂ ਗੱਲਾਂ ਕਰਦੇ ਹਾਂ ਕਿ ਟਰੱਕ ਡਰਾਈਵਿੰਗ ਕਿੰਨੀ ਰਿਸਕੀ ਆ ਜਾਂ ਗੱਲ ਕਰਦੇ ਹਾਂ ਕਿ ਗੈਸ ਸਟੇਸ਼ਨ ਦਾ ਕੰਮ ਬਹੁਤ ਰਿਸਕੀ ਆ ਜੀ ਜਾਂ ਜਿੰਨੇ ਵੀ ਫਰੰਟ ਲਾਈਨ ਤੇ ਜਿੱਥੇ ਪੈਸੇ ਹੁੰਦੇ ਨੇ ਕੈਸ਼ ਈਅਰ ਉੱਥੇ ਬਹੁਤ ਵੱਡਾ ਰਿਸਕ ਆ ਪਰ ਮੈਨੂੰ ਲੱਗਦਾ ਕਿ ਇਹਨਾਂ ਨਾਲੋਂ ਜ਼ਿਆਦਾ ਰਿਸਕ ਆ ਜਿਹੜੀਆਂ ਜਿੰਨੀਆਂ ਵੱਡੀਆਂ ਕੰਪਨੀਆਂ ਨੇ ਜਾਂ ਖੁੱਲ੍ਹੀਆਂ ਪਾਰਕਾਂ ਨੇ ਜਾਂ ਜਿਮ ਨੇ ਜਿੱਥੇ ਵੀ ਪਬਲਿਕ 10 ਤੋਂ ਵੱਧ ਇਕੱਠਾ ਹੁੰਦੀ ਉੱਥੇ ਜ਼ਿਆਦਾ ਰਿਸਕ ਹੈ ਕਿਉਂਕਿ ਹੁਣ ਜਿਹੜਾ ਟ੍ਰੈਂਡ ਬਣ ਗਿਆ ਦੂਜੀ ਤੀਜੀ ਵਾਰ ਹੋ ਚੁੱਕਿਆ ਹੈ ਇਹ ਤੀਜੀ ਵਾਰ ਤਾਂ ਇੰਡੀਆ ਦੇ ਵਿੱਚ ਹੀ ਕਿ ਪਬਲਿਕ ਦੇ ਵਿੱਚ ਜਾ ਕੇ ਇਹ ਸাজা ਜਾ ਕੰਮ ਕਰਨਾ ਮੈਨੂੰ ਲੱਗਦਾ ਕਿ ਗਵਰਨਮੈਂਟ ਨੂੰ ਥੋੜਾ ਡੂੰਘੇ ਤਰੀਕੇ ਨਾਲ ਜਾਂ ਥੋੜਾ ਜਿਹਾ हट ਕੇ ਸੋਚਣਾ ਪਊਗਾ ਕਿ ਇਹ ਗਨ ਲਾਦਾ ਕੀ ਕੀਤਾ ਜਾਵੇ ਜਾਂ ਜਿਹੜੀ ਗਨਸ ਆ ਉਹ ਰੌਂਗ ਬੰਦੇ ਦੇ ਹੱਥ ਵਿੱਚ ਨਾ ਆਉਣ ਇਹ ਗਵਰਨਮੈਂਟ ਨੂੰ ਸੋਚਣਾ ਪਊਗਾ ਸਾਨੂੰ ਵੀ ਸੋਚਣਾ ਪਊਗਾ ਕਿ ਐਸ ਅਸੀਂ ਇਸ ਮੁਲਕ ਦੇ ਵਾਸੀ ਆ ਜਾਂ ਇੰਡੀਆਨਾ ਵਿੱਚ ਰਹਿੰਦੇ ਆ ਜਾਂ ਤੁਸੀਂ ਕੈਲੀਫੋਰਨੀਆ ਵਿੱਚ ਕਿਤੇ ਵੀ ਰਹਿੰਦੇ ਆ ਪਬਲਿਕ ਦੇ ਵਿੱਚ ਇਸ ਵੇਲੇ ਬਹੁਤ ਵੱਡਾ ਡਰ ਬਣ ਚੁੱਕਾ ਹੈ ਕਿ ਅਸੀਂ ਕਿੱਥੇ ਜਾਈਏ ਕਿੱਥੇ ਨਾ ਜਾਈਏ ਕਿਉਂ ਪਬਲਿਕ ਪਾਰਕ ਦੇ ਵਿੱਚ ਵੀ ਜਾਂਦੇ ਆ ਬੰਦਾ ਐਕਸਰਸਾਈਜ਼ ਕਰਨ ਜਾਂਦਾ ਜਾਂ ਵੈਸੇ ਵੀ ਬੱਚਿਆਂ ਨੂੰ ਲੈ ਕੇ ਘੁੰਮਣ ਜਾਂਦਾ ਉੱਥੇ ਵੀ ਇਹ ਸੋਚਣ ਦੀ ਗੱਲ ਬਣ ਗਈ ਕਿ ਅਸੀਂ ਕੀ ਕਰੀਏ ਕੀ ਨਾ ਕਰੀਏ ਹੁਣ ਕੋਈ ਕਮਿਊਨਿਟੀ ਦੇ ਵਿੱਚ ਜੇ ایਵੈਂਟ ਵੀ ਕਰਾਉਣੀ ਆ ਕੋਈ ਆਪਾਂ ਮੇਲਾ ਹੋਵੇ ਜਾਂ ਪਾਰਕ ایਵੈਂਟ ਹੋਵੇ ਜਾਂ ਆਪਾਂ ਵੈਸੇ ਕਹੀਏ ਪਿਕਨਿਕ ਮਨਾਉਣੀ ਆ ਉੱਥੇ ਵੀ ਡਰ ਲੱਗਦਾ ਕਿ ਸਾਨੂੰ ਕਰਾਉਣੀ ਚਾਹੀਦੀ ਆ ਜਾਂ ਨਹੀਂ ਚਾਹੀਦੀ ਔਰ ਇਹ ਕੱਲੀ ਸਾਡੇ ਲਈ ਨਹੀਂ ਕਿ ਸਿਰ ਕਮਿਊਨਿਟੀ ਲਈ ਆ ਇਹ ਅਮਰੀਕਨਸ ਲਈ ਵੀ ਹੋ ਗਿਆ ਚਾਈਨੀਜ਼ ਲਈ ਵੀ ਮੈਕਸੀਕਨ ਲਈ ਵੀ ਕਿ ਇੱਕ ਬੰਦਾ ਕਿੰਨੀ ਦੂਰ ਤੱਕ ਕਾਂਡ ਕਰ ਸਕਦਾ ਕਿਉਂਕਿ ਕਈ ਵਾਰੀ ਇਹ ਹੋ ਚੁੱਕਾ ਥਰੂ ਯੂਨਾਈਟਿਡ ਸਟੇਟ ਇੱਕ ਵਾਰੀ ਨਹੀਂ ਹੋਇਆ ਬਹੁ ਵਾਰੀ ਹੋ ਚੁੱਕਾ ਔਰ ਕੱਲ ਵੀ ਕਾਫੀ ਵੱਡੇ ਲੈਵਲ ਤੱਕ ਇਹ ਗੱਲਾਂ ਚੜੀਆਂ ਔਰ ਕੁਝ ਮੀਟਿੰਗਾਂ ਵੀ ਰੱਖੀਆਂ ਗਈਆਂ ਔਰ ਸਿੱਖ ਕਮਿਊਨਿਟੀ ਦਾ ਮੀਟਿੰਗਾਂ ਵੀ ਰੱਖੀਆਂ ਔਰ ਆਉਣ ਵਾਲੇ ਸਮੇਂ ਲਈ ਹੋਰ ਕਈ ਜਿਹੜੇ ਸੂਝਬਾਨ ਸਾਡੇ ਕੋਲ ਬੈਠੇ ਨੇ ਇੱਥੇ ਕੇਪੀ ਸਿੰਘ ਵਰਗੇ ਉਹਨਾਂ ਨੂੰ ਵੀ ਕਿਹਾ ਗਿਆ ਜੀ ਕਿ ਰਲ ਮਿਲ ਕੇ ਆਲ ਐਂਡ ਤੁਹਾਡੇ ਇਹ ਸੋਚਿਆ ਜਾਵੇ ਕਿ ਪਬਲਿਕ ਸੇਫ ਕਿਦਾਂ ਹੈ ਕਿਉਂਕਿ ਹੁਣ ਇਹ ਸਮਾਂ ਇਹ ਆ ਗਿਆ ਕਿ ਲੋਕੀ ਕਹਿੰਦੇ ਜੀ ਬੀਰ ਹਾਊਸ ਦੇ ਵਿੱਚ ਕੰਮ ਕਰਨਾ ਵੀ ਨਹੀਂ ਸੇਫ ਹੈਗਾ ਇਹ ਮੈਨੂੰ ਵੀ ਇਹ ਲੱਗਦਾ ਕਿ ਬੀਰ ਹਾਊਸ ਕੰਮ ਕਰਨਾ ਵੈਸੇ ਸੇਫ ਤਾਂ ਕਿਤੇ ਵੀ ਨਹੀਂ ਹੈਗਾ ਜੇ ਦੇਖੀਏ ਜਦੋਂ ਤੁਸੀਂ ਘਰ ਤੋਂ ਬਾਹਰ ਨਿਕਲਦੇ ਹੋ ਕੋਈ ਸੇਫਟੀ ਨਹੀਂ ਲੇਕਿਨ ਫਿਰ ਵੀ ਜਿਹੜੀ ਇੱਥੇ ਦੀ ਗਵਰਨਮੈਂਟ ਆ ਜਾਂ ਲੋਕਲ ਜਾਂ ਸਟੇਟ ਲੈਵਲ ਤੇ ਲਾ ਲਓ ਜਾਂ ਫੈਡਰਲ ਲੈਵਲ ਤੇ ਉਹ ਇੰਨੀ ਕੱਚੀ ਕੁੜੀ ਨਹੀਂ ਕਿ ਉਹ ਕੋਈ ਇਦਾਂ ਦੀ ਇਹਨਾਂ ਲੋਕਾਂ ਨੂੰ ਰੋਕਣ ਲਈ ਕੋਈ ਕੰਮ ਨਾ ਕਰੇ ਮੈਨੂੰ ਲੱਗਦਾ ਕਿ ਜਲਦੀ ਹੀ ਜਿਹੜੇ ਸਟੇਟ ਲੈਵਲ ਤੱਕ ਕੋਈ ਨਾ ਕੋਈ ਐਸਆਰ ਆ ਲੱਭਣਗੇ ਕਿ ਇਸ ਚੀਜ਼ਾਂ ਨੂੰ ਜਿਹੜਾ ਹੈ ਰੋਕਿਆ ਰੋਕ ਲਈ ਜਾਵੇ ਤਾਂ ਕਿ ਇੱਕ ਕੋਈ ਸਿਰਫ ਰਿਆ ਬੰਦਾ ਗਨ ਉਠਾ ਕੇ 10-12 ਬੰਦੇ ਬਿਨਾਂ ਗੱਲੋਂ ਨਾ ਮਾਰ ਦੇਵੇ ਬੇ ਬੇ ਬੇਮੌਤ ਜਿਹੜੀ ਬੇਟਾਈਮੀ ਮੌਤ ਹੈ ਜਿਹੜੀ ਇੰਡੀਆਨਾ ਵਿੱਚ ਹੋਈ ਹੈ ਉਹ ਨਾ ਹੋਵੇ ਅੱਜ ਆ ਅਕਸਰ ਆਪਣੇ ਦੇਖਣ ਤੇ ਆਇਆ ਕਿ ਜੇ ਤਾਂ ਕੋਈ ਪੈਸੇ ਨੂੰ ਲੈ ਕੇ ਮਾਮਲਾ ਹੋਵੇ ਕਿ ਰੋਬਰੀ ਕਰਨਾ ਆਸੀ ਇੱਕ ਬੰਦੇ ਦੀ ਜਾਨ ਗਈ ਉਹ ਅੰਡਰਸਟੈਂਡੇਬਲ ਆ ਕਿ ਬੰਦਾ ਪੈਸੇ ਚਾਹੀਦੇ ਸੀ ਜਾਂ ਗਲਤ ਸਮੇਂ ਦੇ ਉੱਤੇ ਗਲਤ ਬੰਦਾ ਹੋ ਗਿਆ ਉਹ ਮੰਨਦੇ ਆ ਜਾਂ ਲੜਾਈ ਹੋ ਪਈ ਉਹ ਵੀ ਮੰਨੀ ਜਾ ਸਕਦੀ ਕਿ ਲੜ ਪਏ ਗੁੱਸੇ ਵਿੱਚ ਹੋ ਗਿਆ ਲੇਕਿਨ ਐਸਾ ਜਿਹਾ ਕੰਮ ਕਰਨਾ ਕਿ ਗੁੱਸਾ ਕਿਸੇ ਹੋਰ ਦਾ ਕੱਢਣਾ ਕਿਸੇ ਹੋਰ ਤੇ ਇਹ ਸਭ ਤੋਂ ਪੈੜਾ ਔਰ ਗੁੱਸੇ ਦੇ ਵਿੱਚ ਆ ਕੇ ਪੰਜ-ਛੇ ਬੰਦੇ ਬਿਨਾਂ ਗੱਲੋਂ ਮਾਰ ਦੇਣੇ ਇਹ ਤਾਂ ਸਭ ਤੋਂ ਵੱਡੀ ਮਾੜੀ ਗੱਲ ਆ ਕਿ ਉਹ ਬੰਦਿਆਂ ਦਾ ਕੋਈ ਕਸੂਰ ਨਹੀਂ ਸੀ ਉਹ ਤਾਂ ਸਿਰਫ ਅਮਰੀਕਾ ਦੇ ਵਿੱਚ ਆਏ ਨੂੰ ਕਈ ਦੋ ਇੱਕ ਪਰਿਵਾਰ ਦਾ ਬਹੁਤ ਥੋੜਾ ਟਾਈਮ ਹੋਇਆ ਸੀ ਸਿਰਫ ਤੇ ਸਿਰਫ ਉਹ ਆਪਣਾ ਰੋਜੀ ਰੋਟੀ ਦੀ ਖਾਤਰ ਇੱਕ ਆਪਣਾ ਮੁਲਕ ਛੱਡ ਕੇ ਇੰਡੀਆ ਨੂੰ ਛੱਡ ਕੇ ਉਹ ਇੱਥੇ ਆਏ ਤੇ ਇੱਥੇ ਆ ਕੇ ਉਹਨਾਂ ਨੂੰ ਉਹ ਸਿਲਾ ਮਿਲਿਆ ਕਿ ਉਹ ਸੋਚਦੇ ਹੋਣਗੇ ਕਿ ਕਾਸ਼ ਅਸੀਂ ਅਮਰੀਕਾ ਆਏ ਨਾ ਹੁੰਦੇ ਸਾਡੇ ਨਾਲ ਇਦਾਂ ਹੋਈ ਨਾ ਹੁੰਦੀ ਕਿਉਂਕਿ ਜਦੋਂ ਤੁਹਾਡੇ ਪਰਿਵਾਰ ਦਾ ਜੀ ਹੈ ਚਲਿਆ ਜਾਂਦਾ ਉਸ ਪਰਿਵਾਰ ਨੂੰ ਹੀ ਦੁੱਖ ਦਾ ਪਤਾ ਲੱਗਦਾ ਕਿ ਇਹ ਦੁੱਖ ਕੀ ਹੈ ਮੈਂ ਜਾਂ ਹੋਰ ਜਿਹੜੇ ਸੁਣਨ ਵਾਲੇ ਇੱਕ ਜਾਂ ਦੋ ਦਿਨ ਦਾ ਸਾਡਾ ਦੁੱਖ ਹੈ ਜਾਂ 4 ਦਿਨ ਦਾ ਜਾਂ ਕੋਈ ਜ਼ਿਆਦਾ ਨੇੜੇ ਵਾਲਾ ਉਹ ਮਹੀਨੇ ਦਾ ਦੁੱਖ ਕਰ ਲੂ ਲੇਕਿਨ ਸਾਰੀ ਉਮਰ ਦਾ ਦੁੱਖ ਉਸ ਪਰਿਵਾਰ ਨੂੰ ਪੈ ਗਿਆ ਜਿੱਥੇ ਇਕੱਲੀ ਲੇਡੀ ਕੰਮ ਕਰ ਰਹੀ ਸੀ ਉਹਦਾ ਹਸਬੰਡ ਜਿਹੜਾ ਸੀ ਉਹਨਾਂ ਦੇ ਉਹ ਵੀ ਹੈਂਡੀਕੈਪ ਨੇ ਬੱਚੇ ਛੋਟੇ ਨੇ ਔਰ ਉਹਨਾਂ ਨੂੰ ਜਿਹੜੀ ਅਮਰੀਕਾ ਬਹੁਤ ਹੀ ਮਹਿੰਗੀ ਪਈ ਜੇ ਪੁੱਛ ਕੇ ਦੇਖੋਗੇ ਉਹਨਾਂ ਨੂੰ ਇਹ ਕੰਟਰੀ ਇੱਕ ਲੈ ਬਿਠੀਏ ਇਸ ਕਰ ਹੁੰਦਾ ਕਿ ਉਹ ਕਹਿੰਦੇ ਅਸੀਂ ਇੰਡੀਆ ਚੰਗੇ ਸੀ ਸਾਡੇ ਮਾਂ ਕੋਲ ਸੀ ਸਾਨੂੰ ਰੋਟੀ ਪਾਣੀ ਬਣਾ ਕੇ ਦਿੰਦੇ ਸੀ ਜਾਂ ਸਾਡਾ ਜਿਹੜਾ ਆਂਡ ਗੁਆਂਡ ਉਹ ਸੀਗਾ ਹੁਣ ਨੌਬਤ ਇੱਥੇ ਆ ਕੇ ਖੜ ਗਈ ਕਿ ਉਹਨਾਂ ਦਾ ਫਿਊਚਰ ਕੀ ਹੋਊਗਾ ਚਲੋ ਵੈਸੇ ਤਾਂ ਬੇ ਫਿਊਚਰ ਦੀ ਗੱਲ ਕਰਾਂ ਪਰਮਾਤਮਾ ਤੇ ਗੱਲ ਸਿੱਟੀ ਜਾਂਦੀ ਐਂਡਾ ਸਾਡੇ ਹੋਰ ਅਸੀਂ ਕੁਝ ਨਹੀਂ ਕਰ ਸਕਦੇ ਪਰਮਾਤਮਾ ਤੇ ਗੱਲ ਸਿੱਟਦੇ ਨੇ ਕਿ ਸੱਚੇ ਪਾਤਸ਼ਾਹ ਨੇ ਅਤੇ ਭਲੀ ਕਰੀ ਪਰ ਜਿਹੜਾ ਬੰਦਾ ਹੈ ਜਿੰਦਾ ਜਾਗਦਾ ਉਹਨਾਂ ਦੇ ਪਿੱਛੇ ਬੱਚੇ ਨੇ ਜਾਂ ਹਸਬੈਂਡ ਨੇ ਉਹਨਾਂ ਉਹਨਾਂ ਦਾ ਪਰਮਾਤਮਾ ਤੋਂ ਬਚਵਾੜ ਹਟ ਜਾਂਦਾ ਕਿ ਪਰਮਾਤਮਾ ਨੇ ਸਾਡੇ ਲਈ ਚੰਗਾ ਕੀਤਾ ਉਸ ਤੋਂ ਬਾਅਦ ਸਾਡੇ ਲਈ ਇਨਾ ਮਾੜਾ ਕਥੇ ਕਰ ਦਿੱਤਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੁੰਦਾ ਕਿ ਪਰਮਾਤਮਾ ਜੋ ਕਰਦਾ ਉਹ ਗਲਤ ਨਹੀਂ ਕਰਦਾ ਪਰ ਜਿਹਦਾ ਜੀ ਚਲਾ ਜਾਂਦਾ ਉਹਨੂੰ ਤਾਂ ਇਹੀ ਲੱਗਦਾ ਕਿ ਪਰਮਾਤਮਾ ਨੇ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਮੇਰੇ ਨਾਲ ਖੋਦ ਦਾਸ ਨਾ ਹੋ ਚੁੱਕੀ ਆ ਮੈਂ ਵੀ ਇਹ ਸੋਚਦਾ ਸੀ ਲੇਕਿਨ ਸਮੇਂ ਦੇ ਨਾਲ ਨਾਲ ਉਹ ਚੀਜ਼ਾਂ ਕਲੀਅਰ ਹੋਣ ਲੱਗੀਆਂ ਕਿ ਜੋ ਪਰਮਾਤਮਾ ਕਰਦਾ ਹੈ ਉਹ ਹੁੰਦਾ ਤਾਂ ਠੀਕ ਹੈ ਲੇਕਿਨ ਸਾਡੀਆਂ ਅੱਖਾਂ ਦੇ ਨਾਲ ਜਦ ਸਾਡਾ ਜੋ ਸੁਭਾਅ ਹੈ ਉਹਦੇ ਨਾਲ ਉਹ ਚੰਗਾ ਸਾਨੂੰ ਨਹੀਂ ਲੱਗਦਾ ਅਸੀਂ ਕਹਿੰਨੇ ਆ ਕਿ ਆ ਮਾੜਾ ਕੀਤਾ ਮਾੜਾ ਚੰਗਾ ਤਾਂ ਉੱਪਰ ਵਾਲੇ ਦੇ ਹੱਥ ਵਿੱਚ ਹੈ ਉਹਨੇ ਮਾੜਾ ਕਦੋਂ ਕਰਨਾ ਤੇ ਚੰਗਾ ਕਦੋਂ ਕਰਨਾ ਇਹ ਤਾਂ ਉਹਦੋਂ ਪਤਾ ਹੈ ਕਿ ਉੱਪਰ ਵਾਲੇ ਨੇ ਕਦੋਂ ਕਿਹੜੀ ਗੱਲ ਕਿੱਥੇ ਹੋਣੀ ਹੈ ਲੇਕਿਨ ਪ੍ਰੋਬਲਮ ਇੱਥੇ ਆ ਜਾਂਦੀ ਕਿ ਜਿਹਦਾ ਪਰਿਵਾਰ ਦਾ ਜੀ ਚਲਿਆ ਗਿਆ ਉਹਨੂੰ ਕੁਝ ਵੀ ਤੁਸੀਂ ਕਹਿ ਲਓ ਉਹਨੂੰ ਕੁਝ ਚੰਗਾ ਨਹੀਂ ਲੱਗਦਾ ਕਹਿਣ ਦੀਆਂ ਗੱਲਾਂ ਬਹੁਤ ਨੇ ਸਾਰੀ ਦਿਹਾੜੀ ਬੋਲੀ ਜਾਓ ਤੇ ਗੱਲਾਂ 'ਚੋਂ ਗੱਲਾਂ ਬਹੁਤ ਨਿਕਲਣੀਆਂ ਨੇ ਤੁਸੀਂ ਕਿਸੇ ਬੰਦੇ ਨੂੰ ਫੋਲ ਕੇ ਦੇਖੋ ਉਹ ਕਹਿੰਦਾ ਮੈਂ ਦੁਖੀ ਹਾਂ ਜਿਹਨੂੰ ਪੁੱਛੋਗੇ ਉਹ ਦੁਖੀ ਤੋਂ ਦੁਖੀ ਦੁਨੀਆ ਹੈ ਪਰ ਹਾਂ ਦੁੱਖ ਜਿਹੜੇ ਆ ਇੱਕ ਤੁਹਾਨੂੰ ਜਦੋਂ ਦੁੱਖ ਆਉਂਦਾ ਆ ਉਹ ਤੁਹਾਨੂੰ ਜੀਣਾ ਵੀ ਸਿਖਾਉਂਦਾ ਜਦੋਂ ਤੁਹਾਡੇ ਨਾਲ ਕੋਈ ਇਦਾਂ ਦਾ ਕਾਂਢ ਹੋ ਜਾਂਦਾ ਉਸ ਦੇ ਨਾਲ ਪਰਬਾਰ ਜਿਹੜਾ ਆ ਹੋਰ ਤਕੜਾ ਵੀ ਹੋ ਜਾਂਦਾ ਔਰ ਹੋਰ ਲੜਨਾ ਸਿੱਖਦਾ ਔਰ ਮੈਂ ਵੀ ਕਹੂੰਗਾ ਕਿ ਠੀਕ ਆ ਪਾਣੂ ਦੁੱਖ ਜਿਹੜਾ ਉਹ ਇੱਕ ਸਾਈਡ ਤੇ ਰੱਖ ਕੇ ਜਦੋਂ ਦੁੱਖ ਹੁੰਦਾ ਜਿਹੜੇ ਪਰਿਵਾਰ ਨੂੰ ਉਹਨਾਂ ਨੂੰ ਮੈਂ ਕਹੂੰਗਾ ਵੀ ਤੁਸੀਂ ਬਾਣੀ ਦੇ ਨਾਲ ਜੁੜੋ ਪਰਮਾਤਮਾ ਨੂੰ ਮੰਨੋ ਤੁਹਾਡਾ ਮਨ ਜਿਹੜਾ ਹੌਲੀ-ਹੌਲੀ ਫੇਰ ਜਾਗਾ ਬਾਣੀ পড়ੋਗੇ ਜਾਂ ਗੁਰਦੁਆਰੇ ਜਾਓਗੇ ਜਾਂ ਮੰਦਰ ਜਿੱਥੇ ਵੀ ਜਾਂਦੇ ਹੋ ਚਾਓ ਜਾ ਕੇ ਟਾਈਮ ਸਪੈਂਡ ਕਰੋ ਔਰ ਥੋੜਾ ਇਸ ਪਾਸੇ ਨੂੰ ਸੋਚਣਾ ਸ਼ੁਰੂ ਕਰੋ ਕਿ ਪਰਮਾਤਮਾ ਸਾਨੂੰ ਖੁਦ ਰਾਹਤਾ ਦੁਕਾ ਔਰ ਮੈਂ ਯਕੀਨ ਕਰਦਾ ਕਿ ਪਰਮਾਤਮਾ ਤੁਹਾਨੂੰ ਜਰੂਰ ਐਸਾ ਰਾਹਤਾ ਦਿਖਾਏਗਾ ਕਿ ਤੁਹਾਨੂੰ ਹੌਲੀ-ਹੌਲੀ ਇੱਕਦਮ ਨਹੀਂ ਹੋ ਸਕਦਾ ਐਸੀ ਚੀਜ਼ ਹੈ ਕਿ ਜੇ ਕੱਲ ਨੂੰ ਕਹਾਂ ਟੀਕਾ ਲਾ ਦਿੱਤਾ ਜਾਵੇ ਨਹੀਂ ਹੋ ਸਕਦਾ ਇਹ ਹੋਊਗਾ ਕਿਦਾਂ ਕਿਸ ਤਰ੍ਹਾਂ ਹੌਲੀ-ਹੌਲੀ ਮਨ ਤੁਹਾਡਾ ਵੱਜੇਗਾ ਹੌਲੀ-ਹੌਲੀ ਜਿਹੜੀਆਂ ਪ੍ਰੋਬਲਮਾਂ ਉਹ ਕਲੀਅਰ ਹੋਣਗੀਆਂ ਔਰ ਤੁਹਾਨੂੰ ਹੌਲੀ-ਹੌਲੀ ਸਮਝ ਆਊਗੀ ਫਿਰ ਇੱਕ ਦਿਨ ਐਸਾ ਆਊਗਾ ਕਿ ਤੁਸੀਂ ਖੁਦ ਸੋਚੋਗੇ ਕਿ ਪ੍ਰਮਾਤਮਾ ਨੇ ਜੋ ਕੀਤਾ ਜਾਂ ਜਿੱਦਾਂ ਹੋਇਆ ਉਹ ਠੀਕ ਹੋਇਆ ਜਾਂ ਨਹੀਂ ਠੀਕ ਹੋਇਆ ਤੁਹਾਨੂੰ ਖੁਦ ਹੀ ਜਦੋਂ ਤੁਸੀਂ ਜਿਹੜੇ ਵੀ ਮੰਦਰ ਨੂੰ ਮੰਨਦੇ ਹੋ ਜਾਂ ਗੁਰਦੁਆਰੇ ਨੂੰ ਮੰਨਦੇ ਹੋ ਜਾਂ ਚਰਚ ਨੂੰ ਮੰਨਦੇ ਹੋ ਜਦੋਂ ਉੱਥੇ ਜਾਓਗੇ ਹੌਲੀ-ਹੌਲੀ-ਹੌਲੀ ਕਰਕੇ ਤੁਹਾਡਾ ਮਨ ਜਿਹੜਾ ਹੈ ਉਹ ਇਸ ਪਾਸੇ ਨੂੰ ਮੰਨਣ ਲੱਗ ਜਾਏਗਾ ਕਿ ਪ੍ਰਮਾਤਮਾ ਤੇ ਭਰੋਸਾ ਰੱਖਣ ਦਾ ਕੀ ਮਤਲਬ ਹੈ ਤੁਹਾਡਾ ਭਰੋਸਾ ਬਣ ਜਾਏਗਾ ਭਰੋਸਾ ਬਣ ਦੇ ਨਾਲ ਹੌਲੀ ਹੌਲੀ ਕਰਕੇ ਤੁਹਾਨੂੰ ਇਹ ਯਕੀਨ ਆ ਜਾਏਗਾ ਕਿ ਪਰਮਾਤਮਾ ਠੀਕ ਕਰਦਾ ਹੈ ਜਾਂ ਪਰਮਾਤਮਾ ਨੇ ਸਾਡੇ ਨਾਲ ਆ ਕੀਤਾ ਬੜੀਆਂ ਹੀ ਧਾਰਨਾ ਨੇ ਦੁਨੀਆ ਦੇ ਵਿੱਚ ਜਿਵੇਂ ਧਾਰਨਾ ਦੇਣ ਲੱਗ ਜਾ ਤੇ ਮੇਰਾ خیال ਅੱਧੀ ਜ਼ਿੰਦਗੀ ਨਗਾ ਸਕਦਾ ਕਿ ਇਦਾਂ ਦੀ ਧਾਰਨਾ ਦਾਖ ਨੇ ਦੇਖੀਆਂ ਹੋਈਆਂ ਕਿ ਪਰਿਵਾਰ ਦੇ ਨਾਲ ਮਾੜਾ ਹੋਇਆ ਮੈਂ ਵੀ ਦੇਖਿਆ ਕਿ ਬਹੁਤ ਮਾੜਾ ਹੋਇਆ ਲੇਕਿਨ ਕੁਝ ਸਾਲ ਪਾ ਕੇ ਉਸ ਪਰਿਵਾਰ ਨੂੰ ਜਦੋਂ ਵਾਪਸ ਦੇਖਿਆ ਕਿ ਠੀਕ ਹੈ ਜੀ ਉਦੋਂ ਮਾੜਾ ਹੋਇਆ ਸੀ ਲੇਕਿਨ ਉਸ ਤੋਂ ਬਾਅਦ ਪਰਮਾਤਮਾ ਨੇ ਤਰਸ ਖਾ ਕੇ ਰਹਿਮ ਵੀ ਕੀਤਾ ਹੈ ਆ ਦੇਖੋ ਅੱਜ ਉਹ ਪਰਿਵਾਰ ਇੱਥੇ ਬੈਠਾ ਹੈ ਬੈਗ ਇਹਨਾਂ ਦੇ ਕਈ ਪਰਿਵਾਰ ਐਸੇ ਤੁਹਾਨੂੰ ਦਿਖਾ ਸਕਦਾ ਇੱਥੇ ਜਿਹੜੇ ਆਏ ਜਿਨ੍ਹਾਂ ਨੂੰ ਇਹ ਕੰਟਰੀ ਨਹੀਂ ਵਧਿਆ ਹੋਈ ਕਿਉਂਕਿ ਉਹਨਾਂ ਦੇ ਆਉਂਦਿਆਂ ਦੇ ਡੈਥ ਹੋ ਗਈ ਜਾਂ ਕੋਈ ਐਸਾ ਕੰਮ ਹੋਇਆ ਕਿ ਪਿੱਛੇ ਡੈਥ ਹੋ ਗਈ ਪਿੱਛੇ ਨਹੀਂ ਕੋ ਰਿਆ ਪਰ ਤੁਸੀਂ ਇਹਨੂੰ ਦੱਸਦੇ ਜੇ ਉਹਨੂੰ ਸਾਰਾ ਕੁਝ ਕਰਕੇ ਦੇਖੋਗੇ ਪਰਮਾਤਮਾ ਨੇ ਕੋਈ ਵੀ ਜਿਹੜੀ ਚੀਜ਼ ਆ ਉਹ ਆਪਣੇ ਨਾਂ ਤੇ ਨਹੀਂ ਲੈਣੀ ਕੋਈ ਵੀ ਚੀਜ਼ ਆ ਜਿਹੜੀ ਉਹ ਇਨਸਾਨ ਦੇ ਹੀ ਨਾਂ ਤੇ ਲੱਗਣੀ ਹੈ ਕਿ ਗਲਤੀ ਜਿਹੜੀ ਕੀਤੀ ਉਹ ਇਨਸਾਨ ਨੇ ਹੀ ਕੀਤੀ ਪਰਮਾਤਮਾ ਨੇ ਕਦੀ ਗਲਤੀ ਨਹੀਂ ਕਰਨੀ ਨਾਉ ਗਲਤ ਸੀ ਨਾਉ ਗਲਤ ਹੈ ਨਾ ਗਲਤ ਹੋਊਗਾ ਗਲਤੀ ਜਿਹੜੀ ਆ ਉਹ ਇਨਸਾਨ ਇੱਕ ਜੋ ਪੰਜ ਤਤਾਂ ਦਾ ਬਣਿਆ ਹੋਇਆ ਪੁਤਨਾ ਹੈ ਗਲਤੀ ਇਹੀ ਕਰਦਾ ਹੈ ਗਲਤੀ ਜਿਹੜੀ ਹੈ ਉਹ ਕਰ ਲੈਂਦਾ ਲੇਕਿਨ ਉਹਨੂੰ ਪਤਾ ਨਹੀਂ ਲੱਗਦਾ ਮੈਂ ਗਲਤੀ ਕੀਤੀ ਕਿੱਥੇ ਮੇਰੇ ਤੋਂ ਗਲਤੀ ਕਿੱਦਾਂ ਹੋਈ ਜਦੋਂ ਆਪਾਂ ਇਸ ਪਾਸੇ ਨੂੰ ਚੱਲ ਪਿੰਦੇ ਆ ਫੇਲ ਤੁਹਾਡਾ ਮਨ ਜਿਹੜਾ ਹੈ ਉਹ ਮੰਨਦਾ ਨਹੀਂ ਇਹ ਗੱਲ ਕਿ ਗਲਤੀ ਮੇਰੇ ਤੋਂ ਹੋਈ ਅਸੀਂ ਕਹਿੰਨੇ ਐਂਡ ਆਫ ਦਾ ਡੇ ਕਹਿਣਾ ਜੀ ਪ੍ਰਮਾਤਮਾ ਨੇ ਕੀਤਾ ਠੀਕ ਹੈ ਪ੍ਰਮਾਤਮਾ ਨੇ ਕੀਤਾ ਲੇਕਿਨ ਗਲਤੀ ਤਾਂ ਉਸ ਬੰਦੇ ਦੀ ਆ ਨਾ ਜਿਸ ਨੇ ਗਨ ਠਾਈ ਤੇ ਗੋਲੀ ਚਲਾ ਦਿੱਤੀ ਪਰਮਾਤਮਾ ਦਾ ਉੱਥੇ ਕੀ ਕਸੂਰ ਹੈ ਪਰਮਾਤਮਾ ਨੇ ਕੀ ਕਰਨਾ ਇੱਕ ਬੇਵਕੂਫ ਬੰਦਾ ਜਿਹੜਾ ਕਮੜਾ ਸਿਰ ਫਿਰਿਆ ਉਹਨੇ ਗੋਲੀ ਚਲਾਤੀ ਪਰਮਾਤਮਾ ਨੇ ਫਿਰ ਵੀ ਇਹ ਚੰਗਾ ਕਰਨਾ ਕਿ ਉਹ ਫੈਡੈਕਸ ਦੇ ਕੰਮ ਕਰਦੇ ਸੀ ਫੈਡੈਕਸ ਦੇ ਕੰਮ ਕਰਨ ਦਾ ਮਤਲਬ ਇੰਸ਼ੋਰੈਂਸ ਹੈਗੀ ਜੇ ਇਹੇ ਚੀਜ਼ ਇੰਡੀਆ ਹੁੰਦੀ ਉੱਥੇ ਨਾ ਗਵਰਨਮੈਂਟ ਨੇ ਪੁੱਛਣਾ ਸੀ ਨਾ ਕਿਸੇ ਬੰਦੇ ਨੇ ਪੁੱਛਣਾ ਸੀ ਇਹ ਕਾਹਣ ਗਵਾਨ ਨੇ 2-4 ਦਿਨ ਰੋਟੀ ਦੇਣੀ ਸੀ ਉਸ ਤੋਂ ਬਾਅਦ ਉਹ ਪਰਿਵਾਰ ਆਪਣੇ ਹੀ ਲਈ ਇੱਥੇ ਹੁਣ ਕਿੰਨਾ ਜਿਹੜਾ ਇਨਸਾਨ ਇੱਥੇ ਆ ਗਿਆ ਮੈਂ ਇਹ ਨਹੀਂ ਕਹਿੰਦਾ ਕਿ ਬਹੁਤ ਵਧੀਆ ਹੋਇਆ ਉਹਨਾਂ ਨੂੰ ਪੈਸੇ ਮਿਲ ਜਾਣਗੇ ਜਾਂ ਗਵਰਨਮੈਂਟ ਹੈਲਪ ਕਰੂਗੀ ਮੈਂ ਕਿੰਨਾ ਕਿ ਇੱਥੇ ਦਾ ਸਿਸਟਮ ਜਿਹੜਾ ਆ ਉਹ ਇੰਨਾ ਕੁ ਵਧੀਆ ਕਿ ਪਿੱਛੇ ਬੱਚਿਆਂ ਦੀ ਹਸਬੰਦ ਦੀ ਲੋਕਲ ਪੈਡਰਨ ਸਾਰੇ ਰੜ ਕੇ ਟੇਕ ਕੇਅਰ ਕਰਨਗੇ ਫਿਰ ਉਹ ਮੈਂ ਇਹ ਕਹਦਾ ਕਿ ਮਾਰਾ ਹੋਇਆ ਕਿ ਉਹਨਾਂ ਦੀ ਡੈਥ ਹੋ ਗਈ ਲੇਕਿਨ ਦੂਸਰੇ ਪਾਸੇ ਇਹ ਚੰਗਾ ਵੀ ਹੋਇਆ ਕਿ ਉਹਨਾਂ ਦੀ ਡੈਥ ਇੱਥੇ ਆ ਕੇ ਹੋਈ ਨਹੀਂ ਤਾਂ ਸਾਰਾ ਪਰਿਵਾਰ ਰੋਲ ਜਾਣਾ ਸੀ ਜੇ ਇੰਡੀਆ ਦੇ ਵਿੱਚ ਹੁੰਦਾ ਮੈਂ ਰੋਦੇ ਪਰਿਵਾਰ ਦੇਖੇ ਨੇ ਫਿਰ ਵੀ ਮੈਂ ਹਰ ਇੱਕ ਨੂੰ ਇਹ ਬੇਨਤੀ ਕਰਦਾ ਕਿ ਥੋੜਾ ਪੋਜ਼ਿਟਿਵ ਥੋੜਾ ਪੋਜ਼ਿਟਿਵ ਸੋਚੋ ਪਰ ਪੋਜ਼ਿਟਿਵ ਸੋਚਣਾ ਇਹ ਕਹਿਣ ਦੀਆਂ ਗੱਲਾਂ ਨੇ ਕਹਿਣ ਨੂੰ ਸਾਰੀ ਦਿਹਾੜੀ ਮੈਂ ਬੋਲੀ ਜਾਵਾਂ ਤਾਂ ਵੀ ਇੱਕ ਮੈਂ ਕਹਿ ਸਕਦਾ ਕਿ ਪੋਜ਼ਿਟਿਵ ਲੇਕਿਨ ਜਿਨ੍ਹਾਂ ਦੀ ਮਦਦ ਨਹੀਂ ਰਹੀ ਉਹਨਾਂ ਲਈ ਉਹਨਾਂ ਨੂੰ ਕੁਝ ਪੋਜ਼ਿਟਿਵ ਨਹੀਂ ਲੱਗਦਾ ਉਹਨਾਂ ਨੂੰ ਲੱਗਦਾ ਕਿ ਇਹ ਸਾਰੀਆਂ ਗੱਲਾਂ ਨੇ ਇਹ ਟੀਵੀ ਤੇ ਬੈਠ ਕੇ ਜਿਹੜੇ ਹੋਸ ਨੇ ਐਵੇਂ ਗੱਲਾਂ ਮਾਰਦੇ ਨੇ ਇਹ ਐਵੇਂ ਗੱਲਾਂ ਨਹੀਂ ਮਾਰਦੇ ਜੀ ਇਹ ਬੀਤੀ ਹੋਈ ਆ ਉਥੋਂ ਦੀ ਲੰਘੇ ਹੋਏ ਆ ਤਾਂ ਕਰਕੇ ਤਿਆਰਬ ਇਹਦੇ ਨਾਲ ਕਹਿ ਰਹੇ ਆ ਕਿ ਤੁਸੀਂ ਹੌਲੀ ਹੌਲੀ ਜਿਹੜੇ ਭਗਵਾਨ ਨੂੰ ਮੰਨਦੇ ਹੋ ਗੁਰਦੁਆਰੇ ਮੰਦਿਰ ਮਸਜਿਦ ਉੱਥੇ ਜਾਣਾ ਸ਼ੁਰੂ ਕਰੋ ਤੁਹਾਨੂੰ ਫਿਰ ਪਤਾ ਲੱਗੂਗਾ ਕਿ ਪਰਮਾਤਮਾ ਜਿਹੜਾ ਆ ਉਹ ਤਾਂ ਤੁਹਾਨੂੰ ਇਨਸਾਨ ਬਣਾ ਕੇ ਭੇਜਦਾ ਇਨਸਾਨ ਤੋਂ ਜਾਨਵਰ ਤੁਸੀਂ ਖੁਦ ਬਣਿਆ ਇੱਕ ਜਾਨਵਰ ਨੇ ਜਾਨਵਰ ਨੂੰ ਵੱਢ ਲਿਆ ਪਰਮਾਤਮਾ ਦਾ ਉੱਥੇ ਕੋਈ ਕਸੂਰ ਨਹੀਂ ਇੱਕ ਇਨਸਾਨ ਭੇਜਿਆ ਸੀ ਲੇਕਿਨ ਉਹਦਾ ਦਿਮਾਗ ਜਿਹੜਾ ਸੀ ਉਹ ਜਾਨਵਰਾਂ ਨਾਲ ਹੋ ਗਿਆ ਉਹਨੇ ਗੱਲ ਨੂੰ ਠਾਈ ਤੇ ਪੰਜ-ਸੱਤ ਬੰਦੇ ਮਾਰ ਕੇ ਸਾਹ ਲਿਆ ਉਹ ਜਾਨਵਰ ਸੀ ਉੱਥੇ ਪਰਮਾਤਮਾ ਦਾ ਕੋਈ ਲੈਣਾ ਦੇਣਾ ਨਹੀਂ ਹੈ ਪਰਮਾਤਮਾ ਕਹਿੰਦਾ ਪਰਮਾਤਮਾ ਨੇ ਇਨਸਾਨ ਬਣਾਇਆ ਇਨਸਾਨ ਤੋਂ ਜਾਨਵਰ ਬਣ ਗਿਆ ਜਾਨਵਰ ਵੜ ਕੇ ਜਾਨਵਰਾਂ ਵਾਲੇ ਕੰਮ ਕਰਦਾ ਹੈ ਤੇ ਉੱਥੇ ਪਰਮਾਤਮਾ ਕੀ ਕਰ ਲਵੇ ਬਾਕੀ ਇਹ ਜੀ ਕਹਿਣ ਦੀਆਂ ਗੱਲਾਂ ਨੇ ਜਦੋਂ ਅਸਲ ਜ਼ਿੰਦਗੀ ਦੇ ਵਿੱਚ ਵਿਚਰਨਾ ਪਊਗਾ ਤੁਸੀਂ ਬਾਣੀ ਨਾਲ ਜੁੜੋ ਜਾਂ ਮੰਦਰ ਨਾਲ ਜੁੜੋ ਤੁਹਾਨੂੰ ਆਪ ਹੀ ਸਮਝ ਆ ਜਾਣੀ ਕਿ ਪਰਮਾਤਮਾ ਕਿਸ ਪਾਸੇ ਲੈ ਕੇ ਜਾਂਦਾ ਹੈ ਇਸੇ ਤਰ੍ਹਾਂ ਹੀ ਕਮਿਊਨਿਟੀ ਦੀ ਹੈਲਪ ਕਰੋ ਤੁਹਾਡਾ ਮਨ ਹੋਰ ਪਾਸੇ ਪਊਗਾ ਕੰਮ ਤੇ ਜਾਓ ਬੇਲੇ ਨਾ ਬੈਠੋ ਬਹੁਤ ਗੱਲਾਂ ਨੇ ਜਿਹੜੀਆਂ ਤੁਸੀਂ ਕਰ ਸਕਦੇ ਹੋ ਕੋਈ ਇਨਸਾਨ ਕਰ ਸਕਦਾ ਪਰ ਇਸੇ ਨਾਲ ਜਿਹੜੀ ਥਵੀ ਹੈ ਉਹ ਭੱਜੀ ਜਾ ਰਹੀ ਹੈ ਵਿੜਾ ਹੋ ਗਿਆ ਛੋਟੀ ਜਿਹੀ ਬ੍ਰੇਕ ਦਾ ਆਓ ਮਿਲਦੇ ਹਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪੇ ਨਾਲ ਗੈਸ ਵੀ ਆ ਜੁੜਨਗੇ ਆਪਾਂ ਉਹਨਾਂ ਨੂੰ ਜ਼ਰੂਰ ਉਕਰਾ ਮੰਗਦੇ ਹਾਂ ਉਹਦੇ ਉੱਪਰ ਛੋਟੀ ਜਿਹੀ ਬ੍ਰੇਕ ਜੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਹਜਰਾਂ سلسلہ ਆਪਣਾ ਉਹੀ ਹੈ ਕਿ ਜੋ ਹੋਇਆ ਉਹ ਮਾਰਾ ਹੋਇਆ ਲੇਕਿਨ ਆਪਾਂ ਕੁਝ ਕਰ ਵੀ ਨਹੀਂ ਸਕਦੇ ਜੋ ਲਿਖਿਆ ਹੈ ਉਹ ਹੋਣਾ ਹੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਮੈਂ ਤਾਂ ਕੀ ਕਰਨਾ ਕੋਈ ਵੀ ਦੁਨੀਆ ਦਾ ਇਨਸਾਨ ਆ ਜਾਏ ਜਿਹੜੀ ਹੋਣੀ ਹੈ ਉਹ ਹੋ ਕੇ ਰਹਿਣੀ ਹੈ ਉਹਨੂੰ ਕੋਈ ਰੋਕ ਨਹੀਂ ਸਕਦਾ ਪਰ ਫਿਰ ਵੀ ਇਸ ਸਿਲਸਿਲੇ ਨਾਲ ਆਪਾਂ ਜੁੜੇ ਆਂ ਆਪਣੇ ਨਾਲ ਆਪਣੇ ਜੁੜੇ ਨੇ ਲੋਕਲ ਸਿਦਾਂਤ ਮਹੰਤ ਜੀ ਆਪਾਂ ਨੂੰ ਪਹਿਲਾਂ ਦਾ ਵੈਲਕਮ ਕਹਿੰਦੇ ਆ ਮਹੰਤ ਸਾਹਿਬ ਤੁਹਾਡਾ ਨਿਗਾ ਸਵਾਗਤ ਹੈ ਜਸਦੀਪ ਤੇਜੀ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ ਵਾਚੂਕੀ ਹੈ ਮਹੰਤਾ ਜਿਹੜੀ ਆਪਾਂ ਗੱਲ ਕਰਦੇ ਪਏ ਸੀ ਆਬੀਸਲੀ ਤੁਸੀਂ ਸੁਣੀ ਹੋਣੀ ਹੈ ਬੈਕਐਂਡ ਤੇ ਕਿ ਜੋ ਆ ਇੰਡੀਆ ਐਪਸ ਪਾਣਾ ਵਰਤਿਆ ਉਹ ਮੈਂ ਚਾਹੂੰਗਾ ਕਿ ਤੁਸੀਂ ਵੀ ਜਰੂਰ ਇਸ ਤੁਸੀਂ ਇਸ ਕਮਿਊਨਿਟੀ ਵਿੱਚ ਚਰਦੇ ਹੋ ਕਾਫੀ ਸਾਲ ਹੋ ਗਏ ਥੋੜਾ ਇਸ ਦੇ ਚਾਨਣਾ ਪਾਓ ਕਿ ਜਦੋਂ ਇਦਾਂ ਹੋ ਜਾਂਦੀ ਹੈ ਤੇ ਬੰਦੇ ਨੂੰ ਕੀ ਕਰਨਾ ਚਾਹੀਦਾ ਕੋਈ ਜਿਹੜਾ ਹੋਇਆ ਬਹੁਤ ਮਾਰਾ ਹੋਇਆ ਉਹ ਜਿਵੇਂ ਜਿਵੇਂ ਮੈਂ ਦੇਖਦਾ ਵੀ 19 ਸਾਲ ਦਾ ਇੱਕ ਜਵਾਨ ਸੀਗਾ ਠੀਕ ਹੈ ਜੀ ਹੰਡਰ ਡਿਪਰੈਸ਼ਨ ਸੀਗਾ ਜੌਬ ਤੋਂ ਉਹਨੂੰ ਲੇਆਫ ਕੀਤਾ ਕਿਸੇ ਵੀ ਰੀਜ਼ਨ ਦੀ ਵਜ੍ਹਾ ਨਾਲ ਤਾਂ ਸੀਮਸ ਲਾਈਕ ਕਿ ਉਹਦਾ ਮਾਈਂਡ ਹੈਗਾ ਉਹਨਾਂ ਗ੍ਰੋਪ ਨਹੀਂ ਹੋ ਸਕਿਆ ਸ਼ਾਇਦ ਉਹਨੂੰ ਕੋਈ ਗੱਲ ਕਰਨ ਵਾਲਾ ਬੰਦਾ ਨਹੀਂ ਮਿਲ ਸਕਿਆ ਵੀ ਹੁਣ ਇਹ ਸਿਚੁਏਸ਼ਨ 'ਚ ਮੈਂ ਕੀ ਕਰੂੰਗਾ ਜੀ ਅਨਪਲੋਇਮੈਂਟ ਬਹੁਤ ਜ਼ਿਆਦਾ ਵਧੀ ਜਾਂਦੀ ਹੈਗੀ ਤੇ ਜਿਹੜੇ ਬੰਦੇ ਜਿਹੜੇ ਇਸ ਵਿੱਚ ਸਪੈਸ਼ਲੀ ਅਮਰੀਕਾ ਦੇ ਵਿੱਚ ਆਪਣੇ इवन ਆਪਣੀ ਕਮਿਊਨਿਟੀ ਦੇ ਵੀ ਜਿਹੜੇ ਜਵਾਨ ਹੁੰਦੇ ਹੈਗੇ 17 18 ਸਾਲ ਦੇ ਚ ਉਹ ਮੂਵ ਆਊਟ ਕਰਨਾ ਸ਼ੁਰੂ ਕਰ ਦਿੰਦੇ ਹੈ ਘਰ ਤੋਂ ਅਪਾਰਟਮੈਂਟਸ ਲੈਂਦੇ ਆਗੇ ਆਪਦੀ ਗੱਡੀਆਂ ਲੈਂਦੇ ਆਪਦੀ ਜੌਬਸ ਕਰਕੇ ਆਪਦੀ ਜੀਵਨ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕਰਦੇ ਹੈਗੇ ਮੇਬੀ ਹੋ ਸਕਦਾ ਹੈ ਕਿ ਅੰਦਰ ਬਹੁਤ ਜ਼ਿਆਦਾ ਪ੍ਰੈਸ਼ਰ ਹੋਵੇ ਉਹਦੇ ਕਿ ਸ਼ਾਇਦ ਉਹਨੇ ਕੋਈ ਲੋਨ ਦੇਣਾ ਹੋਵੇ ਜਾਂ ਕਰਦੇ ਆਪ ਤੇ ਰੈਂਟ ਵਗੈਰਾ ਨਾ ਦੇ ਸਕਦਾ ਹੋਵੇ ਤਾ ਕਿਸੇ ਗੱਲ ਤੇ ਗੁੱਸਾ ਹੋਵੇ ਉਹਨੂੰ ਕੋਈ ਬੰਦਾ ਗੱਲ ਕਰਨ ਨਾਲ ਨਾ ਮਿਲੇ ਆਪਣੀ ਇਸ ਕੰਟਰੀ ਦੇ ਵਿੱਚ ਜਿੰਨੇ ਡਿਵੈਲਪਡ ਕੰਟਰੀ ਜੈਗੇ ਵੈਸਟਰਨ ਕੰਟਰੀ ਜੈਗੇ ਉਹਨਾਂ 'ਚ ਇਹ ਚੀਜ਼ ਦਾ ਬਹੁਤ ਇਸ਼ੂ ਆ ਰਿਹਾ ਹੈਗਾ ਵੀ ਬੰਦੇ ਨੂੰ ਬੰਦਾ ਨਹੀਂ ਮਿਲਦਾ ਗੱਲ ਕਰਨ ਨਾਲ ਬੇਸ਼ੱਕ ਉਹ ਜਵਾਨ ਹੋਣ ਬੇਸ਼ੱਕ ਉਹ ਬਜ਼ੁਰਗ ਹੋਣ ਜਾਂ ਆਪਣੀ ਏਜ ਫੈਕਟਰ ਦੇ ਹੋਣ ਇਹ ਬਹੁਤ ਵੱਡੀ ਪ੍ਰੋਬਲਮ ਹੈ ਸਪੈਸ਼ਲੀ ਤੁਸੀਂ ਇਹ ਫੀਲ ਕਰੋਗੇ ਵੀਕਐਂਡਸ ਤੇ ਜਿਆਦਾ ਨਾ ਕੋਈ ਵੀਕਡੇਜ਼ ਤੇ ਸਾਰੇ ਲੋਕ ਕੰਮ ਕਰ ਰਹੇ ਹੁੰਦੇ ਆ ਬਿਜ਼ੀ ਹੁੰਦੇ ਹੈਗੇ ਸਵੇਰੇ ਸਤੂ ਰੀ ਤੁਲਾ ਜਾਂਦੇ ਸ਼ਾਂਦੇ 6:07 ਵੱਜ ਜਾਂਦੇ ਹੈ ਰੋਟੀ ਪਾਣੀ ਬਣਾਓ ਆਪਦਾ ਸੋ ਜੋ ரைਟ ਤਾਂ ਵੀਕੈਂਡ ਥੋੜਾ ਬੰਦ ਨੂੰ ਟਾਈਮ ਮਿਲਦਾ ਸੋਚੋ ਸਮਝ ਵਾਸਤੇ ਮੈਂ ਕੀ ਕਰਦਾ ਕੀ ਕਰਨਾ ਚਾਹੁੰਦਾ ਜੁਨੀ ਭਾਜੀ ਤੁਸੀਂ ਬਹੁਤ ਅੱਛੀ ਗੱਲ ਕੀਤੀ ਜਿਹੜਾ ਤੁਸੀਂ ਕਿਹਾ ਵੀ ਆਪਦੇ ਵਿਰਸੇ ਨਾਲ ਜੁੜੋ ਗੁਰੂ ਗੁਰੂ ਸਾਹਿਬ ਆਪਣੇ ਗੁਰਦੁਆਰਾ ਸਾਹਿਬ ਜਾਓ ਆਪਣੇ ਮੰਦਰ ਜਾਓ ਉੱਥੇ ਜਾ ਕੇ ਤੁਸੀਂ ਮੱਥਾ ਟੇਕਦੇ ਹੋਗੇ ਕੋ ਗੁਰਬਾਣੀ ਕਰਨ ਚ ਪੈਂਦੀ ਹੈ ਤੁਹਾਡੇ ਕੋਈ ਅੱਛੇ ਤੁਹਾਡੇ ਪੋਜ਼ਿਟਿਵ ਵਿਚਾਰ ਹੁੰਦੇ ਹੈ ਦੋ ਲੋਕਾਂ ਨਾਲ ਮਿਲਦੇ ਬੈਠਦੇ ਅੱਛਾ ਸੋਚਦੇ ਹੋ ਏਚ ਜਿਆ ਹੋਣੀ ਬਹੁਤ ਜ਼ਰੂਰੀ ਆ ਸਪਿਰਚੁਅਲ ਹੋਣਾ ਬਹੁਤ ਜ਼ਰੂਰੀ ਹੈ ਆ ਖੱਟੇ ਬੈਠ ਕੇ ਗੱਲਾਂ ਕਰਨੀਆਂ ਬਹੁਤ ਜ਼ਰੂਰੀ ਆ ਹਰੇਕ ਨੂੰ ਆਪਦੇ ਮਾਈਂਡ ਚ ਕੀ ਚੱਲ ਰਿਹਾ ਉਹ ਸ਼ੇਅਰ ਕਰਨਾ ਚਾਹੀਦਾ ਹੈਗਾ ਆਪ ਨੂੰ ਨਹੀਂ ਪਤਾ ਉਹਦੀ ਜਵਾਕ ਦੀ ਕੀ ਕੰਡੀਸ਼ਨ ਸੀ ਕੱਲ ਨੂੰ ਹੋ ਸਕਦਾ ਮੇਰੇ ਜਵਾਕ ਵੀ ਉਸ ਪੋਜੀਸ਼ਨ ਤੇ ਹੋਣ ਬਰੇ ਅਲਾਰਮਿੰਗ ਆਪਣੇ ਵਾਸਤੇ ਇੱਕ ਲੈਸਨ ਹੈ ਸਿੱਖਣ ਵਾਸਤੇ ਜੋ ਹੋਇਆ ਬਹੁਤ ਮਾੜਾ ਹੋਇਆ ਠੀਕ ਹੈ ਆਪਣੀ ਕਮਿਊਨਿਟੀ ਦੇ ਵੀ ਚਾਰ ਸਦਸਤੇ ਸੀਗੇ ਜਿਹੜੇ ਉਹਦੇ ਹਾਦਸੇ ਦੇ ਵਿੱਚ ਇਨਵੋਲ ਹੋਏ ਜਿਹੜੇ ਕਿ ਜਿੰਨੇ ਡੈਥ ਹੋਈ ਉਹ ਤੋਂ ਇਲਾਵਾ ਦੂਜੇ ਕਮਿਊਨਿਟੀ ਦੇ ਵੀ ਸੀਗੇ ਆਪਣੇ ਅਮਰੀਕਨ ਬੋਨ ਵੀ ਸੀਗੇ ਜਿਹੜੇ ਉਹਨਾਂ ਦੇ ਵੀ ਹੋਈ ਮਾੜੀ ਗੱਲ ਹੋਈ ਕੋਈ ਵੀ ਹੈ ਕੋਈ ਵੀ ਕਮਿਊਨਿਟੀ ਦਾ ਹੋਇਆ ਮਾੜਾ ਹੋਇਆ ਜੋ ਹੋਇਆ ਹੈਗਾ ਜੀ ਇਹ ਆਊਟ ਸੇ ਓਨਲੀ ਚੀਜ਼ ਕਿ ਆਪਾਂ ਇਹਨੂੰ ਅੱਗੇ ਤੋਂ ਵਰਡ ਕਰ ਸਕਦੇ ਆਪਾਂ ਇੱਕ ਦੂਜੇ ਨੂੰ ਟਾਈਮ ਜਣਾਣਾ ਸ਼ੁਰੂ ਕਰੀਏ ਇਨਸਾਨ ਬਣੀਏ ਨਾ ਕਿ ਸਿਰਫ ਪੈਸੇ ਮਗਰ ਭੱਜੀਏ ਰ ਇਹ ਇਨਸਾਨਵਾਨਾ ਜੁੜ ਗਿਆ ਮੇਰੀ ਨਜ਼ਰ ਚਾਹੀਏ ਬੈਠੋ ਗੱਲਬਾਤ ਕਰੋ ਸ਼ੇਅਰ ਕਰੋ ਚੁਗਲਾਂ ਚੂਟ ਜਿਹੜੀ ਚੁਗਲੀ ਹੈ ਨਿੰਦਾ ਹੈ ਉਹਨੂੰ ਨਾ ਕਰੋ ਉਹ 네ਗੇਟਿਵ ਜਿਹੜੀ ਗੱਲਾਂ ਕਰੇਗੇ 네ਗੇਟਿਵ ਹੀ ਇਫੈਕਟ ਹੋਣਗੇ 네ਗੇਟਿਵ ਜਾਵਾਂਗੇ ਅੱਗੇ ਸਾਰੇ ਕੰਮ 네ਗੇਟਿਵ ਹੋ ਜਾਣਗੇ ਸਿੰਪਲ ਜੀ ਗੱਲ ਹੈ ਸਵੇਰ ਉੱਠ ਕੇ ਤੁਸੀਂ ਰੱਬ ਦਾ ਨਾਮ ਲੈਨੇ ਹੋ ਸਾਰੇ ਵਾਸਤੇ ਚੰਗਾ ਮੰਗਦੇ ਹੋਗੇ ਤੁਹਾਡੇ ਵਾਸਤੇ ਚੰਗਾ ਹੋਣੀ ਹੈ ਜੇ ਉੱਠਣ ਸਾਰੇ ਤੁਸੀਂ ਉਹੀ ਗੱਲ ਆ ਜਾਂਦੇ ਹੋ ਫੋਨ ਮਲਾ ਕੇ ਦੂਜਿਆਂ ਦੇ 네ਗੇਟਿਵ ਯਾਰਾ ਜਿਹਦਾ ਨੁਕਸਾਨ ਕਿਵੇਂ ਕਰੀਏ ਉੱਤੇ ਜਾਈ ਜਾਂਦੇ ਕਿੰਨੇ ਛੁੱਲੇ ਕੇ ਮਕੀ ਚੀਜ਼ ਹੋ ਗਈ ਆਪਣੀ ਕਮਿਊਨਿਟੀ ਬਹੁਤ ਵੱ ਜੇ ਆਪ ਅੱਗੇ ਨਹੀਂ ਵੱਧ ਸਕਦੇ ਆਪ ਦੀ ਕੋਸ਼ਿਸ਼ਾਂ ਨਹੀਂ ਕਰਦੇ ਪਰ ਆਪਦੇ ਅੱਗੇ ਨੂੰ ਵਧਾਉਣ ਵਾਸਤੇ ਦੂਜਿਆਂ ਨੂੰ ਥੱਲੇ ਲੈ ਕੇ ਆਉਂਦੇ ਆ ਕਿਲੇ ਸੋਈ ਬਰਾਬਰ ਦੇ ਹੋ ਸਕੂ ਨੈਗੇਟਿਵ ਥਾਪਸ ਨੂੰ ਬੰਦ ਕਰਨਾ ਚਾਹੀਦਾ ਹੈ ਅੱਜ ਕੱਲ੍ਹ ਐਸੀ ਬਹੁਤ ਚੱਲ ਰਿਹਾ ਪੈਨੇਟੈਮਿਕ ਹੈ ਗਿਆ ਹੈ ਕਰੋਨਾ ਦੀ وجہ ਨਾਲ ਹੋ ਰਿਹਾ ਇਕਨੋਮੀ ਥੱਲੇ ਜਾਈ ਜਾਂਦੀ ਹੈਗੀ ਪਰਵਾਰਾਂ ਚ ਪ੍ਰੋਬਲਮਸ ਆ ਰਹੀਆਂ ਇਹਨੂੰ ਇਹਨੂੰ ਆਪਾਂ ਸੋਚਣਾ ਪੂ ਸਾਰਿਆਂ ਨੂੰ ਬੈਠ ਕੇ ਅਗੇਨ ਗੱਲਬਾਤ ਕਰੋ ਇੱਕ ਦੂਜੇ ਨਾਲ ਪਰਵਾਰ ਦੇ ਵਿੱਚ ਮਿੱਤਰਾਂ ਦੇ ਵਿੱਚ ਬੈਠ ਕੇ ਗੱਲ ਕਰੋ ਵੀ ਇਹ ਅੱਗੇ ਨਾ ਹੋ ਆਦੇ ਜਵਾਕਾਂ ਦੇ ਸਪੈਸ਼ਲ ਧਿਆਨ ਕਰੋ ਕਿਉਂਕਿ ਆਪਣੇ ਕਲਚਰ ਦਾ ਵੀ ਫਿਊਚਰ ਹੈ ਕੰਟਰੀ ਦਾ ਫਿਚਰ ਹੈ ਬੇਸ਼ੱਕ ਉਹ ਇੰਡੀਆ ਵੀ ਹੈ ਬੇਸ਼ੱਕ ਉਹ ਵੀ ਹੈ ਹਰੇਕ ਥਾਂ ਤੇ ਇੱਕ ਕੋਈ ਚੀਜ਼ ਚੱਲੀ ਜਾਂਦਾ ਹੈ ਹਰੇਕ ਪਾਸ ਤੇ ਪ੍ਰੋਬਲਮ ਹੋ ਰਹੀ ਹੈ ਸੋਸ਼ਲ ਮੀਡੀਆ ਬਾਦਰੇ ਇਲੈਕਟ੍ਰੋਨਿਕਸ ਬਾਦਰੇ ਜਵਾਨ ਵੀ ਹੈ ਫੋਨਾਂ ਤੇ ਲੱਗੇ ਹੁੰਦੇ ਕੰਪਿਊਟਰਸ ਤੇ ਲੱਗੇ ਹੁੰਦੇ ਜਿਸ ਕੁਝ ਟਾਈਮ ਹੋਣਾ ਚਾਹੀਦਾ ਆਪਾਂ ਨੂੰ ਅਵੋਇਡ ਕਰਨਾ ਚਾਹੀਦਾ ਆਪ ਨੂੰ ਵੀ ਇਹੋ ਬੰਦ ਕਰਨਾ ਚਾਹੀਦਾ ਹੈ ਜੀ ਆਪਾਂ ਵੀ ਉਹਦੇ ਚੋਂ ਉਨੇ ਜ਼ਿੰਮੇਵਾਰ ਆ ਜਿੰਨੇ ਆਪਣੇ ਦੁਆਕੇ ਆਪਣੇ ਆਰਾਊਂਡ ਸਾਰੇ ਆਪਾਂ ਬਰਾਬਰ ਦੇ ਜ਼ਿੰਮੇਵਾਰ ਲੱਗੇ ਚ ਅਨਫੋਰਚਨਟਲੀ ਜੋ ਹੈ ਬਹੁਤ ਹੀ ਮਾੜਾ ਹੋਇਆ ਹੈ ਜੀ ਜੀ ਮਾਨ ਸਾਹਿਬ ਇਹੋ ਗੱਲਾਂ ਨੂੰ ਜੇ ਆਪਾਂ ਥ ਸਾਡੇ ਜਿਹੜੇ ਬਜ਼ੁਰਗ ਸੀ ਪਿੰਡਾਂ ਦੇ ਵਿੱਚ ਉਹ ਇਕੱਠੇ ਬੈਠ ਕੇ ਬੈਠਦੇ ਸੀ ਉਹ ਬੈਠਣ ਦਾ ਮਤਲਬ ਇਹ ਸੀ ਕਿ ਇੱਕ ਦੂਜੇ ਦੇ ਨਾਲ ਮਨ ਦੀ ਜਿਹੜਾ ਜੋ ਮਨ ਹੀ ਸੀ ਉਹ ਇੱਕ ਦੂਜੇ ਨਾਲ ਗੱਲਾਂ ਕਰਦੇ ਸੀ ਹੁਣ ਅਸੀਂ ਆ ਬੈਸਟਰਨ ਦੇ ਵਿੱਚ ਪ੍ਰੋਬਲਮ ਹੋਣ ਲੱਗੀ ਕਿ ਅਸੀਂ ਸਾਰੇ ਅਲੱਗ-ਅਲੱਗ ਰਹਿੰਦੇ ਆ ਇੱਥੇ ਤੱਕ ਵੀ ਪ੍ਰੋਬਲਮ ਕਿ ਹਸਬੰਡ ਵਾਈਫ ਇੱਕ ਦੂਜੇ ਨਾਲ ਰਹਿਣਾ ਨਹੀਂ ਚਾਹੁੰਦੇ ਉਹ ਕਹਿੰਦੇ ਕੋ ਮੇਰੀ ਨਹੀਂ ਸੁਣਦਾ ਉਹ ਮੇਰੀ ਨਹੀਂ ਸੁਣਦਾ ਹੁਣ ਜੇ ਤੁਹਾਨੂੰ ਵੀ ਦੇਖੀਏ ਕਿ ਤੁਸੀਂ ਦੋ ਬ੍ਰਦਰ ਹੋ ਤੁਸੀਂ ਦੋਨਾਂ ਨੇ ਅਲੱਗ-ਅਲੱਗ ਹਾਲਤ ਲੈ ਹੋਇਆ ਜੇ ਡਿਪਰੈਸ਼ਨ ਆ ਜਾਂਦਾ ਤੁਸੀਂ ਕਹਿੰਦੇ ਕੋ ਜਾਣਾ ਮੈਂ ਇਹੀ ਕਹਿਣਾ ਕਿ ਤੁਸੀਂ ਜਰੂਰ ਧਰਮ ਨਾਲ ਜੁੜੋ ਕਿਸੇ ਸਕੂਲ ਨਾਲ ਜੁੜੋ ਕਿਸੇ ਸੰਸਥਾ ਨਾਲ ਜੁੜ ਜੋ ਕਿਸੇ ਕਲੱਬ ਨਾਲ ਜੁੜ ਜੋ ਕੋਈ ਐਸੀ ਜੀ ਚੀਜ਼ ਜੁਆਇਨ ਕਰ ਲਓ ਕਿ ਤੁਹਾਨੂੰ ਕਿਤੇ ਨਾ ਕਿਤੇ ਜਾ ਕੇ ਤੁਹਾਡੀ ਜਿਹੜੀ ਫਰਸਟ੍ਰੇਸ਼ਨ ਆ ਉਹ ਕੱਢਣ ਦਾ ਮੌਕਾ ਮਿਲ ਜਾਏ ਕਿਸੇ ਨਾਲ ਬਹਿਣ ਦਾ ਮੌਕਾ ਮਿਲ ਜਾਏ ਜਾਂ ਤੁਹਾਨੂੰ ਮੈਂ ਪੁੱਛਣਾ ਚਾਹੁੰਦਾ ਕਿ ਇਸ ਬੇਸ ਤੇ ਜਿਹੜੇ ਬੰਦੇ ਇਕੱਲੇ ਨੇ ਜਾਂ ਲੋਨਲੀ ਫੀਲ ਕਰਦੇ ਨੇ ਉਹ ਕੀ ਕਰਨ ਜਿਵੇਂ ਤੁਸੀਂ ਗੱਲ ਕਹੀ ਹੈ ਬ੍ਰਾਟ ਸਾਹਿਬ ਵੇ ਕਮਿਊਨਿਟੀ ਨਾਲ ਜੁੜਨਾ ਜ਼ਰੂਰੀ ਹੈ ਗੁਰਦੁਆਰਾ ਸਾਹਿਬ ਲੋਕ ਸ਼ਾਮ ਨੂੰ ਹਜੇ ਵੀ ਇਕੱਠੇ ਹੁੰਦੇ ਆ ਕਿ ਠੀਕ ਹੈ ਹੁਣ ਆਪਣੇ ਪਹਿਲਾਂ ਵਾਲੇ ਸਾਥਾ ਨਹੀਂ ਰਿਹਾ ਉਹ ਬੇੜ ਨਹੀਂ ਰਿਹਾ ਜਵਾਰ ਨਹੀਂ ਰਿਹਾ ரைਟ ਤੇ ਜਿੱਥੇ ਲੋਕ ਬੈਠ ਕੇ ਜਾ ਕੇ ਸ਼ੇਅਰ ਕਰਦੇ ਤਾਸ਼ ਖੇਡਦੇ ਸੀਗੇ ਜਾਂ ਮਯਾਲ ਖਾਸ ਮਯਾਲ ਕਰਦੇ ਸੀਗੇ ਉਹ ਚੀਜ਼ਾਂ ਨਹੀਂ ਰਹੀਆਂ ਬਟ ਸਟਿਲ ਅਪਾ ਬਹੁਤ ਲੱਕੀ ਹੈ ਕਿ ਆਪਣੇ ਕੋਲ ਇੱਕ ਚੀਜ਼ ਬਹੁਤ ਕਾਮਨ ਹੈ ਜੋ ਕਿ ਗੁਰਦੁਆਰੇ ਹੈਗੇ ਹਨ ਮੰਦਿਰ ਹੈਗੇ ਹੈਗੇ ரைਟ ਤੁਸੀਂ ਉੱਥੇ ਜਾ ਸਕਦੇ ਹੋ ਉਸ ਵੇਲੇ ਵੀ ਮੰਦਿਰ ਗੁਰਦੁਆਰਾ ਕਦੇ ਬੰਦ ਨਹੀਂ ਹੁੰਦਾ ਕਿਸੇ ਵਾਸਤੇ ਬੰਦ ਨਹੀਂ ਹੁੰਦਾ ਕਿਸੇ ਵੀ ਧਰਮ ਵਾਲੇ ਬੰਦੇ ਵਾਸਤੇ ਬੰਦ ਨਹੀਂ ਹੁੰਦਾ ਇਹ ਉਹ ਮੰਦਰ ਗੁਰਦੁਆਰਾ ਕੀ ਆਪਾਂ ਚਰਚੇ ਚਲੇ ਜਾਈਏ ਆਪਾਂ ਮਾਸਕਲੇ ਉਹ ਵੀ ਖੁੱਲੇ ਹੁੰਦੇ ਹੈਗੇ ਤਾਂ ਇਹ ਇਹ ਆਪਣੇ ਵਾਸਤੇ ਜ਼ਰੂਰੀ ਹੈ ਵੀ ਆਪਾਂ ਉੱਥੇ ਜਾਈਏ ਉੱਥੇ ਆਪਾਂ ਸੇਵਾ ਕਰੀਏ ਉੱਥੇ ਆਪਾਂ ਬੈਠ ਕੇ ਕੀਰਤਨ ਸੁਣੀਏ ਤੇ ਇੱਕ ਦੂਜੇ ਨਾਲ ਚੀਜ਼ਾਂ ਸ਼ੇਅਰ ਕਰੀਏ ਵੀ ਆਪਾਂ ਆਹਦੀ ਕਮਿਊਨਿਟੀ ਨੂੰ ਕਿਵੇਂ ਲੈ ਕੇ ਆਈਏ ਆਹਦੇ ਜਵਾਕਾਂ ਨੂੰ ਲੈ ਕੇ ਜਾਈਏ ਉੱਥੇ ਆਪਣੇ ਇੱਥੇ ਗੁਰਦੁਆਰਾ ਸਾਹਿਬ ਹੈਗੇ ਹੈਗੇ ਉੱਥੇ ਉਹ ਜੇ ਜਵਾਕ ਚਾਹਣ ਸਵੇਰੇ ਜਾਂਦੇ ਹੈ 6 ਵਜੇ ਤਾਂ ਉਹ ਕੀਰਤਨ ਕਰ ਸਕਦੇ ਆ ਉਹ ਰਾਈਟ ਬਾਜੇ ਬਜਾਣਾ ਸਕਦੇ ਹੈਗੇ ਉਹ ਤੁਹਾਨੂੰ ਨਾਲ ਟੂਲ ਕੀ ਵੀ ਜਾਣ ਸਕਦੇ ਹੈਗੇ ਤੇ ਉਹਦੇ ਨਾਲ ਜਵਾਬ ਦਾ ਜਿਹੜਾ ਮਾਈਂਡ ਹੈਗਾ ਥੋੜਾ ਦੂਜੇ ਪਾਸੇ ਡਵੈਲਪ ਹੁੰਦਾ ਰਹਿੰਦਾ ਹੈ ਨਾ ਕਿ ਸਿਰਫ ਫੋਨਸ ਦੇ ਉੱਤੇ ਗੇਮਸ ਖੇਲਣ ਦੇ ਉੱਤੇ ਤੇ ਆਪਾਂ ਆਪਣੇ ਕੋਲ ਟਾਈਮ ਵੀ ਨੰਦਾ ਕਿ ਮੋਨੀਟਰ ਕਰੀਏ ਕਿ ਆਪਣੇ ਜਵਾਬ ਕਿਹੜੀਆਂ ਗੇਮਾਂ ਖੇਡ ਰਹੇ ਆ ਤੇ ਉਹਦੇ ਮੋਸਟਲੀ ਜਿਹੜੇ ਗੇਮ ਹੈ ਉਹ ਵਾਲੰਟਸ ਵਾਲੀ ਹੀ ਹੈ ਜੀ ਤਾਂ ਬੇਸਿਕਲੀ ਇਹ ਵੀ ਇਕੱਠੇ ਹੋਣਾ ਚਾਹੀਦਾ ਲੀਸਟ ਵਾਂਸ ਆ ਵੀਕ ਵੀਕਐਂਡ ਤੇ ਟੁਕੜ ਟੁਕੜ ਹੁਣ ਪਰਿਵਾਰ ਤੱਕ ਟੁਕੜ ਟੁਕੜ ਆਪਸ ਇਕੱਠੇ ਹੋਣਾ ਜਿਵੇਂ ਮੈਂ ਤੇ ਮੇਰਾ ਬਜ਼ਰ ਹੈ ਹਾਂ ਜੀ ਸਾਡਾ ਦੋਨੋਂ ਦਾ ਘਰ ਆਡਾ ਅਸੀਂ ਲੈ ਰੱਖਿਆ 10 ਘਰ ਛੱਡ ਕੇ ਮੇਰਾ ਘਰ ਹੈ ਜੋ ਵੀ ਤੋਂ ਲੇਕਿਨ ਅਸੀਂ ਸ਼ਾਮ ਨੂੰ ਕੁੜ ਜੂ ਇਕੱਠੇ ਹੁੰਦੇ ਹਾਂ ਅਸੀਂ ਸਿਆਰ ਕਰਨਾ ਸੀ ਇਕੱਠੇ ਨਿਕਲਦੇ ਆਂਗੇ ਪੁਰਾਪੋਲਾ ਨਿਕਲਦਾ ਜਉਂਦੀ ਵਾਈਫ ਮੇਰੀ ਵਾਈਫ ਨਿਕਲਦੀ ਹੈ ਰਾਈਟ ਮੈਂ ਤੇ ਅਸੀਂ ਜਾਣੇ ਬੇਸ਼ੱਕ ਅਸੀਂ ਡਿਜ਼ਨਲ ਫਾਇਰ ਡਿਸਕਸ ਕਰੀਏ ਬੇਸ਼ੱਕ ਪਰਸਨਲ ਡਿਸਕਸ ਕਰੀਏ ਬੇਸ਼ੱਕ ਅਸੀਂ ਸੋਸ਼ਲ ਡਿਸਕਸ਼ਨ ਕਰੀਏ ਪਰ ਸਾਡਾ ਰੋਜ਼ ਹੁੰਦਾ ਹੀ ਹੈ ਵੀਕਐਂਡ ਅਸੀਂ ਇਕੱਠੇ ਹੁੰਨੇ ਆ ਸਾਰੇ ਇਕੱਠੇ ਬੰਨੇ ਸਾਡੇ ਫਰੈਂਡਸ ਵੀ ਆਉਂਦੇ ਆ ਤਾਂ ਅਸੀਂ ਅਸੀਂ ਇਹ ਸਾਨੂੰ ਬਣਾਇਆ ਹੋਇਆ ਵੀ ਸਾਡਾ ਸਰਕਲ ਹੈਗਾ ਫਰੈਂਡਾਂ ਦਾ ਸਰਕਲ ਸੀ ਕਿਸੇ ਦੇ ਕਿਸੇ ਘਰੇ ਚਾਰ ਪੰਜ ਜਾਣੇ ਸੀਗੇ ਇੱਕ ਜਾਨ ਦੇ ਸੇ ਘਰੇ ਹਰੇਕ ਵੀਕਐਂਡ ਅਸੀਂ ਇਕੱਠੇ ਹੁੰਨੇ ਆ ਬੇ ਅਸੀਂ ਬੈਠ ਕੇ ਇੱਕ ਦੂਜੇ ਨੂੰ ਵਿਚਾਰ ਅਸੀਂ ਸ਼ੇਅਰ ਕਰ ਸਕੀਏ ਜ਼ਰੂਰੀ ਹੈ ਵਿਚਾਰ ਸਹਿਲ ਕਰਨੇ ਬਹੁਤ ਜ਼ਰੂਰੀ ਹੈ ਜਿਵੇਂ ਜਿਵੇਂ ਏਜ ਵੱਢਦੀ ਹੈ ਡਿਪਰੈਸ਼ਨ ਆਫ ਕੋਰਸ ਵੱਧਦਾ ਐ ਐਂਗਜ਼ਾਇਟੀ ਵੱਧਦੀ ਵੱਧਦੀ ਹੈਗੀ ਫਿਜ਼ਿਕਲੀ ਉਹਨੇ ਸਟਰੋਂਗ ਨਹੀਂ ਰਹਿੰਦੇ ਕਿ ਆਪਾਂ ਆਪ ਦੇ ਆਪ ਨੂੰ ਲੜ ਸਕੀਏ ਤਾਂ ਉਹੀ ਹੈ ਇੱਕ ਦੂਜੇ ਸਪੋਰਟ ਕਰੀਏ ਇੱਕ ਦੂਜੇ ਨਾਲ ਵਿਚਾਰ ਸਾਂਝੇ ਕਰੀਏ ਉਹਦੇ ਨਾਲ ਹੀ ਆਪਾਂ ਸਟਰੋਂਗ ਬਣ ਸਕਦੇ ਜੀ ਮੇਰੀ ਵੀ ਗੱਲ ਤੁਹਾਡੀ ਗੱਲ ਸਹੀ ਆ ਮਹਾਨ ਸਾਹਿਬ ਕੋਸ਼ਿਸ਼ ਮੇਰੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਕੁਝ ਅਮਰੀਕਨ ਤੇ ਕੁਝ ਇੰਡੀਅਨ ਪ੍ਰੋਗਰਾਮ ਐਸੇ ਚਲਾਈਏ ਕਿ ਕਲੱਬ ਬਣਿਆ ਹੋਵੇ ਜਾਂ ਕੋਈ ਐਸੀ ਚੀਜ਼ਾਂ ਹੋਣ ਕਿ ਜਿਹੜੇ ਸਾਡੇ ਜਾਂਸਰਿਆ ਜੀ ਉਹਨਾਂ ਨੂੰ ਪ੍ਰੋਬਲਮ ਹੈ ਤਾਂ ਉਹ ਸਾਨੂੰ ਆ ਕੇ ਦੱਸਣ ਜਿਹੜੇ ਚਾਹੇ ਉਹ ਅਮਰੀਕਨ ਹੋਣ ਚਾਹੇ ਉਹ ਇੰਡੀਅਨ ਹੋਣ ਜਾਂ ਕਿਸੇ ਵੀ ਰੇਸ ਦੇ ਹੋਣ ਉਹ ਸਾਨੂੰ ਆ ਕੇ ਦੱਸਣ ਕਿ ਮੈਨੂੰ ਆਹ ਪ੍ਰੋਬਲਮ ਆ ਮੈਂ ਮੇਰੀ ਖੋਦੇ ਕੋਸ਼ਿਸ਼ ਰਹੂਗੀ ਕਿ ਜਿਹੜੇ ਸਪੈਸ਼ਲਿਟੀ ਟੀਨੇਜਰ ਨੇ 18 ਸਾਲ ਤੋਂ ਉੱਪਰ ਕਈ ਟੀਨੇਜਰ ਐਸੇ ਨੇ ਕਿ ਉਹਨਾਂ ਨੂੰ ਮਾਪੇ ਦੀ ਕੋਈ ਹੈਲਪ ਨਹੀਂ ਹੈਗੀ ਜਾਂ ਉਹਨਾਂ ਨੂੰ ਜਿਹੜੇ ਮਾਪੇ ਨੇ ਸਪੈਸ਼ਲਿਟੀ ਜਿਹੜੇ ਇੱਥੇ ਦੇ ਨੇ ਉਹ ਅਲੱਗ-ਅਲੱਗ ਹੋਏ ਹੋਏ ਨੇ ਹੁਣ ਤਾਂ ਸਾਡੇ ਵੀ ਇਹ ਕਾਫੀ ਪ੍ਰੋਬਲਮ ਆਉਣ ਲੱਗਿਆ ਕਿ ਪੰਜਾਬੀ ਫੈਮਲੀਆ ਵੀ ਮਾਪੇ ਅਲੱਗ-ਅਲੱਗ ਰਹਿੰਦੇ ਨੇ ਬੱਚਿਆਂ ਨੂੰ ਜਦੋਂ ਮੈਂ ਦੱਸਣਾ ਚਾਹੁੰਦਾ ਕਿ ਬੱਚੇ ਨੂੰ ਜਦੋਂ ਮਾਪੇ ਦੀ ਹੈਲਪ ਨਹੀਂ ਮਿਲਦੀ ਬੱਚੇ ਲਈ ਬਹੁਤ ਡਿਫਿਕਲਟ ਹੁੰਦਾ ਉਹਨੂੰ ਪਤਾ ਨਹੀਂ ਹੁੰਦਾ ਕਿ ਮੈਂ ਕਿਹੜਾ ਰਾਹਤਾ ਚੋਣਦਾ ਉੱਥੇ ਜਾ ਕੇ ਫਿਰ ਇੱਕ ਐਸਾ ਮੋੜ ਆਉਂਦਾ ਕਿ ਉਹ ਕਈ ਵਾਰੀ ਜਿਸ ਤਰ੍ਹਾਂ ਹੋਣ ਹੋਇਆ ਕਿ 19 ਸਾਲ ਦਾ ਬੱਚਾ ਗਲਤ ਮੋੜ ਲੈ ਗਿਆ ਹੋ ਸਕਦਾ ਕਿ ਉਹਨੂੰ ਕਿਸੇ ਨੇ ਗਾਈਡ ਨਹੀਂ ਕੀਤਾ ਜਾਂ ਉਹਨੂੰ ਪਤਾ ਹੀ ਨਹੀਂ ਸੀ ਕਿ ਮੈਂ ਉਹ ਸਿਰਫ ਬਾਕੀ ਜਦੋਂ ਹੁਣ ਕਿਤੇ ਇੰਟਰਵਿਊ ਹੋਊਗੀ ਉਹਨਾਂ ਨੂੰ ਫੇਰ ਪਤਾ ਲੱਗੂ ਕਿ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਕਿ ਇੱਕ ਪੇਚ ਚੱਕਦਾਰ ਵਾਲਾ ਸੀ ਸਿਰਫ ਇੱਕ ਪੇਚ ਚੱਕ ਕਰਕੇ ਉਹ ਮਨ ਅਫਸੈਟ ਹੋ ਗਿਆ ਉਹਨੇ ਗਨ ਕੱਢੀ ਤੇ ਐਡਾ ਵੱਡਾ ਕਾਂਡ ਕਰ ਦਿੱਤਾ ਇੱਕ 19 ਸਾਲ ਦਾ ਬੱਚਾ ਉਹਦੀ ਕਿਸੇ ਨਾਲ ਕੀ ਦਸ਼ਮਣੀ ਹੋ ਸਕਦੀ ਹੈ ਉਹਨੇ ਕਿਹੜਾ ਕੋਈ ਬਿਜ਼ਨਸ ਕੀਤਾ ਜਾਂ ਉਹਨੇ ਕਿਹੜਾ ਕੋਈ ਐਸਾ ਕਿਸੇ ਨਾਲ ਕੋਈ ਡੀਲ ਕਰ ਲਈ ਕਿ ਉਹਨੂੰ ਬਸ ਮਨ ਅਫਸੈਟ ਹੋ ਗਿਆ ਮਨ ਅਫਸੈਟ ਹੋਣ ਦੇ ਨਾਲ ਉਹ ਗਲਤ ਮੋੜ ਲੈ ਗਿਆ 2 ਮਿੰਟ ਦੀ ਗੱਲ ਸੀ ਕਿ ਜੇ ਉਹਨੂੰ ਗੁੱਸਾ ਨਾ ਆਉਂਦਾ ਗੱਲ ਮੁੜ ਕੇ ਫਿਰ ਆਪਾਂ ਜੇ ਤੇ ਆ ਗਈ ਕਹਿੰਦੇ ਜੇ ਕਿਸੇ ਨੇ ਅਜੇ ਤੱਕ ਨਾ ਦੇਖੀ ਆ ਨਾ ਦੇਖਣੀ ਆ ਨਾ ਜੇ ਕਿਸੇ ਨੇ ਵਿਆਹੀ ਆ ਜੇ ਆਪਾਂ ਕਹਦੇ ਨੇ ਜੇ ਜੇ ਇਦਾਂ ਹੁੰਦੀ ਪਰ ਇਦਾਂ ਹੋ ਨਹੀਂ ਸਕਦੀ ਜੇ ਉਹਨੂੰ ਕੋਈ ਗਾਈਡ ਕਰ ਦਿੰਦਾ ਜੇ ਉਹਨੂੰ ਮੁੜ ਕੇ ਵਾਪਸ ਗੱਲ ਫੇਰ ਉੱਥੇ ਆ ਜਾਂਦੀ ਆ ਕਿ ਆਪਾਂ ਜਿਹੜਾ ਗਮ ਕਰਦੇ ਆ ਜਾਂ ਆਪਣੇ ਆਲਾ ਦਵਾਲਾ ਉਹਨੂੰ ਜ਼ਰੂਰ ਸਹਖਤ ਕਰੀਏ ਔਰ ਜਿਹਨੂੰ ਤੁਸੀਂ ਬੈਠ ਕੇ ਮੈਂ ਕਹੂੰਗਾ ਕਿ ਹਰ ਬੰਦਾ ਆਪਣੀ ਲਾਈਫ 'ਚ ਕੋਸ਼ਿਸ਼ ਕਰੇ ਮੈਂ ਤਾਂ ਮੇਰੀ ਬੜੀ ਵੱਡੀ ਕੋਸ਼ਿਸ਼ ਹੈ ਕਿ ਮੈਂ ਕਿਸੇ ਨੂੰ ਵੀ ਜਾਣਦਾ ਉਹਨੂੰ ਕਹਿਣਾ ਕਿ ਜੇ ਤੈਨੂੰ ਕੋਈ ਪ੍ਰੋਬਲਮ ਆ ਤੈਨੂੰ ਫੈਮਿਲੀ ਪ੍ਰੋਬਲਮ ਆ ਜਾਂ ਕੋਈ ਬੱਚਾ ਵੀ ਆ ਉਹਦੇ ਨਾਲ ਜਰੂਰ 2 ਮਿੰਟ ਲਾਉਣਾ ਕਿ ਤੈਨੂੰ ਕਿਸੇ ਤਰ੍ਹਾਂ ਦੀ ਪ੍ਰੋਬਲਮ ਤੂੰ ਮੈਨੂੰ ਕਾਲ ਕਰਕੇ ਪੁੱਛਣੀ ਔਰ ਦੂਜਾਂ ਨਾਲੇ ਵੀ ਵਾਦਾ ਕਰਦਾ ਕਿ ਤੋੜੀ ਜਿਹੜੀ ਦੱਸੀ ਹੋਈ ਗੱਲ ਉਹ ਮੇਰੇ ਤੱਕ ਸੀਮਤ ਹੈ ਕਿ ਮੈਂ ਆਪ ਪਰਮਾਤਮਾ ਲਾਉ ਮੈਨੂੰ ਬਖਸ਼ਿਸ਼ ਆ ਕਿ ਮੈਂ ਜਿਹੜਾ ਮੈਨੂੰ ਦੱਸ ਜੋਵੇ ਉਹਦੀ ਗੱਲ ਮੈਂ ਉੱਥੇ ਛੱਡ ਦੇਣਾ ਕੋਈ ਨਹੀਂ ਜੀ ਜੇ ਕੋਈ ਕੁਝ ਉਹਦੇ ਲਈ ਕਰ ਸਕਦੇ ਆਂ ਆਪਾਂ ਜਰੂਰ करिए ਕਿਉਂਕਿ ਗੱਲ ਛੋਟੀ ਜੀ ਗੱਲ 2 ਮਿੰਟ ਦੀ ਹੁੰਦੀ ਆ 2 ਮਿੰਟ ਲੰਘੇ ਬੰਦ ਪਰ ਕਈ ਵਾਰੀ ਮੈਂ ਹੁਣ ਤੁਸੀਂ ਵੀ ਸਿਆਣੇ ਹੋ ਕਿ ਤੁਸੀਂ ਟਰੱਕਿੰਗ ਕੰਪਨੀ ਚਲਾ ਰਹੇ ਹੋ ਬੜੀ ਵੱਡੀ ਏਮਪਲੋਈ ਨੂੰ ਫਾਇਰ ਕਰਦੇ ਆ ਤੁਹਾਨੂੰ 2 ਮਿੰਟ 2 ਮਿੰਟ ਦੀ ਗੱਲ ਹੁੰਦੀ ਤੁਸੀਂ ਵੀ ਕਈ ਵਾਰੀ ਇਦਾਂ ਕਰਦੇ ਕਿ ਚਲੋ ਕੋਈ ਗੱਲ ਨਹੀਂ ਬਾਅਦ ਵਿੱਚ ਬਈ ਆਈਲ ਡੀਰ ਓਵਰ ਲੇਟਰ ਆਨ ਉਹ ਲੇਟਰ ਆਨ ਕਈ ਵਾਰ ਇੰਨਾ ਵਧੀਆ ਹੋ ਜਾਂਦਾ ਕਿ ਤੁਸੀਂ ਕਿੰਨੇ ਏਮਪਲਾਈ ਫਾਇਰ ਕੀਤੇ ਕਿੰਨੇ ਹਾਇਰ ਕੀਤੇ ਆਬੀਸਲੀ ਇਹਨਾਂ ਪ੍ਰੋਬਲਮਾਂ ਥਰੂ ਰੋਜ਼ ਲੰਘਦੇ ਹੋ ਉਹ ਪ੍ਰੋਬਲਮਾਂ ਵੀ ਆਉਣੀਆਂ ਨੇ ਤੇ ਉਹਨਾਂ ਦਾ ਹੱਲ ਵੀ ਆਪਾਂ ਲੱਭਣਾ ਲੇਕਿਨ ਦੋ ਕਈ ਵਾਰੀ ਦੋ ਮਿੰਟ ਦੇ ਵਿੱਚ ਬਹੁਤ ਕੁਝ ਬਦਲ ਜਾਂਦਾ ਬਾਕੀ ਆਪਾਂ ਇੱਕ ਬ੍ਰੇਕ ਲਵਾਂਗੇ ਛੋੜੀ ਜੀ ਬ੍ਰੇਕ ਤੋਂ ਬਾਅਦ ਤੁਸੀਂ ਇਸੇ ਤਰ੍ਹਾਂ ਜੁੜੇ ਰਹੋ ਆਪਾਂ ਮਹਾਂਤ ਸਾਹਿਬ ਨੂੰ ਹੋਰ ਕੁਝ ਕੁਐਸਚਨ ਨੇ ਜਿਹੜੇ ਪੁੱਛਾਂਗੇ ਕਿ ਇੱਕ EMPLOYE ਨੂੰ ਕਿੱਦਾਂ ਡੀਲ ਕੀਤਾ ਜਾਂਦਾ ਆਪ ਇਸ ਰੀਨ ਨੂੰ ਅੱਜ ਲੈ ਕੇ ਆਉਣ ਦਾ ਮੇਰਾ ਮਕਸਦ ਜ਼ਿਆਦਾ ਵੱਡਾ ਇਹੀ ਸੀ ਕਿ ਇੱਕ OWNER ਦੇ ਬੇਸ ਤੇ ਐਸ ਇਨ੍ਹਾਂ ਦੇ ਕੋਲ ਐਸ ਵੇਲੇ 80-90 ਟਰੱਕ ਨੇ 80-90 EMPLOYE ਨੇ ਡਰਾਈਵਰ ਨੇ ਔਰ ਉੱਤੇ 15 ਵੀ ਹੋਰ EMPLOYE ਨਹੀਂ ਰੱਖੇ ਹੋਏ ਨੇ ਇੱਕ EMPLOYE ਵਾਲੇ ਬੇਸ ਤੇ ਕਿੱਦਾਂ ਡੀਲ ਕੀਤੀ ਜਾਵੇ ਤਾਂ ਕਿ ਇਹੀ ਜਿਹੀ ਮੰਦਭਾਗੀ ਘਟਨਾ ਜਿਹੜੀ ਆ ਉਹ ਨਾ ਘਟੇ ਜੇ ਕਿਸੇ ਨੂੰ ਫਾਇਰ ਕਰਨਾ ਜਾਂ ਹਾਇਰ ਕਰਨਾ ਉਹਦਾ ਪ੍ਰੋਸੈਸ ਹੋਵੇ ਤੇ ਉਹਨੂੰ ਕਿੰਨੇ ਪਿਆਰ ਨਾਲ ਬੈਠ ਕੇ ਸਮਝਾਇਆ ਜਾਵੇ ਕਿ ਕੱਲ ਨੂੰ ਵਾਪਸ ਆ ਕੇ ਬੰਦਾ ਕੋਈ ਐਸੀ ਘਟਨਾ ਨਾ ਘਟਾਵੇ ਉਹ ਥੋੜਾ ਮਾਲਕਾਂ ਦਾ ਵੀ ਫਰਜ ਬਣਦਾ ਮੈਨੂੰ ਲੱਗਦਾ ਕਿ ਜਿਹੜੇ ਫੈਡੈਕਸ ਵਾਲੇ ਵੀ ਉਹਨਾਂ ਨੂੰ ਵੀ ਇਹ ਗਾਈਡਲਾਈਨ ਦਵਾਂਗੇ ਕਿ ਤੁਸੀਂ ਕਿਸੇ ਨੂੰ ਫਾਇਰ ਜਾਂ ਹਾਇਰ ਕਰਦੇ ਹੋ ਉਹਦੀ ਮੈਂਟਲੀ ਜਿਹੜੀ ਮੈਂਟਲੀ ਹੈਲਥ ਹੈ ਉਹਦਾ ਜ਼ਰੂਰ ਖਿਆਲ ਰੱਖੋ ਜੇ ਤੁਹਾਨੂੰ ਲੱਗਦਾ ਕਿ ਉਹ ਬੰਦੇ ਦੀ ਮੈਂਟਲੀ ਹੈਲਥ ਜਿਹੜੀ ਗਲਤ ਹੈ ਉਹਨੂੰ ਫਾਇਰ ਕਰਨ ਤੋਂ ਪਹਿਲਾਂ ਉਹਨੂੰ ਹਸਪੀਟਲ ਲੈ ਜਾਓ ਜਾਂ ਕਿਸੇ ਪ੍ਰੋਫੈਸ਼ਨਲ ਨੂੰ ਮੜਾਓ ਜਾਂ ਐਸੀ ਜਗ੍ਹਾ ਤੇ ਲੈ ਕੇ ਜਾਓ ਜਿਹੜਾ ਉਹਨੂੰ ਹੈਲਪ ਮਿਲ ਸਕੇ ਤਾਂ ਕਿ ਉਹ ਵਾਪਸ ਆ ਕੇ ਇਦਾਂ ਦੇ ਵੱਡੇ 9-10 ਬੰਦਿਆਂ ਨੂੰ ਮਾਰਨਾ ਬਹੁਤ ਵੱਡੀ ਗੱਲ ਆ ਕਿਉਂਕਿ ਉਹ ਬੰਦੇ ਤਾਂ ਉਹ ਨਹੀਂ ਕੁਛ ਕੀਤਾ ਹੀ ਨਹੀਂ ਸੀ ਉਹਦਾ ਕੋਈ ਕਸੂਰ ਨਹੀਂ ਸੀ ਪਰ ਕਸੂਰ ਉੱਥੇ ਮੈਨੇਜਮੈਂਟ ਦਾ ਸੀ ਕਿ ਮੈਨੇਜਮੈਂਟ ਨੇ ਜੇ ਫਾਇਰ ਵੀ ਕਰਨਾ ਸੀ ਕੋਈ ਗੱਲ ਨਹੀਂ ਡਿਸਪਿਊਟ ਹੋ ਜਾਂਦੇ ਆਪਾਂ ਬਿਜ਼ਨਸ ਕਰਦੇ ਮੈਂ ਵੀ ਕਰਦਾ ਸਾਰੇ ਕਰਦੇ ਨੇ ਕੋਈ ਵੱਡੀ ਗੱਲ ਨਹੀਂ ਲੇਕਿਨ ਉਸ ਜਿਹੜੀ ਸਿਚੁਏਸ਼ਨ ਆ ਉਹਨੂੰ ਥੋੜਾ ਸੰਭਾਲਣ ਦੇ ਲਈ ਹਰ ਮੈਂ ਕਹੂੰਗਾ ਹਰ ਮੈਨੇਜਮੈਂਟ ਨੂੰ ਟ੍ਰੇਨਿੰਗ ਦਿੱਤੀ ਜਾਵੇ ਕਿ ਤੁਸੀਂ ਕਿਸ ਤਰ੍ਹਾਂ ਫਾਇਰ ਕਰਨਾ ਕਿ ਇਸ ਤਰ ਔਰ ਬਾਕੀ ਜਿਹੜਾ ਬੰਦਾ ਏਡੀ ਵੱਡੀ ਫੈਸਿਲਿਟੀ ਰਨ ਕਰਦਾ ਉਹਨੂੰ 150 ਦਾ ਫਰਕ ਨਹੀਂ ਪੈਂਦਾ ਜੇ ਫੈਡੈਕਸ ਵੀ ਆ ਫੈਡੈਕਸ ਨਹੀਂ ਹੋਣ 1 ਮਿਲੀਅਨ ਡਾਲਰ ਦਾ ਫੰਡ ਕੱਢ ਕੇ ਰੱਖਿਆ ਬਾਕੀ ਇੱਕ ਜਿਹੜੀ ਬ੍ਰੇਕ ਆ ਉਹਦਾ ਬੇੜਾ ਹੋ ਗਿਆ ਬ੍ਰੇਕ ਦਿਓ ਬਾਕੀ ਦੇ ਗੱਲਾਂ ਬਾਤਾਂ ਜਿਹੜੀਆਂ ਆ ਕੇ ਦੱਸਦੇ ਕਿ ਉਹਨਾਂ ਨੇ ਕੀ ਕੀਤਾ ਕੀ ਨਹੀਂ ਮੈਂ ਉਹਦੇ ਇੱਕ ਛੋੜੀ ਬ੍ਰੇਕ ਤੋਂ ਬਾਅਦ ਜੀ ਬ੍ਰੇਕ ਤੋਂ ਬਾਅਦ ਤੁਹਾਡਾ ਫਿਰ ਸਵਾਗਤ ਹੈ ਤੇ ਆਪਾਂ ਉਹੀ ਗੱਲ ਵਾਪਸ ਉਸ ਗੱਲ ਤੇ ਜਾਂਦੇ ਆ ਕਿ ਗੱਲ ਅਧੂਰੀ ਨਹੀਂ ਛੱਡਣੀ ਕਿ ਆਪਾਂ ਪਹਿਲੇ ਤਾਂ ਮਾਨ ਸਾਹਿਬ ਨੂੰ ਆਵਾਜ਼ ਮਾਰਦੇ ਆ ਇੱਕ ਮਾਨ ਸਾਹਿਬ ਤੁਹਾਡਾ ਸਵਾਗਤ ਹੈ ਜੀ ਜੀ ਸ਼ੁਕਰੀਆ ਈਮਾਨ ਜੀ ਅੱਜ ਆਪਾਂ ਗੱਲ ਕਰਦੇ ਪੈ ਸੀ ਕਿ ਕੱਲ ਹੀ ਮੈਨੂੰ ਸੂਚਨਾ ਮਿਲੀ ਆ ਕਿ 1 ਮਿਲੀਅਨ ਡਾਲਰ ਦਾ ਜੋ ਫੰਡ ਹੈ ਫੈਡੈਕਸ ਨੇ ਇੱਕ ਅਕਾਊਂਟ ਬਣਾਇਆ ਜਿੱਥੇ ਹੋਰ ਵੀ ਏਜੰਸੀਆਂ ਜਿਹੜੀਆਂ ਫੰਡ ਇਕੱਠਾ ਕਰ ਰਹੀਆਂ ਨੇ ਕਿ ਜਿਹੜੇ ਪਰਿਵਾਰਾਂ ਨੂੰ ਇਹ ਹਾਸਾ ਵਰਤਿਆ ਕਿ ਉਹਨਾਂ ਨੂੰ ਹੈਲਪ ਕੀਤੀ ਜਾਵੇ ਮੈਂ ਇਹ ਗੱਲ ਫਿਰ ਵਾਪਸ ਉੱਥੇ ਆਉਣਾ ਚਾਹੁੰਦਾ ਕਿ ਦੇਖੋ ਆਪਾਂ ਕਿੰਨੀ ਵੱਡੀ ਵਧੀਆ ਕੰਟਰੀ ਵਿੱਚ ਬੈਠੇ ਆ ਕਿ ਆਟੋਮੈਟਿਕਲੀ ਸਾਨੂੰ ਇੰਡੀਆ ਹੋਵੇ ਤਾਂ ਗਵਰਨਮੈਂਟਾਂ ਦੀ ਜਾਣਖਾਣੀ ਪੈਂਦੀ ਆ ਕਿ ਪੀੜਿਤ ਪਰਵਾਰ ਨੂੰ ਕੁਛ ਕਰੋ ਇੱਥੇ ਆਟੋਮੈਟਿਕਲੀ ਗਵਰਨਮੈਂਟ ਨੇ ਤਾਂ ਕਰਨਾ ਕੰਪਨੀਆਂ ਵੀ ਕਰਨੀਆਂ ਬਾਕੀ ਜਦੋਂ ਜਿਹੜਾ ਜਿਹੜਾ ਦੁੱਖ ਹੈ ਮਨ ਸਾਹਿਬ ਤੁਹਾਨੂੰ ਵੀ ਪਤਾ ਤੁਹਾਡੇ ਫਾਦਰ ਸਾਹਿਬ ਦੀ ਡੈਥ ਰੀਸਨਲੀ ਹੋ ਕੇ ਖੱਡੀ ਆ ਕਿ ਉਹ ਕਾਟ ਨਹੀਂ ਪੂਰੀ ਹੁੰਦੀ ਮੈਂ ਕਹੂੰਗਾ ਤੁਸੀਂ ਜਰੂਰ ਜਾਣਨਾ ਪਾਓ ਇਸ ਬਾਰੇ ਹਾਂਜੀ ਅ ਪਿਓ ਤੇ ਪੁੱਤ ਦਾ ਜਿਹੜਾ ਰਿਸ਼ਤਾ ਹੁੰਦਾ ਜੀ ਇਹ ਵਿੱਚ ਹਾਰਡ ਟੂ ਡਿਫਾਈ ਜੀ ਠੀਕ ਹੈ ਜੀ ਅ ਜਿਹੜਾ ਪੁੱਤ ਹੁੰਦਾ ਉਹਦੇ ਵਾਸਤੇ ਉਹਦਾ ਪਿਓ ਹੁੰਦਾ ਉਹਦਾ ਇਹਦਾ ਆਈਡਲ ਹੁੰਦਾ ਹੈਗਾ ਉਹਨੂੰ ਉਹ ਦੇਖ ਕੇ ਵੱਡਾ ਹੁੰਦਾ ਹੈ ਉਹ ਬਚਪਨ ਤੋਂ ਹੀ ਹੁੰਦਾ ਕਿ ਮੈਂ ਆਹਦੇ ਪਿਓ ਵਰਗਾ ਬਣਨਾ ਹੈਗਾ ਉਹਦਾ ਜਿਹੜੇ ਜਿਹੇ ਕਿਸੇ ਪੁੱਤ ਦਾ ਜਿਹੜਾ ਪਿਓ ਹੁੰਦਾ ਹੈਗਾ ਉਹ ਉਹਦੇ ਵਾਸਤੇ ਸੁਪਰ ਹੀਰੋ ਹੁੰਦਾ ਹੈਗਾ ਉਹਦੇ ਉਹਦੀ ਦੁਨੀਆ ਬਹੁਤ ਛੋਟੀ ਹੁੰਦੀ ਹੈ ਬਚਪਨ ਤੋਂ ਆਹਦੇ ਮਾਪੇ ਉਹ ਭੈਣ ਭਰਾ ਨੂੰ ਦੇਖ ਕੇ ਵੱਡਾ ਹੁੰਦਾ ਹੈ ਬੱਚਾ ਜੇ ਛੋਟਾ ਹੁੰਦਾ ਹੈਗਾ ਹਮੇਸ਼ਾ ਆਪਣੀ ਕਲਚਰ ਦੇ ਵਿੱਚ ਉਹ ਆਹਦੇ ਮਾਪੇ ਦੇ ਨਾਲ ਹੀ ਹੁੰਦਾ ਹੈਗਾ ਤੇ ਜਦੋਂ ਥੋੜਾ ਥੋੜਾ ਵੱਡਾ ਹੁੰਦਾ ਹੈ ਆਫ ਕੋਰਸ ਉਹਦੇ ਰੂਮ ਅਡ ਹੁੰਦਾ ਹੈਗਾ ਤੇ ਫਿਰ ਉਹ ਬਾਹਰ ਨਿਕਲਣਾ ਸ਼ੁਰੂ ਕਰਦਾ ਸਕੂਲ ਜਾਣਾ ਸ਼ੁਰੂ ਕਰਦਾ ਉੱਥੋਂ ਸਿੱਖਣਾ ਸ਼ੁਰੂ ਕਰਦਾ ਸਭ ਤੋਂ ਪਹਿਲਾਂ ਜਿਹੜਾ ਸਿੱਖਦਾ ਉਹ ਉਹ ਆਦੇ ਮਾਪਿਆਂ ਤੋਂ ਸਿੱਖਦਾ ਹੈਗਾ ਬੱਚਾ ਵੱਡਾ ਹੁੰਦਾ ਹੈਗਾ ਪੈਦਾ ਹੋਣ ਕੇ ਪਹਿਲਾਂ ਉਹ ਮਾਂ ਕਹਿਣਾ ਸਿੱਖਦਾ ਹੈਗਾ ਉਸ ਤੋਂ ਬਾਅਦ ਨਾ ਨਾ ਕਹਿਣਾ ਸਿੱਖਦਾ ਹੈਗਾ ਰਾਈਟ ਇੱਥੋਂ ਆਪਣੀ ਸਾਰੀ ਸਟੋਰੀ ਇੱਥੋਂ ਸ਼ੁਰੂ ਹੁੰਦੀ ਹੈ ਤਾਂ ਜਿਹੜਾ ਦਾ ਫਾਜ਼ਲ ਹੁੰਦਾ ਹੈ ਉਹ ਦਾ ਐਜ਼ ਅ ਬੈਸਟ ਫਰੈਂਡ ਹੁੰਦਾ ਉਹ ਕਹਿੰਦਾ ਵੀ ਜਦੋਂ ਪੁੱਤ ਦੀ ਜੁੱਤੀ ਜਾਂ ਕਹਿੰਦੇ ਪਿਓ ਦੀ ਜੁੱਤੀ ਪੁੱਤ ਦੇ ਪੈਰ ਚ ਲੱਗ ਜੇ ਤਾਂ ਉਹ ਦੋਸਤ ਬਣ ਜਾਂਦੇ ਨੇ ਲਿਖੇ ਜੀ ਉਹਦੇ ਜੋ ਐਗਰੀਮੈਂਟਸ ਵੀ ਹੁੰਦੇ ਡਿਸਐਗਰੀਮੈਂਟਸ ਵੀ ਹੁੰਦੇ ਕਿਉਂਕਿ ਜਿੱਮੇ ਜਵਾਬ ਪੜਦਾ ਹੁੰਦਾ ਹੈਗਾ ਉਹਨੂੰ ਬਾਹਰ ਜਾਣਾ ਲੱਗਦਾ ਹੈ ਬਾਹਰੋਂ ਸਿੱਖਣਾ ਸ਼ੁਰੂ ਕਰਦਾ ਹੈ ਫਿਰ ਕਈ ਵਾਰ ਉਹ ਆਦੇ ਮਾਪਿਆਂ ਨੂੰ ਕਰੈਕਟ ਕਰਨਾ ਸ਼ੁਰੂ ਕਰ ਦਿੰਦੇ ਨਹੀਂ ਇਹ ਐ ਨਹੀਂ ਤਾਂ ਆਹ ਚੀਜ਼ ਹੈ ਬਾਕੀ ਜਨਰੇਸ਼ਨ ਗੈਪ ਹੁੰਦਾ ਹੈ ਜਾਂ ਟੈਕਨੋਲੋਜੀ ਚੇਂਜ ਹੁੰਦੀ ਹੈ ਦੇ ਮਾਪੇ ਹੁੰਦੇ ਆ ਉਹ ਵਿਚਾਰੇ ਐਵਰੀਡੇ ਦੀ ਜਿਹੜੀ ਲਿਵਿੰਗ ਆਨ ਗੈਨ ਦੇ ਵਿੱਚ ਲੱਗੇ ਰਹਿੰਦੇ ਵੀ ਆਪਾਂ ਘਰ ਦਾ ਖਰਚਾ ਚਲਾਣਾ ਹੈ ਆਪਾਂ ਅੱਗੇ ਸਕੂਲ ਦਾ ਫੀਸ ਦੇਣੀ ਆ ਸਾਰਾ ਕੁਝ ਉਹਦੇ ਵਿੱਚ ਉਜੇ ਰਹਿੰਦੇ ਹੈਗੇ ਆਫ ਕੋਰਸ ਉਹ ਥੋੜੀ ਨਵੀਂ ਟੈਕਨੋਲੋਜੀ ਤੋਂ ਪਿੱਛੇ ਰਹਿ ਜਾਂਦੇ ਆ ਪਰ ਜਿਹੜੇ ਜਵਾਕ ਹੁੰਦੇ ਆ ਉਹਨਾਂ ਉੱਤੇ ਉਹ ਜ਼ਿੰਦਰ ਤੇ ਨਹੀਂ ਹੁੰਦੀ ਗੀ ਉਹ ਲਾਇਬਿਲਟੀਜ਼ ਨਹੀਂ ਹੁੰਦੀਆਂ ਤਾਂ ਆਫ ਕੋਰਸ ਉਹ ਜਿਹੜੀ ਨਿਊ ਟੈਕਨੋਲੋਜੀਜ਼ ਹੈ ਨਵੇਂ ਜਨਰੇਸ਼ਨ ਦੀ ਕੀ ਚੀਜ਼ਾਂ ਹੁੰਦੀਆਂ ਕਿਹੜੇ ਨਵੇਂ ਕੱਪੜੇ ਆ ਰਹੇ ਆ ਕਿਹੜੇ ਸੈਲਫੋਨ ਆ ਰਹੇ ਆ ਜਾਂ ਹੋਰ ਚੀਜ਼ਾਂ ਉਹ ਚੀਜ਼ਾਂ ਉਹ ਸਿੱਖਦੇ ਵਾ ਕੇ ਫਿਰ ਮਾਂ ਪਿੰਨ ਦ ਉਹ ਉਹਨੂੰ ਚਲਾਉਣਾ ਸਿਖਾਉਂਦੇ ਆਗੇ ਤਾਂ ਕਈ ਵਾਰ ਮਾਪੇ ਵਾਸਤੇ ਵੀ ਹੁੰਦਾ ਹੈਗਾ ਵੀ ਹਾਂਜੀ ਮੇਰਾ ਬੱਚਾ ਮੈਨੂੰ ਸਾਰੇ ਪ੍ਰਾਊਡ ਮੂਮੈਂਟ ਵੀ ਹੁੰਦਾ ਤੇ ਜਵਾਨਾਂ ਨੂੰ ਸਿੱਖ ਰਿਹਾ ਹੁੰਦਾ ਕਿਉਂਕਿ ਮੈਂ ਆਪ ਇੱਕ ਫਾਦਰ ਹਾਂ ਮੇਰੇ ਦੋ ਬੇਟੇ ਆਗੇ ਰਾਈਟ ਆਲਮੋਸਟ ਗਰੋਨ ਅਪ ਠੀਕ ਹੈ ਤਾਂ ਮੈਨੂੰ ਬਹੁਤ ਪ੍ਰਾਊਡ ਹੁੰਦਾ ਜਦੋਂ ਮੇਰੇ ਜਵਾਨ ਮੈਨੂੰ ਕਈ ਵਾਰ ਕੁਝ ਸਿਖਾਉਂਦੇ ਪਰ ਕਈ ਵਾਰ ਇਹ ਵੀ ਹੁੰਦੇ ਆ ਯਾਰਾ ਤਾਂ ਮੈਂ ਕਰ ਕਰਟਿਆ ਹੁਣ ਤੂੰ ਮੈਨੂੰ ਇਹ ਜੀ ਸੁਖਾਏਗਾ ਸੋ ਆਪਣੀ ਕਿਤਨ ਕਥਾਰ ਅਨਫੋਰਚਨਟਲੀ ਆਪਣੀ ਈਗੋ ਵੀ ਉਹਦੇ ਵਿੱਚ ਆ ਜਾਂਦੀ ਹੈ ਰਾਈਟ ਤਾਂ ਆਪਾਂ ਨੂੰ ਥੋੜਾ ਜਾਂ ਕਈ ਵਾਰ ਜਦੋਂ ਆਪਾਂ ਜਵਾਬ ਨੂੰ ਕੁਝ ਦੱਸਦੇ ਹੈਗੇ ਤਾਂ ਆਦੇ ਆਪ ਨੂੰ ਉਹਦੇ ਲੈਵਲ ਤੇ ਲੈ ਕੇ ਸੋਚ ਕੇ ਉਹਨੂੰ ਦੱਸਣਾ ਚਾਹੀਦਾ ਹੈਗਾ ਉਹਨੂੰ ਐਕਸਪਲੇਨ ਕਰਨਾ ਚਾਹੀਦਾ ਉਹਦੇ ਲੈਵਲ ਦੇ ਹਿਸਾਬ ਨਾਲ ਕਈ ਵਾਰ ਉਹਨੂੰ ਸਮਝ ਨਹੀਂ ਆਉਂਦੀ ਕਿਉਂਕਿ ਆਪਣੇ ਕੋਲ ਲਾਈਫ ਦਾ ਐਕਸਪੀਰੀਅੰਸ ਆਪਾਂ ਉਹ ਚੀਜ਼ਾਂ ਪ੍ਰੈਕਟੀਕਲੀ ਕਰਕੇ ਸਿੱਖੇ ਹੈਗੇ ਤਾਂ ਉਹਨੇ ਨਹੀਂ ਸਿੱਖੀਆਂ ਆਪਾਂ ਕਈ ਵਾਰ ਗੁੱਸੇ 'ਚ ਜਵਾਬ ਨੂੰ ਜੋ ਜਵਾਬ ਦੂਜੀ ਵਾਰ ਤੀਜੀ ਵਾਰ ਪੁੱਛ ਲੇ ਤਾਂ ਪਿਛੜਕ ਦਿੰਦੇ ਕੀ ਯਾਰ ਤੈਨੂੰ ਇੰਨੇ ਕੋ ਗੱਲ ਨਹੀਂ ਆ ਰਹੀ ਸਮਝਾ ਹੁਣ ਤਾਂ ਸਮਝਾ ਕੇ ਬੈਠਾ ਉਹ ਗਲਤ ਤਰੀਕਾ ਹੈਗਾ ਆਫਕੋਰਸ ਜਵਾਬ ਕਿਸੇ ਕੋਲ ਜਾਊਗਾ ਨਨ ਕੱਲਾ ਮਾਪਿ ਤੋ ਹੀ ਪੁੱਛਦਾ ਹੈਗਾ ਬ੍ਰਾਡ ਸਾਹਿਬ ਤੁਸੀਂ ਬਹੁਤ ਅੱਛੀ ਗੱਲ ਕੀਤੀ ਮੈਨੂੰ ਬਹੁਤ ਅੱਛਾ ਲੱਗਿਆ ਥੋੜੀ ਦੇਰ ਪਹਿਲਾਂ ਤੁਸੀਂ ਕਿਹਾ ਕਿ ਤੁਸੀਂ ਜਿਵੇਂ ਕਿਸੇ ਨਾਲ ਵੀ ਗੱਲ ਕਰਦੇ ਹੋ ਕੋਈ ਬੱਚੇ ਨਾਲ ਕਿਸੇ ਨਾਲ ਵੱਡੇ ਨਾਲ ਗੱਲ ਕਰਦੇ ਹੋ ਤੁਸੀਂ ਉਹਨਾਂ ਕਹਿੰਦੇ ਕਿ ਮੈਨੂੰ ਇਹ ਗੱਲ ਦੱਸ ਜੋ ਵੀ ਤੇਰੀ ਪਰੇਸ਼ਾਨੀ ਹੈਗੀ ਮੈਂ ਆਪਦੇ ਵਿੱਚ ਹੀ ਰੱਖੂ ਮੈਂ ਕਿਸੇ ਨੂੰ ਦੱਸੂਗਾ ਜੀ ਆਪਣੇ ਵਿੱਚ ਇਹ ਚੀਜ਼ ਬਹੁਤ ਮਿਸ ਹੁੰਦੀ ਹੈਗੀ ਪ੍ਰੋਬਲਮ ਇਹ ਹੈ ਕਿ ਜਦੋਂ ਆਪਾਂ ਨੂੰ ਕੋਈ ਗੱਲ ਦੱਸਦਾ ਹੈਗਾ ਯਾਰ ਦੋਸਤ ਹੈ ਜਾਂ ਕੋਈ ਹੋਰ ਆਪਾਂ ਨਾਲ ਵੈਲਵਿਸ਼ ਹੋ ਸਮਝ ਕੇ ਆਦਾ ਦਿਲ ਹਲਕਾ ਕਰਦਾ ਹੈ ਆਪੋ ਉਹ ਗੱਲ ਅੱਗੇ ਕਰ ਲੈਂਦੇ ਆ ਬਹੁਤ ਮਾੜੀ ਗੱਲ ਹੈ ਜੀ ਤੇ ਜੇ ਤੁਸੀਂ ਇਹ ਕਰ ਰਹੇ ਹੋਗੇ ਤਾਂ ਬਹੁਤ ਅੱਛਾ ਉਲਟਾ ਇਨ ਇਨ ਕੇਸ ਮੈਂ ਆਜਾ ਆ ਹੈਗੇ ਜਸ ਪੰਜਾਬੀ ਜੀ ਮੈਂ ਇਨਫੈਕਟ ਸ਼ੁਕਰੀਆ ਕਰਦਾ ਜਸ ਪੰਜਾਬੀ ਦਾ ਕਿ ਮੈਨੂੰ ਉਹ ਦੁਆਰਾ ਫੇਰ ਇਸ ਪ੍ਰੋਗਰਾਮ ਤੇ ਲੈ ਕੇ ਆਏ ਹੈਗੇ ਜੀ ਆਊਟ ਸੇ ਕਿ ਇਹ ਸਾਰਿਆਂ ਨੂੰ ਅਡਾਪਟ ਕਰਨੀ ਚਾਹੀਦੀ ਹੈ ਹੌਲੀ ਹੌਲੀ ਚੇਂਜਸ ਲੈ ਕੇ ਆਣੀ ਚਾਹੀਦੀ ਹੈ ਆਪਾਂ ਸਾਰਿਆਂ ਨੂੰ ਕਿਸੇ ਨਾ ਕਿਸੇ ਦਾ ਵੈਲਬੀਸ਼ਰ ਸਿਕਰਟ ਸੈਂਟਰ ਬਣਨਾ ਚਾਹੀਦਾ ਵੀ ਆਪਣੀ ਜਿਹੜੀ ਗੱਲ ਆਪਣੇ ਵਿੱਚ ਰਹੂਗੀ ਆਪਾਂ ਬਾਹਰ ਨਹੀਂ ਕਰਦੇ ਜੀ ਲੀਸ ਨੂੰ ਜੇ ਬੰਦਾ ਜਿਵੇਂ ਹੁਣ ਉਹ ਬੱਚਾ ਸੀਗਾ ਜਿਹੜਾ 19 ਸਾਲ ਦਾ ਜਿਹਨੇ ਸ਼ੂਟਿੰਗ ਕੀਤੀ ਹੈ ਉਹਦੇ ਕੋਲ ਸ਼ਾਇਦ ਕੋਈ ਨਹੀਂ ਸੀਗਾ ਸ਼ੇਅਰ ਕਰਨ ਵਾਸਤੇ ਜੇ ਉਹਦੇ ਕੋਲ ਹੁੰਦਾ ਤਾਂ ਸ਼ਾਇਦ ਉਹਦੀ ਉਹ ਕਾਲ ਕਰਦਾ ਵੀ ਮੈਨੂੰ ਜੌਬ ਤੋਂ ਕੱਢਤਾ ਮੈਂ ਉਹਨੂੰ ਕੀ ਕਰਾਂ ਉਹ ਜਿਹੜਾ ਬੰਦਾ ਹੈ ਉਹਨੂੰ ਸਹੀ ਸੁਜੈਸਟ ਕਰਦਾ ਇਹ ਇਹ ਬਹੁਤ ਜ਼ਰੂਰੀ ਹੈ ਕਿ ਆਪਾਂ ਦੂਜੇ ਦੀ ਜਿਹੜੀ ਚੀਜ਼ਾਂ ਹੈਗੀਆਂ ਉਹਨੂੰ ਸੀਕ੍ਰੀਟ ਰੱਖ ਸਕੀਏ ਤੇ ਕਿਸੇ ਦਾ ਅੱਛਾ ਫਰੈਂਡ ਬਣ ਸਕੀਏ ਆਪਦੇ ਜਵਾਕ ਤੋਂ ਸ਼ੁਰੂ ਕਰਨਾ ਚਾਹੀਦਾ ਹੈਗਾ ਜੇ ਆਪਦੇ ਜਵਾਕ ਆਪਾਂ ਨੂੰ ਕੋਈ ਗੱਲ ਦੱਸ ਰਿਹਾ ਹੈ ਤਾਂ ਉਹਨੂੰ ਕ੍ਰਿਟਿਸਾਈਜ਼ ਨਾ ਕਰੋ ਉਹਨੂੰ ਓਪਨਲੀ ਨਾ ਕਰੋ ਵੀ ਹਾਂ ਵੀ ਇਹਨੇ ਉਹ ਜਵਾਬ ਦੇ ਵਿੱਚ ਇਨਫਰਟੀ ਕੰਪਲੈਕਸ ਆਲੀ ਉਹ ਤੁਹਾਡੇ ਨਾਲ ਅੱਗੇ ਤੋਂ ਗੱਲ ਸ਼ੇਅਰ ਨਹੀਂ ਕਰੂਗਾ ਜੀ ਜੀ ਤੇ ਜਦੋਂ ਬੱਚਾ ਦਾ ਸ਼ਰੀਰ ਗਰੋਅ ਕਰਦਾ ਹੈ ਉਹਦਾ ਦਿਮਾਗ ਵੀ ਉਵੇਂ ਗਰੋਅ ਕਰਦਾ ਹੈ ਕਈ ਵਾਰ ਫਿਜ਼ੀਕਲੀ ਬੰਦੇ ਦੀ ਬਹੁਤ ਵੀਕਨੈਸ ਹੁੰਦੀ ਹੈ ਕਿ ਮੈਂਟਲੀ ਬਹੁਤ ਵੀਕਨੈਸ ਹੁੰਦੀ ਹੈ ਤਾਂ ਉਹਨੂੰ ਕੋਈ ਨਾ ਕੋਈ ਚਾਹੀਦਾ ਸ਼ੇਅਰ ਕਰਨ ਵਾਸਤੇ ਬਹੁਤ ਜ਼ਰੂਰੀ ਹੈ ਦੇ ਟਾਈਮ ਦੇ ਵਿੱਚ ਚੀਜ਼ਾਂ ਸ਼ੇਅਰ ਕਰਨੀਆਂ ਜੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕੌਨਰ ਕਿ ਮੇਰਾ ਖੁਦ ਦਾ ਬੇਟਾ 25 ਸਾਲ ਦਾ ਸਾਡੀ ਇੱਕ ਇਸ ਤਰ੍ਹਾਂ ਆ ਜਿੱਦਾਂ ਗਰਲਫ੍ਰੈਂਡ ਤੇ ਬॉयਫ੍ਰੈਂਡ ਵਾਲੀ ਗੱਲ ਆ ਇਹ ਨਹੀਂ ਬੰਦੀ ਬਹੁਤ ਯਾਰੀ ਆ ਹਰ ਨਿੱਕੀ ਨਿੱਕੀ ਗੱਲ ਪੁੱਛਦਾ ਦੱਸਦਾ ਮੈਂ ਬਹੁਤ ਪ੍ਰਾਊਡ ਫੀਲ ਕਰਦਾ ਉਸ ਕਰ ਤੋਂ ਕਿਉਂਕਿ ਮੈਂ ਉਹਨੂੰ ਇਹੀ ਸਿਖਾਇਆ ਕਿ ਕੋਈ ਵੀ ਪ੍ਰੋਬਲਮ ਆ ਕੋਈ ਪ੍ਰੋਬਲਮ ਇਡੀ ਵੱਡੀ ਹੈ ਨਹੀਂ ਜਿਹਨੂੰ ਆਪਾਂ ਹੈਂਡਲ ਨਹੀਂ ਕਰ ਸਕਦੇ ਤੂੰ ਮੈਨੂੰ ਆ ਕੇ ਦੱਸ ਦੇ ਆਪਾਂ ਉਹਦਾ ਸੋਲੂਸ਼ਨ ਲੱਭਾਂਗੇ ਜੀ ਮੈਂ ਹਰ ਇੱਕ ਮਾਪੇ ਨੂੰ ਇਹ ਕਹਿਣਾ ਚਾਹੁੰਦਾ ਕਿ ਜੇ ਕਲਚਰ ਕੋਈ ਵੀ ਹੋਵੇ ਤੁਸੀਂ ਆਪਣੇ ਬੱਚਿਆਂ ਤੋਂ ਸ਼ੁਰੂਆਤ ਕਰ ਲਓ ਉਹ ਤੁਹਾਡੇ ਜੇ ਬੱਚੇ ਤੁਹਾਨੂੰ ਆ ਕੇ ਨਹੀਂ ਦੱਸਦੇ ਇਹਦਾ ਮਤਲਬ ਪ੍ਰੋਬਲਮ ਤੁਹਾਡੇ ਜਿਹਾ ਬੱਚਿਆਂ 'ਚ ਜੀ ਕਿ ਸਾਡੀ ਕੰਪਨੀ ਦਾ ਏਸੇ ਆਪਾਂ ਬੇਸ ਤੇ ਕਰੀਏ ਕਿ ਤੁਹਾਡਾ EMPLOYEE ਤੁਹਾਨੂੰ ਖੁੱਲ ਕੇ ਨਹੀਂ ਇਹਦਾ ਗੱਲ ਦੱਸ ਰਿਹਾ ਪ੍ਰੋਬਲਮ ਤੁਹਾਡੇ ਵਿੱਚ ਆ ਐਸੇ ਬੌਸ ਤੁਸੀਂ ਰੋਂਗ ਬੌਸ ਹੋ ਜਾਂ ਤੁਸੀਂ ਬੈਡ ਬੌਸ ਤੁਸੀਂ ਕੰਪਨੀ ਚਲਾਣੇ ਹੋ ਜੇ ਆਪਾਂ ਇਸ ਕੰਮ ਨੂੰ ਇਸ ਪਾਸੇ ਜਾਈਏ ਕਿ ਜਿਹੜਾ ਕਾਂਡ ਹੋਇਆ ਉਹ ਉਹਨੂੰ ਅਵੋਇਡ ਕੀਤਾ ਜਾ ਸਕਦਾ ਸੀ ਕਿੱਦਾਂ ਕੀਤਾ ਜਾ ਸਕਦਾ ਸੀ ਗੱਲਬਾਤ ਕਰਕੇ ਜਿੱਥੇ ਉਹ ਕੰਮ ਕਰਦਾ ਸੀ ਹੁਣ ਤੁਸੀਂ ਕੰਪਨੀ ਚਲਾਣੇ ਹੋ ਮੈਂ ਇਹਦਾ ਮੇਰਾ ਪਰਸਨਲ ਤਜਰਬਾ ਹੈ ਆ ਕਿ ਕੋਈ ਵੀ ਜਿਹੜਾ EMPLOYEER ਰੱਖਣਾ 18 ਸਾਲ ਤੋਂ 25 ਸਾਲ ਤੱਕ ਜੇ ਤੁਸੀਂ ਕਿਸੇ ਬੰਦੇ ਨੂੰ ਜੌਬ ਦੇ ਰਹੇ ਹੋ ਤੇ ਆਮ EMPLOYEES ਰੱਖਣ ਨੂੰ ਦੋ ਵਾਰ ਸੋਚਦੇ ਆ ਉਹਨੂੰ ਰੱਖਣ ਲਈ ਪੰਜ ਵਾਰ ਸੋਚੋ ਕਿ ਉਹਦਾ ਕੋਈ ਤਜਰਬਾ ਨਹੀਂ ਹੈ ਉਹਨੇ ਬੁੱਕਾਂ ਹੀ ਪੜ੍ਹੀਆਂ ਨਹੀਂ ਕੋਈ ਕੰਮ ਨਹੀਂ ਕੀਤਾ ਔਰ ਉਹਦਾ ਟੈਂਪਰ ਸਭ ਤੋਂ ਹਾਈ ਹੈ ਔਰ ਉਹਨੂੰ ਫਾਇਰ ਕਰਨ ਲੱਗੇ ਜੇ ਪੰਜ ਵਾਰੀ ਰੱਖਣ ਬਾਰੇ ਸੋਚਿਆ ਸੀ ਫਾਇਰ ਕਰਨ ਵੇਲੇ 10 ਵਾਰੀ ਸੋਚੋ ਕਿਉਂਕਿ ਉਹ ਬੱਚਾ ਜਾਂ ਉਹ ਯੰਗ EMPLOYEE ਤੁਹਾਡੀ ਕੰਪਨੀ ਦਾ ਐਸੈਟ ਬਣ ਸਕਦਾ ਗਾ ਜਾ ਕੇ ਕਿਉਂਕਿ ਯੰਗ ਹੈ ਉਹਦੇ ਵਿੱਚ ਸਟਰੈਂਥ ਹੈ ਉਹਦੇ ਵਿੱਚ ਇੰਨੀ ਐਨਰਜੀ ਹੈ ਕਿ ਉਹ ਤੁਹਾਡੀ ਕੰਪਨੀ ਨੂੰ ਵਧਾ ਵੀ ਸਕਦਾ ਦੋਨੇ ਚੀਜ਼ਾਂ ਕਰਨ ਤੋਂ ਬਾਅਦ ਮੈਂ ਕਹਾਂਗਾ ਤੁਸੀਂ ਜ਼ਰੂਰ ਹਾਈਲਾਈਟ ਕਰੋ ਕਿ ਬੰਦੇ ਨੂੰ ਰੱਖਣ ਤੋਂ ਤੇ ਉਹਨੂੰ ਫਾਇਰ ਕਰਨ ਤੱਕ ਕੀ ਪ੍ਰੋਸੈਸ ਹੈ ਜਿਹੜਾ ਆਪਣੇ ਪੰਜਾਬੀ ਵੀਰ ਵੀ ਬਰਤਨ ਦੇ ਕੋਈ ਅਮਰੀਕਨ ਵੀ ਸੌਂ ਰਿਆ ਉਹਨੂੰ ਚਲੋ ਪੰਜਾਬੀ ਦਾ ਨਹੀਂ ਉਹਨੂੰ ਇੰਗਲਿਸ਼ ਸਮਝਾਵਾਂਗੇ ਕੋਈ ਸ਼ੋਅਕ ਇੰਗਲਿਸ਼ ਦਾ ਵੀ ਲੈ ਕੇ ਆਵਾਂਗੇ ਪਰ ਪੰਜਾਬੀ ਦਾ ਜਰੂਰ ਦੱਸੋ ਤੁਸੀਂ ਕਿ ਉਹ ਕੀ ਕੀ ਕਾਰਨ ਤੇ ਉਹਨੂੰ ਹਾਇਰ ਤੇ ਫਾਇਰ ਕਰਨ ਲਈ ਕੀ ਕੀ ਦੇਖਣਾ ਚਾਹੀਦਾ ਠੀਕ ਹੈ ਜੀ ਮੇਰਾ ਜਿਹੜਾ ਤਜਰਬਾ ਰਿਹਾ ਤੇ ਬਰਾੜ ਸਾਹਿਬ ਤੁਹਾਡਾ ਤਾਂ ਕਰ ਮੈਥੋਂ ਵੀ ਬਹੁਤ ਜ਼ਿਆਦਾ ਤਜਰਬਾ ਰਿਹਾ ਤੁਸੀਂ ਮਲਟੀਪਲ ਬਿਜ਼ਨੈਸਿਸ ਕੀਤੇ ਐ ਮੈਥੋਂ ਵੀ ਤੁਸੀਂ 4-5 ਸਾਲ ਇਹ ਚ ਵੀ ਬੱਡੇ ਹੋਗੇ ਬਹੁਤ ਡਿਫਰੈਂਟ ਟ੍ਰਿਕ ਜ ਤੁਸੀਂ ਬਿਜ਼ਨਸ ਕੀਤੇ ਆ ਬਟ ਮੇਰਾ ਜਿਹੜਾ ਹੁਣ ਮੈਂ ਮੇਰੇ ਰੈਸਟੋਰੈਂਟ ਵੀ ਮੇਰੇ ਹੋਏਗਾ ਰਾਈਟ ਇਲੈਕਟ੍ਰੋਨਿਕਸ ਉਹਦੇ ਵਿੱਚ ਹੋਲ ਸੇਲ ਵੀ ਮੈਂ ਕੀਤਾ ਹੋਇਆ ਮੈਂ ਜੋਸ ਵੀ ਕੀਤੀ ਹੈ ਤੇ ਆਦੇ ਬਿਜ਼ਨਸ ਵੀ ਕੀਤੇ ਆਗੇ ਰਾਈਟ ਰੀਅਲ ਏਸਟੇਟ ਵੀ ਥੋੜਾ ਬਹੁਤ ਕੀਤਾ ਤਾਂ ਮੈਂ ਚੀਜ਼ ਇਹ ਦੇਖੀ ਜਿੰਨੇ ਵੀ ਸਕਸੈਸਫੁਲ ਲੋਕ ਹੈਗੇ ਆ ਕਾਮਯਾਬ ਲੋਕ ਜੋ ਹੈਗੇ ਆ ਉਹਨਾਂ ਦੇ ਬਿਸਕਟ ਬੇਸਿਕ ਥਿਉਰੀ ਸੇਮ ਹੁੰਦੀ ਹੈਗੀ ਆ ਕਿ ਉਹ ਆਪਦੇ ਏਮਪਲੋਏ ਦੇ ਪਤੀ ਜਾਂ ਕੋਈ ਵੀ ਆਪਦੇ ਅਰਾਊਂਡਿੰਗ ਹੈਗੇ ਆ ਬੇਸ਼ੱਕ ਜਾਣਕਾਰ ਵੀ ਨਹੀਂ ਹੈਗੇ ਉਹਨਾਂ ਦੇ ਪ੍ਰਤੀ ਰਿਸਪੈਕਟਫੁਲ ਹੁੰਦੇ ਆਗੇ ਕਿ ਉਹ ਐਕਸਪੈਕਟ ਕਰਦੇ ਕਿ ਉਹਨਾਂ ਨੂੰ ਵੀ ਰਿਸਪੈਕਟ ਉਹਨਾਂ ਦੀ ਬੜੇ ਜੇ ਤੁਸੀਂ ਨੇਚਰਲ ਗੱਲ ਹੈ ਕਿਸੇ ਰਿਸਪੈਕਟ ਕਰੋਗੇ ਤਾਂ ਉਹ ਕਰੂਗਾ ਕਿਸੇ ਨੂੰ ਪਿਆਰ ਕਰੋਗੇ ਤਾਂ ਉਹ ਪਿਆਰ ਕਰੂਗਾ EMPLOYEES ਜਿਹੜਾ ਹੈਗਾ ਕੋਈ ਵੀ ਬੰਦਾ ਜੇ ਤੁਸੀਂ ਹਾਇਰ ਕਰਦੇ ਹੋਗੇ ਸਭ ਤੋਂ ਪਹਿਲਾਂ ਉਹਦੇ ਬਾਰੇ ਜਾਣਨਾ ਜ਼ਰੂਰੀ ਹੈ ਉਹਦਾ ਬੈਕਗ੍ਰਾਉਂਡ ਜਾਣਨਾ ਜ਼ਰੂਰੀ ਹੈ ਉਹਦੀ ਕੈਪੇਬਿਲਿਟੀਆਂ ਕੀ ਹੈਗੀਆਂ ਰਾਈਟ ਹੁਣ ਫੋਰ ਐਗਜ਼ਾਮਪਲ ਹੁਣ ਸੱਟਰਾ ਟਰੱਕਿੰਗ ਦਾ ਕੰਮ ਹੈਗਾ ਹੁਣ ਸਾਡਾ ਮੈਕੈਨਿਕ ਆਏਗਾ ਉਹ ਮੈਕੈਨिकल ਕੰਮ ਪਸੰਦ ਕਰਦਾ ਹੈ ਉਹ ਉਹ ਹੈਂਡੀਮੈਨ ਹੈ ਹੱਥ ਨਾਲ ਕੰਮ ਕਰਨਾ ਬਹੁਤ ਪਸੰਦ ਕਰਦਾ ਉਹਨੂੰ ਮੈਂ ਨਾਲ ਦੀ ਨਾਲ ਲਿਆ ਕੇ ਜਿਹੜਾ ਅਕਾਊਂਟ ਚ ਰੱਖ ਦੂੰਗਾ ਜਿਹਦਾ ਕਿ ਉਹਨੂੰ ਕੰਪਿਊਟਰ ਦਾ ਕੋਈ ਐਕਸਪੀਰੀਅੰਸ ਨਹੀਂ ਹੈ ਉਹਨੂੰ ਕੋਈ ਸ਼ੌਂਕ ਨਹੀਂ ਹੈ ਸਿੱਖਣ ਦਾ ਤਾਂ ਰਾਈਟ ਤਾਂ ਉਹ ਛੇਤੀ ਕੰਮ ਵੀ ਛੱਡ ਜਾਊਗਾ ਤੇ ਉਹਨੂੰ ਕਾਮਯਾਬੀ ਨਹੀਂ ਹੋਣਾ ਤੇ ਉਹਨੇ ਤੁਹਾਨੂੰ ਵੀ ਫੇਲ ਕਰ ਦੇਣਾ ਹੈ ਜੀ ਸਹੀ ਤਾਂ ਇਹ ਚੀਜ਼ ਜ਼ਰੂਰੀ ਹੈ ਕਿ ਉਹਦਾ ਬੈਕਗ੍ਰਾਉਂਡ ਉਹ ਕੀ ਹੈ ਉਹ ਸਪੋਰਟਸ ਉਹ ਕੋਸਾਂ ਦਾ ਗੇ ਪੀਪਲ ਪਰਸਨ ਆ ਯਾ ਸਰਫ ਕੰਪਿਊਟਰ ਵਗੈਰਾ ਇਲੈਕਟ੍ਰੋਨਿਕਸ ਜਿਆਦਾ ਇੰਟਰਸਟ ਰੱਖਦਾ ਹੈ ਹਰੇਕ ਫੀਲ ਦਾ ਇੱਕ ਆਫ ਥੀਸ ਐਕਸਪਰਟੀਜ਼ ਹੁੰਦੀ ਹੈ ਉਹਦੇ ਸਾਹਮਣੋਂ ਤੁਸੀਂ ਬੰਦਾ ਜਰੂਰ ਰੱਖੋ ਉਹਨੂੰ ਪੁੱਛੋ ਕਿ ਉਹ ਫਿਊਚਰ ਪਲਾਨ ਕੀ ਹੈ ਜੇ ਉਹ ਬੰਦਾ ਕਹਿੰਦਾ ਕਿ ਜੀ ਮੈਂ ਤੁਹਾਡੇ ਵਾਸਤੇ ਕੰਪਨੀ ਵਾਸਤੇ ਇਹ ਮੇਰੀ ਮੇਰੀ ਚੋਰੀ ਹੈ ਜੇ ਕੋਈ ਮੈਨੂੰ EMPLOYEE ਮੈਨੂੰ ਕਹਿੰਦਾ ਜਦੋਂ ਮੈਂ ਹਾਇਰ ਕਰਦਾ ਮੈਂ ਪੁੱਛਦਾ ਫਿਊਚਰ ਪਲਾਨ ਕੀ ਹੈ ਪਹਿਲਾਂ ਉਹਨਾਂ ਦਾ ਬੈਕਗ੍ਰਾਉਂਡ ਜਾਣਦਾ ਹੋਣਾ ਹੈ ਫੈਮਲੀਜ਼ ਬਾਰੇ ਜਾਣਦਾ ਹੈਗਾ ਉਹ ਫੈਮਲੀਜ਼ ਨਾਲੋਂ ਕਿੰਨਾ ক্লোਜ਼ ਹੈ ਕਿਉਂ ਜੇ ਫੈਮਲੀ ਦੇ ক্লোਜ਼ ਉਹਲੇ ਸ਼ੌਕ ਕੀ ਹੈ ਜੇ ਬੰਦਾ ਕਹਿੰਦਾ ਮੇਰੇ ਕੋਈ ਸ਼ੌਕ ਹੀ ਨਹੀਂ ਹੈਗੇ ਰਾਈਟ ਤਾਂ ਇਹਦਾ ਕੀ ਕਰ ਸਕਦੇ ਸ਼ੌਕ ਨਹੀਂ ਹੈਗੇ ਤਾਂ ਕਿਉਂ ਨਹੀਂ ਹੈਗੇ ਕਿ ਹਰੇਕ ਬੰਦਾ ਨੇ ਕਿਤੇ ਨਾ ਕਿਤੇ ਕੋਈ ਸ਼ੌਕ ਹੁੰਦਾ ਹੈ ਕੋਈ ਸਪੋਰਟਸ ਹੁੰਦਾ ਹੈਗਾ ਜਾਂ ਕੁਝ ਡਿਫਰੈਂਟ ਸ਼ੌਕਸ ਹੁੰਦੇ ਹੈਗੇ ਤਾਂ EMPLOYEES ਨੂੰ ਡਸਨਟ ਮੈਟਰ ਕਿ ਜਦੋਂ ਮੈਂ ਜਿਹਨੂੰ ਹਾਇਰ ਕਰਦਾ ਮੈਂ ਇਹ ਨਹੀਂ ਦੇਖਦਾ ਕਿ ਉਹ 40 ਸਾਲ ਦਾ ਹੈ ਜਾਂ 20 ਸਾਲ ਦਾ ਮੇਰੇ ਵਾਸਤੇ ਉਹ ਐਜ਼ ਮੇਰਾ ਫੈਮਲੀ ਮੈਂਬਰ ਹੋਊਗਾ ਮੇਰੇ ਬੱਚੇ ਹੋਊਗਾ ਜੀ ਠੀਕ ਹੈ ਜੀ ਤਾਂ ਉਹਦੇ ਹਿਸਾਬ ਨਾਲ ਚੀਜ਼ਾਂ ਕੁਝ ਟੇਲਰ ਤੁਹਾਨੂੰ ਕਰਨੀ ਪੈਂਦੀ ਹੈ ਕਿਉਂਕਿ ਕੰਪਨੀ ਦੀ ਜਿਹੜੀ ਪਾਲਿਸੀ ਤਾਂ ਪੱਕੇ ਬਣਾਤੀ ਉਹ ਹਰੇਕ ਪਾਲਿਸੀ ਬੰਦਾ ਹਰੇਕ ਇੱਕੋ ਤਰੀਕੇ ਨਾਲ ਫਾਲੋ ਨਹੀਂ ਕਰ ਸਕਦਾ ਹੁਣ ਮੇਰੇ ਕੋਲ ਇੱਕ EMPLOYE ਹੈ ਉਹਦੇ ਦੋ ਬੱਚੇ ਹੈ ਸਿੰਗਲ ਮਦਰ ਹੈਗੀ ਉਹ ਠੀਕ ਹੈ ਜੀ ਉਹਨੇ ਆਦੇ ਉਹਦੇ ਜਵਾਬ ਤੋਂ 8 ਵਜੇ ਸਕੂਲ ਜਾਂਦੇ ਹੈ ਤੇ ਮੈਨੂੰ ਪਤਾ ਹੈ ਦਾ ਉਹਦਾ ਉੱਥੋਂ ਆਦੇ ਘਰ ਤੋਂ ਆਪਣੇ ਕੰਮ ਤੇ ਕਰਦਾ 20 ਮਿੰਟ ਦਾ ਰਾਹ ਹੈ ਉਹਨੂੰ ਮੈਂ ਕਹਿ ਨਹੀਂ ਸਕਦਾ ਵੀ ਤੂੰ 8 ਵਜੇ ਕੰਮ ਤੇ ਆ ਬਈ ਮੈਂ ਤੈਨੂੰ ਜਾਨ ਤੈਨ ਰੱਖਦਾ ਕਿਉਂਕਿ ਤੂੰ 8 ਵਜੇ ਆ ਨਹੀਂ ਸਕਦੀ ਜੀ ਰਾਈਟ ਕੀ ਮੈਂ ਆ ਦਾ ਕੰਮ ਟੇਲਰ ਕਰ ਸਕਦਾ ਹਾਂ ਹੁਣ ਉਹ ਡਰਾਈਵਰ ਮੈਨੇਜਰ ਹੈ ਹਾਂ ਉਹਦਾ ਕੰਮ 8:30 ਵੇ ਚੱਲ ਸਕਦਾ ਹੈ ਤਾਂ ਉਹਨੂੰ ਫਲੈਕਸੀਬਿਲਿਟੀ ਦਿੱਤੀ ਵੀ ਠੀਕ ਹੈ ਤੂੰ 8:30 ਵਜੇ ਕੰਮ ਤੇ ਆਏਗਾ ਠੀਕ ਹੈ ਆਪਦਾ ਸਾਰਾ ਕੰਮ ਖਤਮ ਕਰ 4:30 ਵਜੇ ਤੋਂ ਆਪਦੇ ਕੰਮ ਤੋਂ ਚੱਲੀ ਆ ਉਹਦੇ ਬਾਅਦ ਉਹਦੇ ਨਾਲ ਟੇਲਰ ਕੀਤਾ ਉਹਨੂੰ ਕੰਪਨੀ ਨੂੰ ਐਜ਼ ਅ ਫੈਮਿਲੀ ਕੰਪਨੀ ਕੋ ਚਲਦੀ ਕਿਉਂਕਿ ਅਸੀਂ ਉਹਦੀ ਕੇਅਰ ਕੀਤੀ ਹੈ ਪਹਿਲੀ ਗੱਲ ਉਹਦੇ ਨਾਲ ਬੈਠ ਕੇ ਉਹਨੂੰ ਪੁੱਛੋ ਵੀ ਕਿਵੇਂ ਚੱਲ ਰਿਹਾ ਖਰਚਾ ਪਾਣੀ ਕਿਵੇਂ ਹੈ ਐਵਰੀਥਿੰਗ ਹੋ ਕੇ ਮੇਰੇ ਬਿਲੀਵ ਇਹ ਹੈ ਜੋ ਵੀ ਸਾਡੀ ਕੰਪਨੀ ਪਾਲਿਸੀ ਹੈ ਅਸੀਂ ਹਫ਼ਤੇ 'ਚ ਜੀ ਉਹਦੇ ਵਿੱਚ ਅਸੀਂ ਕੰਪਨੀ ਬਾਰੇ ਵੀ ਗੱਲ ਕਰਦੇ ਆ ਕਿ ਕੀ ਕੀ ਪ੍ਰੋਬਲਮਸ ਆਈਆਂ ਕੰਪਨੀ ਦੇ ਵਿੱਚ ਵੀ ਕੀ ਕਰੀਏ ਦੁਬਾਰਾ ਨਾ ਹੋ ਸਾਡੇ EMPLOYEES ਜੋ ਵੀ ਹੈਗੇ ਆ ਉਹਨਾਂ ਦੇ ਹਰੇਕ ਡਿਪਾਰਟਮੈਂਟ ਦੇ ਬੰਦੇ ਦੇ ਉਹਨਾਂ ਦੇ ਵਿਊਜ਼ ਜਾਣਦੇ ਆ ਤੇ ਉਸ ਤਰੀਕੇ ਨਾਲ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਉਹ ਵੀ ਕੰਫਰਟੇਬਲ ਰਹਿਣ ਵੀ ਉਹਨਾਂ ਨੂੰ ਲੱਗੇ ਵੀ ਸਾਡੀ ਵੈਲਿਊ ਹੈਗੀ ਆ ਵੀ ਸਾਨੂੰ ਪੁੱਛਿਆ ਜਾਂਦਾ ਤੇ ਉੱਤੇ ਵਰਕ ਹੁੰਦਾ ਜੀ ਦੂਜੀ ਗੱਲ ਅੰਨੇ ਅਸੀਂ ਪਰਸਨਲ ਜਾਣਦੇ ਆਗੇ ਇਹ ਉਹ 1 ਟੂ 1 ਵੀ ਹੋਵੇ ਤਾਂ ਵੀ ਕੋਈ ਮੈਂ ਜੇ ਓਪਨਲੀ ਆਪਾਂ ਗੱਲ ਕਰ ਸਕਵੇ ਤਾਂ ਵੀ ਅੱ비 ਮੇਰੇ ਜਵਾਕ ਆਹ ਪ੍ਰੋਬਲਮ ਆ ਰਹੀ ਹੈ ਕਿਉਂਕਿ ਜੇ ਮੇਰੇ ਪ੍ਰੋਪ ਜਵਾਕਾਂ ਨੂੰ ਕੋਈ ਪ੍ਰੋਬਲਮ ਆ ਜਾ ਰਹੀ ਹੈ ਤਾਂ ਦੂਜੇ ਜਵਾਕਾਂ ਨੂੰ ਵੀ ਉਹ ਪ੍ਰੋਬਲਮ ਆ ਰਹੀ ਹੋਣੀ ਹੈ ਸੇਮ ਟਾਈਮ ਤੇ ਜੀ ਜੀ ਜ਼ਰੂਰ ਜ਼ਰੂਰ ਹਾਂਜੀ ਤਾਂ ਆਪਾਂ ਉਹਦਾ ਹੱਲ ਕੀ ਕਰੀਏ ਇੱਕ ਦੂਜੇ ਦੇ ਸਪੋਰਟ ਕਿਵੇਂ ਕਰੀਏ ਰਾਈਟ ਜੇ ਹੁਣ ਵੀ ਮੰਨ ਲਓ ਮੈਂ ਅੱਜ ਇੱਕ ਹੈਗੀ ਐ ਜਿਹੜੀ ਮੇਰੀ EMPLOYE ਹੈਗੀ ਐ ਉਹਦੇ ਜਵਾਕ ਨੂੰ ਸੰਭਾਲਣ ਵਾਸਤੇ ਬੇਬੀ ਸਿਟਰ ਰਹੀ ਹੈ ਤਦ ਨੂੰ ਕਿਵੇਂ ਕੀਤਾ ਜਾ ਸਕਦਾ ਤੇ ਮੇਰੇ ਮੇਰੇ ਬ੍ਰਦਰ ਦੀ ਵਾਈਫ ਉਹ ਕਰੇ ਹੁੰਦੇ ਆ ਉਹ ਵੋਲੰਟੀਅਰ ਕਰਦੀ ਉਹ ਕਹਿੰਦੇ ਠੀਕ ਹੈ ਵੀ ਤਿੰਨ ਚਾਰ ਦਿਨਾਂ ਵਾਸਤੇ ਜਵਾਬ ਮੈਂ ਸੰਭਾਲ ਲਵਾਂਗਾ ਤਾਂ ਜਵਾਬ ਛੋਟੇ ਉਹ ਕਹਿੰਦੇ ਸੋ ਕਿ ਆਈ ਕੈਨ ਟੇਕ ਕੇਅਰ ਆਫ ਦ ਕਿਡਸ ਅੰਟਿਲ ਵੀ ਕੋਈ ਬਿਮਾਰ ਵਗੈਰਾ ਨਹੀਂ ਹੈਗੇ ਤੋ ਵਰਕ ਅਰਾਊਂਡ ਹੋ ਜਾਂਦਾ ਇੱਕ ਦੂਜੇ ਦੀ ਹੈਲਪ ਕਰਨੀ ਬਹੁਤ ਜ਼ਰੂਰੀ ਹੈ ਪੈਸਾ ਹੀ ਸਾਰਾ ਕੁਝ ਨਹੀਂ ਹੈਗਾ ਜੀ ਜਿਹੜੀ ਤੁਸੀਂ ਗੱਲ ਕਰ ਰਹੇ ਕਿ ਜਿਹੜੀ ਕਮਿਊਨੀਕੇਸ਼ਨ ਇੱਕ ਦੂਸਰੇ ਨਾਲ ਕਰਨੀ ਉਹ ਬਹੁਤ ਜ਼ਰੂਰੀ ਹੈ ਕਮਿਊਨੀਕੇਸ਼ਨ ਹੈ ਹਾਂਜੀ ਕਮਿਊਨੀਕੇਸ਼ਨ ਇਜ਼ ਕੀ ਆਫ ਸਕਸੈਸ ਐਗਜ਼ੈਕਟਲੀ ਹਾਂ ਫਿਰ ਉਹਨਾਂ ਦੀ ਕਹਿੰਦੇ ਸੀ ਮਹਾਨ ਸਾਹਿਬ ਇਸੇ ਤਰ੍ਹਾਂ ਹੀ ਤੁਸੀਂ ਜੁੜੇ ਰਹੋ ਸਾਡੇ ਨਾਲ ਇੱਕ ਬੇੜਾ ਦਾ ਬ੍ਰੇਕ ਦਾ ਬੇੜਾ ਹੋ ਗਿਆ ਜਿਹੜੀ ਸੂਈ ਆ ਜਦੋਂ ਟਾਪਿਕ ਵਧੀਆ ਹੋਵੇ ਸੂਈ ਬਹੁਤ ਛੇਤੀ ਜਾਂਦੀ ਆ ਇਹ ਜਿਹੜੀ ਬ੍ਰੇਕ ਆ ਇੱਕ ਫੇਰ ਲੈਣੀ ਪੈਣੀ ਆ ਬ੍ਰੇਕ ਤੋਂ ਬਾਅਦ ਜੁੜੇ ਰਹੋ ਕੁਝ ਹੋਰ ਗੱਲਾਂ ਜਿਹੜੇ ਮਹਾਨ ਸਾਹਿਬ ਤੋਂ ਪੁੱਛਾਂਗੇ ਜੋ ਛੋਟੇ ਆ ਬੇੜਾ ਬ੍ਰੇਕ ਦਾ ਜੀ ਬ੍ਰੇਕ ਬ੍ਰੇਕ ਤੋਂ ਬਾਅਦ ਫੇਰ ਜੀ ਦਾ ਸਵਾਗਤ ਹੈ ਤੁਹਾਡਾ ਤੇ ਆਪਾਂ ਇੱਕ ਵਾਰ ਮਹਾਨ ਸਾਹਿਬ ਨੂੰ ਫੇਰ ਬਾਜ਼ ਮਾਰ ਲਈਏ ਜੀ ਮਹਾਨ ਜੀ ਤੁਹਾਡਾ ਫੇਰ ਸਵਾਗਤ ਹੈ ਜੀ ਸ਼ੁਕਰੀਆ ਥੈਂਕ ਯੂ ਆਪਾਂ ਉਸੇ ਟਾਪਿਕ ਤੇ ਗੱਲ ਕਰਦੇ ਆਪਾਂ ਗੱਲ ਕੱਟਣੀ ਪਈ ਥੋੜੀ ਕਿਉਂਕਿ ਬ੍ਰੇਕ ਜਿਹੜੀ ਆ ਜਲਦੀ ਹੋ ਜਾਂਦੀ ਤੁਸੀਂ ਕਿਹਾ ਕਿ ਇੱਕ EMPLOYE ਨੂੰ ਲੈ ਕੇ ਉਹਦੇ ਨਾਲ ਫੈਮਲੀ ਜਿਹਾ ਬਿਹੇਵ ਕਰਨਾ ਬਹੁਤ ਹੀ ਜ਼ਰੂਰੀ ਆ ਜਿੱਥੇ ਤੱਕ ਮੈਂ ਤੁਹਾਡੀਆਂ ਗੱਲਾਂ ਤੋਂ ਜਿੰਨਾ ਕੁ ਮੈਨੂੰ ਸਮਝ ਹੈਗੀ ਉਹ ਅੰਦਾਜ਼ਾ ਲਾਇਆ ਕਿ ਤੁਸੀਂ ਕਾਫੀ EMPLOYEਆਂ ਨਾਲ ਵਿਚਰਦੇ ਹੋ ਮੈਂ ਵੀ ਕਾਫੀ ਖੁਦ ਵੀ ਵਿਚਰ ਚੁੱਕਾ ਲੇਕਿਨ ਆਪਾਂ ਆਪਣੇ ਪੰਜਾਬੀ ਭਰਾਵਾਂ ਨੂੰ ਦੱਸਣਾ ਚਾਹੁੰਦੇ ਕਿ ਇੱਕ EMPLOYE ਨੂੰ ਤੁਸੀਂ ਜੇ ਫੈਮਲੀ ਮੈਂਬਰ ਦੀ ਤਰ੍ਹਾਂ ਮੰਨੋਗੇ ਮੈਨੂੰ ਲੱਗਦਾ ਕਿ ਉਹ ਜ਼ਿਆਦਾ ਸਕਸੈਸ ਕੰਪਨੀ ਵੀ ਹੋਊਗੀ EMPLOYE ਵੀ ਖੁਸ਼ ਹੋਊਗਾ ਬਾਕੀ ਮਾਨ ਸਾਹਿਬ ਤੁਸੀਂ ਡਿਟੇਲ ਦੱਸੋ ਕਿ ਤੁਸੀਂ ਕੀ ਆਪਣੇ ਤਿਆਰਬੇ ਨਾਲ ਕੀ ਮਹਿਸੂਸ ਕੀਤਾ ਹੁਣ ਤੱਕ ਦੇਖੋ ਜੀ ਆਊਟ ਸੇ ਕਿ ਦੇਖੋ ਆਪਾਂ ਸਾਰੇ ਨੇ ਇੱਕ ਟਾਈਮ ਤੇ ਕੰਮ ਕੀਤਾ ਕਿਸਨ ਕਿਸੇ ਕੋਲ ਕੰਮ ਕੀਤਾ ਡਿਫਰੈਂਟ ਡਿਫਰੈਂਟ ਫੀਲਡ ਚ ਕੰਮ ਕੀਤਾ ਤੇ ਉਹਨਾਂ ਦੇ ਵਿੱਚ ਜਦੋਂ ਕਿ ਸਭ ਤੋਂ ਵੱਡੀ ਪ੍ਰੋਬਲਮ ਹੈ ਕਿ ਆਪਣਾ ਏਮਪਲੋਇਰ ਹੈਗਾ ਆਪਣਾ ਬਾਸ ਹੈ ਉਹ ਐਜ਼ ਅ ਬਾਸ ਐਕਟ ਕਰਦੇ ਹੈਗੇ ਉਹ ਅਖਿਰ ਉਹ ਆਪ ਨੂੰ ਡਿਕਟੇਟ ਕਰਦੇ ਆ ਆਪਾਂ ਕਿਵੇਂ ਕਰਨਾ ਹੈ ਤੇ ਕੀ ਕਰਨਾ ਉਹ ਆਪਣੀ ਸੁਣ ਕੇ ਰਾਜੀ ਨਹੀਂ ਹੈਗੇ ਤੇ ਉਹਦੇ ਇਸ ਰੀਜ਼ਨ ਦੇ ਵਿੱਚ ਦੀ ਵਜ੍ਹਾ ਨਾਲ ਹੀ ਕਿਸੇ ਵੀ ਇੰਡਸਟਰੀ ਦੇ ਵਿੱਚ ਏਮਪਲੋਏ ਦੀ ਸ਼ੋਰਟੇਜ ਆ ਗਈ ਹੈ ਪਹਿਲੀ ਗੱਲ ਤਾਂ ਇਹ ਠੀਕ ਹੈ ਤੇ ਦੂਜੀ ਗੱਲ ਹੈ ਉਹਦੇ ਚ ਸਸਟੇਬਿਲਟੀ ਨਹੀਂ ਹੈ ਕਿ ਵੀ ਏਮਪਲੋਏ ਰੁਕਦਾ ਨਹੀਂ ਇਕ ਥਾਂ ਤੇ ਕੰਮ ਕਰਨ ਰਹਿਦਾ ਨਹੀਂ ਹੈਗਾ ਉਹ ਚੇਦੀ ਚਾੜ ਦੇ ਕੇ ਚਲੇ ਜਾਂਦੇ ਹੈਗੇ ਵੀ ਹੋਰ ਨਵੀਂ ਜੌਬ ਚੱਲਣ ਆਉਂਦੇ ਪਹਿਲੇ 5 ਮਹੀਨੇ 6 ਮਹੀਨੇ ਬੜੇ ਐਕਸਾਈਟਿੰਗ ਹੁੰਦੇ ਉਸ ਤੋਂ ਬਾਅਦ ਉਹ ਨਵੀਂ ਜੌਬ ਲੱਭਣੀ ਸ਼ੁਰੂ ਕਰ ਲੈਂਦੇ ਹੈਗੇ ਜੀ ਆਈ ਊਡ ਸੇ ਕਿ ਕਿਸੇ ਵੀ এমਪਲੋਈ ਦਾ ਉਹਦੇ ਟੇਕ ਕੇਅਰ ਕਰਨੀ ਚਾਹੀਦੀ ਹੈ ਬੇਸਡ ਆਫ ਓਨ देयर ਪਰਫਾਰਮੈਂਸ ਠੀਕ ਹੈ ਜਿਹੜਾ ਵੀ এমਪਲੋਈ ਹੈ ਉਹਨੂੰ ਪਹਿਲਾਂ ਇਨਕਰੇਜ ਕਰੋ ਜੋ ਵੀ ਉਹ ਕਰ ਰਿਹਾ ਹੈਗਾ ਠੀਕ ਹੈ ਦੂਜਾ ਉਹਨੂੰ ਐਪਰੀਸ਼ੀਏਟ ਕਰੋ ਵੀ ਬਾਈ ਬਹੁਤ ਵਧੀਆ ਕਰ ਰਹੇ ਹੈਂ ਵੈਰੀ ਗੁੱਡ ਤੇ ਤੀਜਾ ਉਹਨੂੰ ਕੰਪਨਸੇਟ ਕਰੋ ਇਹ ਤਿੰਨ ਕੀ ਫੈਕਟਰ ਹੈਗੇ ਇੱਕ এমਪਲੋਈ ਨੂੰ ਰੱਖਣ ਵਾਸਤੇ ਅੱਛਾ ਖੁਸ਼ ਰੱਖਣ ਵਾਸਤੇ ਜੀ ਭਾਈ ਜੀ ਤੇ ਗਲਤੀਆਂ ਹੁੰਦੀਆਂ ਹੈਂ ਯਾ ਕੋਈ ਵੀ ਬਿਜ਼ਨਸ ਹੈ ਇਹ ਗਲਤੀਆਂ ਹੋਣਗੀਆਂ ਹੋਣਗੀਆਂ ਸਪੈਸ਼ਲੀ ਜਦੋਂ ਤੁਸੀਂ ਨਵਾਂ ਬੰਦਾ ਹਾਇਰ ਕਰੋਗੇ ਉਹਦੇ ਵਿੱਚ ਕਿਤੇ ਨਾ ਕਿਤੇ ਕਮੀਆਂ ਹੋਣਗੀਆਂ ਕਿਉਂਕਿ ਐਕਸਪੀਰੀਅੰਸ ਨਹੀਂ ਹੁੰਦਾ ਦਾ ਤਾਂ ਉਹਨੂੰ ਡੀਮੋਰਲਾਈਜ਼ ਨਾ ਕਰੋ ਉਹਨੂੰ ਕੋਈ ਗੱਲ ਨਹੀਂ ਆ ਚੀਜ਼ਾਂ ਐ ਕਰਕੇ ਹੋ ਸਕਦੀ ਹੈ ਜੀ ਰਾਈਟ ਟ੍ਰਾਈ ਨੈਕਸਟ ਟਾਈਮ ਦਿਸ ਵੇ ਮੇ ਉਹ ਆਪਣੀ ਗਲਤੀ ਨਾ ਹੋਵੇ ਤੇ ਉਹਨੂੰ ਮੋਨੀਟਰ ਕਰੋ ਜਦੋਂ ਤੱਕ ਉਹ ਟ੍ਰੇਨ ਨਹੀਂ ਹੁੰਦਾ ਉਹਦੇ ਨਾਲ ਖੜੋ ਜੀ ਜਦੋਂ ਤੱਕ ਉਹ ਆਦੇ ਜਦੋਂ ਉਹ ਆਦੇ ਪੈਰਾਂ ਤੇ ਚੱਨ ਲੱਗਿਆ ਅਗੇਨ ਆਪਾਂ ਗੱਲ ਕਰਦੇ ਪਿਓ ਤੇ ਪੁੱਤ ਜਿਵੇਂ ਆਪਾਂ ਗੱਲ ਕੀਤੀ ਸੀ ਕਿ ਆਈ ਲਵ ਯੂ ਮਾਈ ਫਾਦਰ ਤਾ ਮੈਨੂੰ ਕਈ ਵਾਰ ਫੀਲ ਹੁੰਦਾ ਕਿ ਮੈਨੂੰ ਗੱਲ ਕਰਨ ਵਾਸਤੇ ਕੋਈ ਬੰਦਾ ਚਾਹੀਦਾ ਹੈਗਾ ਕਈ ਚੀਜ਼ਾਂ 'ਚ ਮੈਨੂੰ ਹਜੇ ਵੀ ਐਕਸਪੀਰੀਐਂਸ ਨਹੀਂ ਹੈ ਜੀ ਤੇ ਉਹਦੇ ਜੇ ਮੈਂ ਚਾਹਨਾ ਕਿ ਜੇ ਮੇਰੇ ਫਾਦਰ ਸਾਹਿਬ ਉਰੇ ਹੁੰਦੇ ਤਾਂ ਮੈਨੂੰ ਉਹ ਸਹੀ ਗਾਈਡ ਕਰਦੇ ਜੀ ਆ ਤਾਂ ਉਹੀ ਵਜ੍ਹਾ ਨਾਲ ਜਿਹੜਾ ਏਮਪਲੋਇਰ ਹੁੰਦਾ ਜਿਹੜਾ ਉਹਨਾਂ ਦਾ ਕੰਪਨੀ ਹੁੰਦਾ ਉਹ ਐਜ਼ ਅ ਫਾਦਰ ਹੁੰਦਾ ਕੰਪਨੀ ਦਾ ਰਾਈਟ ਬੱਚੇ ਮੈਂ ਤਾਂ ਹੀ ਕਹਿੰਦਾ ਮੇਰੇ ਜਿੰਨੇ ਵੀ ਏਮਪਲੋਇਜ਼ ਹੈਗੇ ਮੈਂ ਉਹਨਾਂ ਨੂੰ ਜਵਾਕਾਂਗਾ ਮੰਨਦਾ ਬਿਸ਼ੱਕ ਵੱਡੇ ਕਿਉਂਕਿ ਇਹ ਬਿਜ਼ਨਸ ਮੈਂ ਐਸਟੈਬਲਿਸ਼ ਕੀਤਾ ਮੇਰਾ ਬਿਜ਼ਨਸ ਤਾਂ ਮੈਨੂੰ ਇਹਦੇ 'ਚ ਐਕ ਜੀ ਤਾਂ ਮੇਰਾ ਫਰਜ ਬਣਦਾ ਕਿ ਜਿੰਨੇ ਮੇਰੇ এমਪਲੋਈ ਜਿਹੜਾ ਵੀ ਜਿਹੜੀ ਵੀ ਡਿਪਾਰਟਮੈਂਟ ਚ ਹੈ ਗਿਆ ਉਹ ਸਹੀ ਤਰੀਕੇ ਨਾਲ ਟ੍ਰੇਨ ਹੋਵੇ ਕਿ ਉਹਦੀ ਗਲਤੀ ਨਾਲ ਕੰਪਨੀ ਨਾਲ ਸਫਰ ਕਰੇ ਤੇ ਸਾਡੇ ਕਲਾਇੰਟ ਸਫਰ ਨਾਲ ਕਿਉਂਕਿ ਇਕੱਲਾ ਉਹ ਨਹੀਂ ਸਫਰ ਕਰੂਗਾ ਆਪਾਂ ਸਾਰੇ ਸਫਰ ਕਰਾਂਗੇ ਜੀ ਜੀ ਤੇ ਜੋ ਬੰਦੇ ਨੂੰ ਉਸ ਲਾਈਨ ਦੇ ਵਿੱਚ ਡਿਪਾਰਟਮੈਂਟ ਚ ਇੰਟਰਸਟ ਨਹੀਂ ਹੈ ਗਿਆ ਤਾਂ ਉਹਨੂੰ ਡਿਪਾਰਟਮੈਂਟ ਚੇਂਜ ਕਰਕੇ ਹੋਰ ਚਾਂਸ ਦਿੱਤਾ ਜਾਏ ਕਿ ਸੋ ਹੋਰ ਡਿਪਾਰਟਮੈਂਟ ਨਾਲ ਨਾ ਕਿ ਉਹਨੂੰ ਨਾਲ ਦੀ ਨਾਲ ਕਹਿ ਜਾਓ ਕਿ ਯੂ ਆਰ ਫਾਇਰਡ ਆ ਚੱਕ ਤੇ ਚੈੱਕ ਉਹ ਚੈੱਕ ਵੀ ਕਮ ਇਨ ਮੇਲ ਓਕੇ ਆ ਡੋਨਟ ਸੀ ਯੂ ਫਰਮ ਟੁਮਾਰੋ ਉਹ ਕੰਮ ਨਹੀਂ ਹੋਣਾ ਚਾਹੀਦਾ ਪਹਿਲਾਂ ਉਹਦਾ ਬੇਸ ਇੰਨਾ ਸਟਰੋਂਗ ਬਣਾਓ ਕਿ ਉਹ ਬੰਦਾ ਕਹੇ ਮੈਂ ਕੰਮ ਛੱਡ ਕੇ ਵੀ ਨਹੀਂ ਜਾਣਾ ਉਹਨਾਂ ਨੇ ਇੰਨੇ ਰਿਲੇਸ਼ਨ ਅੱਛੇ ਰੱਖੋ ਆਪਦੇ ਕਿ ਉਹ ਬੰਦਾ ਬਾਹਰ ਜਾ ਕੇ ਰეკਮੈਂਡ ਕਰੇ ਜੀ ਮੈਂ ਇਸ ਕੰਪਨੀ ਵਾਸਤੇ ਕੰਮ ਕਰਦਾ ਤੁਸੀਂ ਵੀ ਆ ਕੇ ਇਸ ਕੰਪਨੀ ਵਾਸਤੇ ਕੰਮ ਕਰੋ ਪਰ ਥੋੜਾ ਰੈਗੂਲਰ ਉਹਨਾਂ ਨਾਲ ਇੰਟਰੈਕਸ਼ਨ ਬਹੁਤ ਜ਼ਰੂਰੀ ਹੈ ਕੰਪਨਸੇਸ਼ਨ ਬਹੁਤ ਜ਼ਰੂਰੀ ਇੱਕ ਬੰਦਾ ਹੈਗਾ ਤੁਸੀਂ ਹਾਇਰ ਕੀਤਾ ਇੱਕ ਸਾਲ ਤੋਂ ਉਹਦੇ ਨਾਲ ਕੰਮ ਕਰ ਰਿਹਾ ਹੈ ਉਹ ਤੁਹਾਡੇ ਵਾਸਤੇ ਇੰਨੀ ਆਉਟਪੁੱਟ ਕਰ ਰਿਹਾ ਤੁਹਾਡੀ ਕੰਪਨੀ ਰੈਪਿਟੇਸ਼ਨ ਬਣਾ ਰਿਹਾ ਹੈਗਾ ਤੁਹਾਡੇ ਵਾਸਤੇ ਉਹ ਰੈਵਨਿਊ ਅੱਛਾ ਜਨਰੇਟ ਕਰ ਰਿਹਾ ਸਾਲ ਬਾਅਦ ਉਹਦੀ ਪਰਸੈਂਟੇਜ ਆਪਦੇ ਪ੍ਰੋਫਿਟ ਚੋਂ ਉਹ ਬੰਦੇ ਨੂੰ ਕੁਝ ਨਾ ਕੁਝ ਕੰਪਨਸੇਟ ਕਰੋ ਉਹਨੂੰ ਬੋਨਸ ਦਿਓ ਜਾਂ ਉਹਦੀ ਪੇ ਇਨਕਰੀਸ ਕਰੋ ਬਿਨਾਂ ਉਹਨੂੰ ਇੰਟਰਸਟ ਵੀ ਬਣਿਆ ਰਹੇ ਕਿਉਂਕਿ ਆਪਾਂ ਦਾ ਅਮੀਰ ਹੁੰਦੇ ਰਹਿਣੇ ਹੈਗੇ ਮੈਂ 7 ਟਰੱਕਾਂ ਤੋਂ ਸ਼ੁਰੂ ਹੋਇਆ ਸੀ 70 ਤੇ ਪਹੁੰਚ ਜੇ ਲੋ ਮੇਰੇ ਏਮਪਲੋਈ ਵੀ ਬਧਿਆ ਪਰ ਜਿਹੜੇ ਮੇਰੇ ਨਾਲ ਉਦੋਂ ਤੋਂ ਚੱਲੇ ਐ ਜਾਂ ਬਾਅਦ ਛਾਇਰ ਕੀਤੇ ਹਰੇਕ ਸਾਲ ਉਹਨਾਂ ਦੀ ਪਰਫਾਰਮੈਂਸ ਅ ਵੈਲਿਊਏਟ ਹੋਣੀ ਚਾਹੀਦੀ ਹੈ ਏਵੈਲੂਏਸ਼ਨ ਦੇ ਸਾਲਾਂ ਹਰ ਕਿਨੇ ਕੀ ਪਰਫਾਰਮ ਕੀਤਾ ਉਹਨਾਂ ਨੂੰ ਦੇਣਾ ਚਾਹੀਦਾ ਇਨਫੈਕਟ ਕੰਪਨੀ ਜਦੋਂ ਇੱਕ ਸਾਈਜ਼ ਤੇ ਪਹੁੰਚ ਜੇ ਉਹਨੂੰ ਹਮੇਸ਼ਾ ਸ਼ੇਅਰ ਹੋਲਡਰਸ ਬਣਾਉਣੇ ਚਾਹੀਦੇ ਹੈਗੇ ਜੀ ਤਾਂ ਕਿ ਉਹਦਾ ਇੰਟਰਸਟ ਹੋਵੇ ਉਹਨਾਂ ਨੂੰ ਲੱਗੂਗਾ ਕਿ ਇਹ ਮੇਰਾ ਆਵਦਾ ਹੈਗਾ ਆਪਦਾ ਕੰਮ ਹਾਂਜੀ ਸੋ ਵੀ ਐਂਡ ਆਫ ਦਾ ਡੇ ਜਿਹੜਾ ਤੁਸੀਂ ਗੱਲ ਕੀਤੀ ਜਿੰਨਾ ਕ ਮੈਨੂੰ ਸਮਝ ਆਈ ਤੁਹਾਡੀਆਂ ਗੱਲਾਂ ਤੋਂ ਕਿ ਮੈਨੇਜਮੈਂਟ ਤੇ ਹੀ ਸਾਰਾ ਕੁਝ ਖੜਾ ਹੈ ਜੀ ਉਸ ਮੈਨੇਜਰ ਨੇ ਉਹ ਮੁੰਡੇ ਨੂੰ ਫਾਇਰ ਕੀਤਾ ਜੇ ਉਹਨੇ ਉਹਨੂੰ ਬੈਠ ਕੇ ਸਮਝਾਇਆ ਹੁੰਦਾ ਕਿ ਦੇਖ ਤੂੰ ਆਹ ਰੋਂਗ ਕਰ ਰਿਹਾ ਆ ਵੀ ਮੇਰੀ ਵੀ ਜੋਬ ਆ ਜਾਂ ਮੈਨੂੰ ਤੈਨੂੰ ਕੱਢਣਾ ਪੈਣਾ ਜਾਂ ਤੈਨੂੰ ਅੱਗੇ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਤੈਨੂੰ ਕਿਹੜੀ ਚੀਜ਼ ਦੀ ਲੋੜ ਆ ਹੈਲਪ ਕੀਤੀ ਜਾਂਦੀ ਉਹਨੂੰ ਕਮਿਊਨੀਕੇਸ਼ਨ ਇਜ਼ ਕੀ ਜੇ ਉਹਨੂੰ ਕਮਿਊਨੀਕੇਟ ਕੀਤਾ ਹੁੰਦਾ ਤੇ ਅੱਜ ਆ ਜਿਹੜੀ ਘਟਨਾ ਘਟੀ ਆ ਇਹ ਤੋਂ ਰੋਕ ਲਈ ਜਾ ਸਕਦੀ ਸੀ ਕਿਉਂਕਿ ਉਹ ਇੱਕ 19 ਸਾਲ ਦਾ ਜਿਹਨੂੰ ਆਪਾਂ ਜਵਾਕ ਕਹਿੰਦੇ ਆ ਬੱਚਾ ਸੀ ਉਹਨੂੰ ਨਾ ਸਮਝੀ ਕਰਕੇ ਉਹਨੂੰ ਡਾਇਰੈਕਸ਼ਨ ਹੀ ਨਹੀਂ ਮਿਲੀ ਕਿ ਮੈਂ ਕੀ ਕਰਨਾ ਹੈ ਹੋ ਸਕਦਾ ਉਹਨੂੰ ਮੈਂਟਲ ਇਸ਼ੂ ਸੀਗਾ ਲੇਕਿਨ ਮੈਂਟਲ ਇਸ਼ੂ 19 ਸਾਲ ਵੀ ਉਹਨੂੰ ਨਹੀਂ ਆਇਆ ਜੇ ਮੈਂਟਲ ਇਸ਼ੂ ਵੀ ਗਈ ਹੈ ਮੈਂਟਲ ਇਸ਼ੂ 19 ਸਾਲ ਤੋਂ ਕਿੱਥੋਂ ਕਿੱਥੇ ਗਿਆ ਹੋਇਆ ਸੀ 19 ਸਾਲ ਉਹਨੇ ਜਿੰਦਗੀ ਬਿਚਾਰੀ ਉਦੋਂ ਨਹੀਂ ਉਹਨੇ ਗੰਨ ਚਾ ਕੇ 18 ਸਾਲ ਤੋਂ ਨਹੀਂ ਕਰ ਦਿੱਤੀ ਲੇਕਿਨ ਉਹਦਾ ਮੈਂਟਲ ਇਸ਼ੂ ਦਾ ਜਿਹੜਾ ਲੇਬਲ ਸੀ ਉਹ ਪੁੱਛ ਕੀਤਾ ਗਿਆ ਮੈਨੇਜਮੈਂਟ ਥਰੂ ਉਹਨੂੰ ਮੈਨੂੰ ਲੱਗਦਾ ਕਿ ਕਿਤੇ ਨਾ ਕਿਤੇ ਕਮੀ ਰਹਿ ਗਈ ਬਾਕੀ ਉਹ ਦੱਸ ਸਕਦਾ ਜਿਹੜਾ ਮਰਨ ਵਾਲਾ ਮਰ ਗਿਆ ਉਹ ਜਿਹੜਾ ਬਰਿਆ ਹੋਇਆ ਬੰਦਾ ਕਦੀ ਬੋਲਦਾ ਨਹੀਂ ਤੇ ਉਹਦੀ ਕਹਾਣੀ ਉਹੀ ਦੱਸ ਸਕਦਾ ਉਹ ਹੁਣ ਕਦੀ ਦੱਸੂਗਾ ਨਹੀਂ ਇਹ ਗੱਲਾਂ ਨੇ ਜਿਹੜੀਆਂ ਦਬੀਆਂ ਰਹਿ ਜਾਂਦੀਆਂ ਨੇ ਮਾਨ ਸਾਹਿਬ ਇਹੇ ਕਰਕੇ ਅੱਜ ਤੁਹਾਨੂੰ ਇਹ ਲੈ ਕੇ ਆਉਣ ਦਾ ਮਕਸਦ ਵੀ ਇਹੀ ਸੀ ਕਿ ਤੁਸੀਂ EMPLOYEES ਨਾਲ ਕਾਫੀ ਵਿਚਰਦੇ ਹੋ ਕਿ EMPLOYEES ਦੀ ਜਿਹੜੀ ਮੈਨੇਜਮੈਂਟ ਆ ਉਹ ਤੁਹਾਨੂੰ ਕਿੱਦਾਂ ਕਰਨੀ ਚਾਹੀਦੀ ਆ ਤੇ ਬਾਕੀ ਜਿਹੜੀ ਮੈਨੇਜਮੈਂਟ ਆ ਉਹ ਘਰ ਤੋਂ ਮੈਨੂੰ ਲੱਗਦਾ ਕਿ ਘਰ ਤੋਂ ਸ਼ੁਰੂ ਹੁੰਦੀ ਆ ਜਿਹੜੇ ਮਾਪੇ ਤੋਂ ਆਪਣੇ ਬੱਚਿਆਂ ਤੋਂ ਗਾਂਝ ਵਧਦੀ ਆ ਉਹ ਤੁਸੀਂ ਕਮਿਊਨਿਟੀ ਲਈ ਕੀ ਕਰਨਾ ਚਾਹੁੰਦੇ ਹੋ ਜਾਂ ਜਿਹੜੇ ਕਮਿਊਨਿਟੀ ਲਈ ਕੋਸ਼ਿਸ਼ ਕੀਤਾ ਆ ਉਹਨੂੰ ਕਰਕੇ ਅਗਲੇ ਨੂੰ ਬਾਰ-ਬਾਰ ਸੁਣਾਉਣਾ ਉਹ ਵੀ ਨਹੀਂ ਵਧੀਆ ਜੀ ਤੇ ਹੁਣ ਮੈਂ ਮੇਰਾ ਮੇਰੀ ਕੋਸ਼ਿਸ਼ ਇਹ ਹੈ ਜੀ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਚੰਦ ਤੁਹਾਡੇ ਵਰਗੇ ਜਿਹੜੇ ਸੂਝਵਾਨ ਬੰਦੇ ਲੈ ਕੇ ਇੱਕ ਐਸਾ ਦੀ ਮੈਂਬਰ ਬਣਾਉਣੇ ਨੇ ਜਿਹੜੇ ਬੱਚਿਆਂ ਤੋਂ ਬੱਚਿਆਂ ਨੂੰ ਗਾਂ ਪੁੱਛ ਕੇ ਜਿਹਦੇ ਵਿੱਚ ਜੰਕਸ ਜ਼ਿਆਦਾ ਹੋਣ ਕਿ ਕਿਹੜੇ ਕਿਹੜੇ ਸਕੂਲ ਦੇ ਵਿੱਚ ਕਿੱਥੇ ਕਿੱਥੇ ਪ੍ਰੋਬਲਮ ਹੈ ਕਿਉਂਕਿ ਆਉਣ ਵਾਲੇ ਸਮੇਂ ਨੂੰ ਜੇ ਤੁਸੀਂ ਅਵੋਇਡ ਕਰਨਾ ਚਾਹੁੰਦੇ ਹੋ ਤੇ ਤੁਹਾਨੂੰ ਮੈਨੂੰ ਲੱਗਦਾ ਵੀ ਆਪਾਂ ਨੂੰ ਆਪਣੇ ਬੱਚਿਆਂ ਤੋਂ ਸ਼ੁਰੂ ਕਰਨਾ ਪਊ ਕਿ ਆਪਣੇ ਬੱਚਿਆਂ ਨੂੰ ਮੋਰੇ ਲਾਈਏਗੇ ਤੁਸੀਂ ਬੱਚਿਆਂ ਤੋਂ ਪਤਾ ਕਰੋ ਤੇ ਆਪਾਂ ਸਿਆਣਿਆਂ ਤੋਂ ਪਤਾ ਕਰੀਏ ਲੇਕਿਨ ਜੇ ਆਪਾਂ ਪਿੱਛੇ ਨੂੰ ਜਾ ਕੇ ਦੇਖੀਏ ਜਿੰਨੇ ਵੀ ਇਹ ਕਾਂਡ ਹੋਏ ਨੇ ਇਦਾਂ ਬੋ ਘੱਟ ਨੇ ਜਿਹੜੇ 50 ਤੋਂ ਉੱਪਰ ਬੰਦਿਆਂ ਨੇ ਕੀਤੇ ਜਿੰਨੇ ਕੀਤੇ ਜੰਗਸਟਰ ਨੇ ਹੀ ਕੀਤੇ ਆ ਜੀ ਸਕੂਲ ਚ ਲਾ ਲੋ ਜਾਂ ਜਿੱਥੇ ਵੀ ਹੋਇਆ ਉਹ ਜਿਹੜੀ ਸਟੇਟ ਚ ਮਰਜ਼ੀ ਹੋਵੇ ਉਹ ਜਿੰਨੇ ਜੰਗ ਬੱਚਿਆ ਉਹ ਫ੍ਰਸਟ੍ਰੇਟ ਹੋ ਕੇ ਜਾਂ ਮੈਂਟਰਲ ਇਸ਼ੂਸ ਹੈਗਾ ਉਹਨਾਂ ਨੂੰ ਉਹਨਾਂ ਨੇ ਕੀਤੇ ਨੇ ਔਰ ਬਾਕੀ ਜਿਹੜੀਆਂ ਦੋ ਗੱਲਾਂ ਹੋਰ ਤੁਹਾਡੇ ਤੋਂ ਪੁੱਛਣੇ ਚਾਹਣਾ ਕਿ ਤੁਸੀਂ ਇਸ ਗੱਲ 'ਤੇ ਸੂਝਵਾਨ ਹੋ ਕਿ ਅਫਵਾਹਾਂ ਬੜੀਆਂ ਉੜੀਆਂ ਹੋਈਆਂ ਇੱਥੇ ਕੱਲ ਵੀ ਕਾਫੀ ਬੰਦਿਆਂ ਦੀ ਕਾਲ ਆਈ ਕਿ ਫੈਡੈਕਸ ਦੇ ਵਿੱਚ ਬੰਦੇ 40 50 ਮਰੇ ਜੀ ਦੱਸੇ ਥੋੜੇ ਹੁਣੇ ਇਹ ਕੋਈ ਪਾਸਿਬਲ ਹੈਗਾ ਤੁਸੀਂ ਵੀ ਇਸ ਕੰਟਰੀ ਇੰਦੇ ਬਹੁਤ ਸਿਰ ਤੋਂ ਰਹ ਰਹੇ ਆ ਇਹ 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 ਉਹ ਹੀ ਇਹ ਸੋਸ਼ਲ ਮੀਡੀਆ ਗਲਤ ਚੱਲ ਰਹੀ ਹੈ ਮੈਨੂੰ ਤੁਸੀਂ ਮੰਨੋਗੇ ਨਹੀਂ ਜਿੱਦਾਂ ਇਹ ਹੋਇਆਗਾ ਬਸੋ ਦੀ ਗੱਲ ਹੈ ਸਵੇਰੇ ਹੀ ਕਾਲ ਆਣੀ ਸ਼ੁਰੂ ਹੋ ਗਈ ਸੀ ਚੌਥੇ ਆਂਡਿਆ ਤੋਂ ਕਾਲ ਆਣੀ ਸ਼ੁਰੂ ਹੋਣਗੇ ਮੇਰੇ ਮਦਰ ਦੀ ਆਈ ਮੇਰੇ ਕੁਝ ਫਰੈਂਡਸ ਆ ਉਹਨਾਂ ਦੀ ਕਾਲ ਆਈ ਬਈ ਆਏ ਕਰਕੇ ਤੁਹਾਡੇ ਉੱਤੇ ਆਪਣੇ ਪੰਜਾਬੀਆਂ ਨੂੰ ਮਾਰੀ ਜਾਂਦੇ ਆਗੇ ਠੀਕ ਹੈ ਆਪਣੇ ਸਿੱਕ ਕਮਿਊਨਿਟੀ ਨੂੰ ਮਾਰੀ ਜਾਂਦੇ ਗੋਲੀ ਮਾਰਦੀ న్యూਸ ਚੈਨਲ ਨਾਲ ਇਹ ਅੱਗੇ ਕਰ ਰਿਹਾ ਜੀ ਅਨ ਸੋ ਸਰਪ੍ਰਾਈਜ਼ ਉਹਨਾਂ ਨੂੰ ਤਾਂ ਨਹੀਂ ਪਤਾ ਇੱਥੇ ਉੱਥੇ ਬੈਠਿਆ ਨੂੰ ਵੀ ਇੱਥੇ ਕੀ ਹੋ ਰਿਹਾ ਉਹ న్యూਸ 'ਚ ਦੇਖ ਕੇ ਉਹ ਕਹੀ ਜਾਂਦੇ ਹੈਗੇ ਕਿ ਜੀ ਉੱਥੇ ਆਪਣੇ ਸਿੱਕ ਕਮਿਊਨਿਟੀ ਨੂੰ ਮਾਰ ਰਿਹਾ న్యూਸ ਇਹ ਕਿਉਂ ਨਹੀਂ ਦਿਖਾ ਰਹੀਗੀ ਵੀ ਇੱਕ ਜਵਾਰਕ ਸੀ ਰਾਈਟ ਅੰਡਰ ਸਮ ਪ੍ਰੈਸ਼ਰ ਕਿ ਉਹਨੇ ਉੱਥੇ ਇਹਨੇ ਬੰਦੇ ਤੇ ਗੋਲੀ ਮਾਰਤੀ ਉਹਦੇ ਵਿੱਚ ਕੁਝ ਆਪਣੇ ਵੀ ਸੀਗੇ ਕੁਝ ਗੋਰੇ ਵੀ ਸੀਗੇ ਕੁਝ ਕਾਲੇ ਵੀ ਸੀ ਜੋ ਕੁਝ ਵੀ ਹੈਗੇ ਆ ਉਹਨਾਂ ਨੂੰ ਸਹੀ ਤਰੀਕੇ ਨਾਲ ਮੈਸੇਜ ਲੈ ਅੱਗੇ ਕਰਨਾ ਚਾਹੀਦਾ ਸੀਗਾ ਔਰ ਰੈਦਰ ਦੈਨ ਕਿ ਇੱਕ ਮੈਸੇਜ ਅੱਗੇ ਪਹੁੰਚਾਉਣ ਦੇ ਬਜਾਏ ਉਹ ਆਹ ਦਾ ਟੀਆਰਪੀ ਨੂੰ ਕਰਨ ਵਾਸਤੇ ਸਟਰੋਂਗ ਕਰਨ ਵਾਸਤੇ ਉਹ ਗਲਤ ਮੈਸੇਜ ਵਿੱਚ ਜਾ ਰਹੇ ਵੀ ਲੋਕ ਉਹਨੂੰ ਦੇਖਣ ਉਹ ਦੇਖ ਕੇ ਫਿਰ ਆਪਦੇ ਉੱਤੇ ਉੱਤੇ ਕਰਾਉਦੇ ਪੋਲਿਟਿਕਲ ਜੋ ਵੀ ਹੈਗੇ ਆ ਉਹਨਾਂ ਨੂੰ ਸਟੰਡ ਬਣਾ ਆਈ ਡੋਂਟ ਥਿੰਕ ਸੋ ਕਿ ਇਹ ਬਹੁਤ ਅੱਛਾ ਹੋਇਆ ਜਿ ਕੋਈ ਚੈਨਲ ਜਿਹੜੇ ਨਿਊ ਚੈਨਲ ਹੁੰਦਾ ਉਹ ਆਪਣਾ ਇੱਕ ਲੋਕਾਂ ਨੂੰ ਦੇਖ ਕੇ ਫੋਲੋ ਕਰਦੇ ਹੈਗਾ ਉਹਨਾਂ ਦੇ ਹੱਥ 'ਚ ਬਹੁਤ ਕੁਝ ਹੁੰਦਾ ਹੈਗਾ ਤੁਹਾਡੇ ਚੈਨਲ ਦੇ ਮੱਦੇ ਮੈਂ ਇਹ ਵੀ ਚਾਹੁੰਗਾ ਰਿਕੁਐਸਟ ਕਰਨਾ ਚਾਹੁੰਗਾ ਉਹੋ ਚੈਨਲਾਂ ਨੂੰ ਜਿਹੜੇ ਕਿ ਇਹ ਗਲਤ ਨਿਊਜ਼ ਅੱਗੇ ਪਹੁੰਚਾਉਂਦੇ ਪਲੀਜ਼ ਇਹ ਤੁਸੀਂ ਇਹ ਜੇ ਨਿਊਜ਼ ਅੱਗੇ ਨਾ ਪਹੁੰਚਾਓ ਲੋਕਾਂ ਦੇ ਵਿੱਚ ਜਿਹੜਾ ਹੈਗਾ ਰੋਸ਼ ਹੁੰਦਾ ਹੈਗਾ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਉਹਨਾਂ ਦੇ ਗਲਤ ਫੀਲਿੰਗਸ ਹੁੰਦੀ ਹੈਗਾ ਤਾਂ ਤੁਸੀਂ ਇਹਨੂੰ ਇਹਨਾ ਕਰੋ ਇੱਥੇ ਉਹ ਗੋਰਿਆਂ ਨੂੰ ਕਹਿਣ ਲੱਗੇ ਵੀ ਗੋਰੇ ਮਾੜੇ ਆ ਜੀ ਹਾਂਜੀ ਸਾਡੇ ਦੇਸ਼ ਤੇ ਕਬਜ਼ਾ ਕਰ ਗਏ ਸੀਗੇ ਬੈਕ ਇੰਡ ਦੇ ਤਾਂ ਉਹਨਾਂ ਨੇ ਸਾਡੇ ਤੇ ਗੁਲਾਮੀ ਕੀਤੀ ਹੁਣ ਫੇਰ ਉਹ ਚੀਜ਼ਾਂ ਕਰਤੇ ਐ ਜੀ ਗੱਲ ਨਹੀਂ ਹੈ ਆਪਾਂ ਗਲਤ ਨਹੀਂ ਰੁਗੇ ਕਿ ਉਹ ਪੰਜਾ ਰਹੇ ਆਗੇ ਕਿਉਂ ਮੈਸੇਜ ਰਿਲੇ ਅੱਗੇ ਗਲਤ ਕਰ ਰਹੇ ਆ ਕਿਉਂ ਐਜੇ ਇਟਸ ਇਟਸ ਅ ਵੈਰੀ ਰੋਂਗ ਥਿੰਗ ਟੂ ਬੀ ਓਨੈਸਟ ਇਹਨੂੰ ਥੋੜਾ ਜਿਹਾ ਪਲੀਜ਼ ਤੁਸੀਂ ਵੀ ਹਾਂਜੀ ਛੋਟੀ ਸੋਚ ਆ ਗਲਤ ਸੋਚ ਆ ਮੈਂ ਕਹਾਂਗਾ ਕਿ ਬ੍ਰਾਡ ਮਾਈਂਡ ਹੋ ਕੇ ਚੱਲੋ ਜਿਸ ਤਰ੍ਹਾਂ ਪਹਿਲਾਂ ਆਪਾਂ ਗੱਲ ਕਰਦੇ ਪਏ ਸੀ ਕਿ ਆਪਣੀ ਫੈਮਲੀ ਤੋਂ ਸ਼ੁਰੂ ਕਰ ਲਓ ਜੇ ਤੁਹਾਡੇ ਬੱਚੇ ਤੁਹਾਡੀ ਸੁਣਦੇ ਨਹੀਂ ਤੁਹਾਨੂੰ ਆ ਕੇ ਦੱਸਦੇ ਨਹੀਂ ਜਾਂ ਉਹ ਰੋਂਗ ਹੈ ਉੱਥੇ ਬੱਚੇ ਤਾਂ ਰੋਂਗ ਹੈ ਨਹੀਂ ਪੇਰੈਂਟਸ ਰੋਂਗ ਨੇ ਪੇਰੈਂਟਸ ਨੇ ਜਾਂ ਤਾਂ ਕੋਈ ਉਹਨਾਂ ਨਾਲ ਫਰੈਂਡਸ਼ਿਪ ਨਹੀਂ ਕੀਤੀ ਜਾਂ ਉਹਨਾਂ ਨੂੰ ਕੁਝ ਐਸਾ ਤਰੀਕਾ ਦੱਸਿਆ ਨਹੀਂ ਕਿ ਆਪਾਂ ਕਿੱਦਾਂ ਘਰ ਵਿੱਚ ਗੱਲ ਕਰਨੀ ਮੋੜ ਕੇ ਉਹ ਗੱਲ ਮੈਨੇਜਮੈਂਟ ਤੇ ਆ ਜਾਂਦੀ ਆ ਮੈਨੇਜਮੈਂਟ ਤੋਂ ਫਿਰ ਜਦੋਂ ਇਦਾਂ ਦੇ ਹਾਫਤੇ ਹੁੰਦੇ ਨੇ ਫਿਰ ਆਪਾਂ ਬੈਠ ਕੇ ਗੱਲਾਂ ਕਰਦੇ ਜੋ ਅੱਜ ਆਪਾਂ ਕਰ ਰਹੇ ਆ ਅੱਗੇ ਮੈਂ ਵੀ ਤੁਹਾਨੂੰ ਕਿੰਨੇ ਚਿਰ ਦਾ ਮਿਲਦਾ ਆਪਾਂ ਕਦੀ ਇਸ ਟਾਪਿਕ ਤੇ ਗੱਲ ਨਹੀਂ ਕੀਤੀ ਨਹੀਂ ਕਦੀ ਪ੍ਰੋਬਲਮ ਨਹੀਂ ਆਈ ਅਸੀਂ ਇਨਸਾਨ ਦੀ ਫਇਜ਼ਤ ਕੀ ਆ ਕਿ ਆਪਾਂ ਉਦੋਂ ਗੱਲ ਕਰਨੀ ਜਦੋਂ ਪ੍ਰੋਬਲਮ ਆ ਜਾਣੀ ਉਹ ਪ੍ਰੋਬਲਮ ਆਉਣ ਤੋਂ ਪਹਿਲਾਂ ਨਹੀਂ ਸੋਚਦੇ ਕਿ ਇਹ ਪ੍ਰੋਬਲਮ ਆ ਵੀ ਸਕਦੀ ਆ ਹੁਣ ਜੇ ਫਿਊਚਰ ਨੂੰ ਸੋਚੇ ਆਪਾਂ ਨੂੰ ਹੋਣ ਵੀ ਸੋਚਣਾ ਚਾਹੀਦਾ ਮੈਂ ਕਹਾਂਗਾ ਕਿ ਇਦਾਂ ਦੀ ਸੋਚ ਨਾ ਰੱਖੋ ਕਿ ਗੋਰਿਆਂ ਨੇ ਸਾਨੂੰ ਮਾਰਿਆ ਜੇ ਉਹ ਗੋਰੇ ਦੇ ਨਾਲ ਜਿਹੜੇ ਮਰੇ ਨੇ ਉਹਨਾਂ ਦਾ ਕੀ ਹੋਇਆ 19 ਸਾਲ ਦੀ ਕੁੜੀ ਪਹਿਲੇ ਦਿਨ ਜੌਬ ਤੇ ਗਈ ਸੀ ਉਹਦੇ ਚੈੱਕ ਵੀ ਉਹਦੇ ਹੱਥ ਵਿੱਚ ਥੇ ਇੱਕ ਦੋ ਆਪਣੀ ਲੇਡੀਜ਼ ਜਿਨ੍ਹਾਂ ਦੇ ਚੈੱਕ ਉਹਨਾਂ ਦੇ ਹੱਥ ਵਿੱਚ ਫੜੇ ਹੋਏ ਸੀ ਜੀ ਜਦੋਂ ਉਹਨਾਂ ਦੀ ਡੈਥ ਹੋ ਗਈ ਫਿਰ ਇਹ ਜਿਹੜਾ ਮਾਮਲਾ ਇਦਾਂ ਆ ਜਾਂਦਾ ਫਿਰ ਮੈਨੂੰ ਇੱਥੇ ਲੱਗਦਾ ਕਿ ਜਿਹੜੇ ਥੋੜੇ ਵੈ ਕੇ ਸੂਝਵਾਨ ਬੰਦੇ ਉਹਨਾਂ ਨੂੰ ਨਾਲ ਲੈ ਕੇ ਥੋੜਾ ਕੋਈ ਹਟ ਕੇ ਕਰੋ ਔਰ ਮੈਂ ਕਹੂੰਗਾ ਕਿ ਆਪਣਾ ਦੇਖੋ ਸੁਈ ਦਾ ਜਿਹੜਾ ਟਾਈਮ ਫੇਰ ਜਲਦੀ ਹੋ ਜਾਣਾ ਇਹ ਆਪਾਂ ਟਾਪਿਕ ਜਿਹੜਾ ਬਹੁਤ ਲੰਬਾ ਹੋ ਜਾਂਦਾ ਕਿ ਇੱਕ ਡਿਬੇਟ ਰੱਖੀ ਜਾਵੇ ਕਿ ਆਪਾਂ ਨੂੰ ਕੀ ਕਰਨਾ ਚਾਹੀਦਾ ਮੈਂ ਆਉਣ ਵਾਲੇ ਸਮੇਂ ਚ ਕੋਸ਼ਿਸ਼ ਕਰੂੰਗਾ ਕਿ ਹੋਰ ਵੀ ਜਿਹੜੇ ਇਦਾਂ ਦੇ ਘਟਨਾਵਾਂ ਨੇ ਜਾਂ ਇਦਾਂ ਦੇ ਫੈਕਟਰ ਨੇ ਉਹ ਮੋਰੀ ਲੈ ਕੇ ਆਈਏ ਤਾਂ ਕਿ ਉਹ ਇਸ ਗੱਲ ਤੋਂ ਰੁਕ ਜਾਣ ਕਿ ਆ ਚੀਜ਼ ਨਾ ਹੋਵੇ ਇਹਨੂੰ ਹੋਣ ਤੋਂ ਪਹਿਲਾਂ ਸੋਚੀਏ ਨਾ ਕਿ ਹੋਣ ਤੋਂ ਬਾਅਦ ਜੀ ਬਾਕੀ ਦੂਸਰੀ ਦੇਖੋ ਜੀ ਮੈਂ ਆਪਣਾ ਟਾਈਮ ਜਿਹੜਾ ਉਹ ਜਲਦੀ ਜਲਦੀ ਖਤਮ ਹੋ ਚੱਲਿਆ ਮੈਂ ਜ਼ਰੂਰ ਕਹਿਣਾ ਚਾਹਾਂਗਾ ਕਿ ਕੋਈ ਵੀ ਇਨਸਾਨ ਪੂਰੀ ਅਮਰੀਕਾ ਕੈਨੇਡਾ ਕਿਤੇ ਉਹ ਵੀ ਤੁਸੀਂ ਸਾਡੇ ਨਾਲ ਸੰਪਰਕ ਕਰਨਾ ਚਾਹੁੰਦੇ ਹੋ ਹੇਠ ਲਿਖੇ ਨੰਬਰਾਂ ਤੇ ਕਾਲ ਕਰੋ ਜਾਂ ਮੈਨੂੰ ਈਮੇਲ ਭੇਜੋ broad@justbroadcasting.com ਜਾਂ info@justbroadcasting.com ਸਾਨੂੰ ਤੁਸੀਂ ਕੋਈ ਆਪਣੀ ਕਹਾਣੀ ਜਿਹੜੀ ਤੁਹਾਡੇ ਨਾਲ ਬੀਤੀ ਹੈ ਜਿਹਨੂੰ ਬੇਸਿਕਲੀ ਆਪਾਂ ਇਹ ਲੈ ਕੇ ਆਉਣੇ ਕਿ ਪਰਮਾਤਮਾ ਨੇ ਚੰਗਾ ਕੀਤਾ ਜਾਵਾ ਸਿਰਫ ਇਹੀ ਟੌਪਿਕ ਹੋਊਗਾ ਤੁਸੀਂ ਦੱਸਣਾ ਚਾਹੁੰਦੇ ਹੋ ਆਪਣੀ ਕਹਾਣੀ ਕਿ ਪ੍ਰਮਾਤਮਾ ਨੇ ਕੀ ਪ੍ਰਮਾਤਮਾ ਕੁਝ ਨਹੀਂ ਕਰਦਾ ਮੈਂ ਇਹ ਪ੍ਰੂਫ ਕਰ ਸਕਦਾ ਪ੍ਰਮਾਤਮਾ ਨਾ ਮਾੜਾ ਕਰਦਾ ਨਾ ਮਾੜਾ ਸੋਚਦਾ ਨਾ ਮਾੜੇ ਦੀ ਲੋੜ ਆ ਉਹਨੂੰ ਉਹ ਸਿਰਫ ਚੰਗਾ ਕਰਦਾ ਇਨਸਾਨ ਬਣਾਉਂਦਾ ਇਨਸਾਨ ਤੋਂ ਜਾਨਵਰ ਤੁਸੀਂ ਖੁਦ ਬਣਦੇ ਹੋ ਉਹ ਤੋਂ ਬਾਅਦ ਤੁਸੀਂ ਕੀ ਕਰਦੇ ਹੋ ਉਹ ਤੁਹਾਡੇ ਤੇ ਪ੍ਰਮਾਤਮਾ ਨੇ ਸਾਰੇ ਇਨਸਾਨ ਬਣਾਏ ਲੇਕਿਨ ਵਿੱਚੋਂ ਕੁਝ ਜਾਨਵਰ ਬਣ ਗਏ ਉਹ ਇੱਕ ਜਾਨਵਰ ਦੂਜੇ ਨੂੰ ਵੱਢੂਗਾ ਦੁੱਖ ਵੀ ਲੱਗੂਗਾ ਲੋਹ ਵੀ ਨਿਕਲੂਗਾ ਮੈਂ ਫਿਰ ਇਸ ਟੌਪਿਕ ਤੇ ਜਿਹੜਾ ਗੱਲ ਕਰਨੀ ਚਾਹੁੰਦਾ ਕਿਸੇ ਵੇਲੇ ਜ਼ਰੂਰ ਦਾਸ ਲੈ ਕੇ ਆਊਗਾ ਕਿ ਡਿਬੇਟ ਕਰੀਏ ਤੇ ਮਾਨ ਸਾਹਿਬ ਤੁਹਾਨੂੰ ਮੈਂ ਜਾਂਦੇ ਹੋਏ ਥੈਂਕ ਯੂ ਕਹਿਣਾ ਚਾਹਣਾ ਜਿਹੜਾ ਤੁਸੀਂ ਅੱਜ ਬੜੇ ਬਿਜ਼ੀ ਬੰਦੇ ਹੋ ਮੈਨੂੰ ਪਤਾ ਤੁਸੀਂ ਟਾਈਮ ਕੱਢਿਆ ਉਹਦੇ ਲਈ ਤੁਹਾਡਾ ਬਹੁਤ ਧੰਨਵਾਦ ਇਸੇ ਗੱਲਬਾਤ ਨੂੰ ਅੱਜ ਇੱਥੇ ਹੀ ਆਪਾਂ ਖਤਮ ਕਰਦੇ ਹਾਂ ਕੀ ਕਰੋ ਖੁਸ਼ ਰਹੋ ਆਵਾਜ਼ ਰਹੋ ਸਤਿ ਸ੍ਰੀ ਅਕਾਲ